JRPA 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:13 ਹੋ ਗਏ ਹੈ ਤੇ 27 ਜਨਵਰੀ ਦਾ ਦਿਨ ਹੈ, ਵਰ੍ਹਾ 2020 ਦਾ ਸੋਮਵਾਰ ਹੈ। 15 ਮਾਹ ਅਗਨਾ ਨਕਸ਼ ਸੰਬੰਧ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਖਬਰਾਂ ਦੇ ਨਾਲ ਕਈ ਚਰਚਾਵਾਂ ਜਿਹੜੀਆਂ, ਕਈ ਕਹਾਣੀਆਂ ਅੱਜ ਤੁਹਾਡੇ ਸਨਮੁਖ ਹੋਣੀ ਹੈ। ਖਬਰਾਂ ਦੇ ਨਾਲ ਨਾਲ ਕੱਲ ਹੋਈ ਇੱਕ ਵੱਡੀ ਕਾਨਫਰੰਸ 2020 ਰੈਫਰੈਂਡਮ ਦੇ ਬਾਰੇ, ਉੱਥੇ ਕਿਹੋ ਜਿਹਾ ਮਾਹੌਲ, ਕਿਹੋ ਜਿਹੇ ਸਵਾਲ, ਕਿਹੋ ਜਿਹੇ ਸਪੀਕਰ ਸੀ, ਤੇ ਆਮ ਲੋਕ ਜਿਹਨਾਂ ਦੇ ਮਨ ਦੇ ਵਿੱਚ ਬਹੁਤ ਧੜਕੂ ਸੀ, ਉਹਨਾਂ ਨੂੰ ਵਾਪਸੀ ਜਾਂ ਜਾਂਦੇ ਵੇਖਿਆ ਸੁਣਿਆ, ਉਹ ਕਹਿੰਦੇ ਯਾਰ ਇਹ ਤਾਂ ਗੱਲ ਇਹ ਹੋਰ ਆ, ਕਈ ਹੋਰ ਜਾਂਦੇ ਆ ਬਾਹਰ। ਸੋ ਉਸਦੇ ਬਾਰੇ ਉਹਦਾ ਦ੍ਰਿਸ਼ਟੀਕੋਣ ਕੀ ਹੈ, ਸੰਯੁਕਤ ਰਾਸ਼ਟਰ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੀ ਕਹਾਣੀ ਕੀ ਹੈ, ਉਹਦੇ ਥੱਲੇ ਕਿਸ ਤਰ੍ਹਾਂ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਤੇ ਜਤਿੰਦਰ ਸਿੰਘ ਗਰੇਵਾਲ ਨੇ ਲੋਕਾਂ ਨੂੰ ਦੱਸਿਆ। ਸਾਬੀ ਸਿੰਘ ਤੇ ਅਮਨ ਸਿੰਘ ਕੈਲੀਫੋਰਨੀਆ ਤੋਂ ਉਹਨਾਂ ਨੇ ਸੰਬੋਧਨ ਕੀਤਾ, ਤੇ MC ਦੀ ਸੇਵਾ ਭਾਈ ਸਾਹਿਬ ਭਾਈ ਥਾਣੇ ਉਹਨਾਂ ਨੇ ਜਿਹੜੀ ਉਹ ਨਿਭਾਈ ਬਹੁਤ ਵਧੀਆ, ਤੇ ਇੱਥੇ ਦਾ ਕੈਨੇਡਾ ਦਾ ਜਿਹੜਾ ਦਫ਼ਤਰ ਹੈ ਉਹ ਬੱਬਰ ਤਲਵਿੰਦਰ ਸਿੰਘ ਹੋਰਾਂ ਦੇ ਨਾਂ ਦੇ ਨਾਲ ਖੋਲਿਆ ਗਿਆ, ਤੇ ਉਸਦੇ ਬਾਰੇ ਉਹਨਾਂ ਦੀ ਸਿੰਘਣੀ ਬੀਬੀ ਜੀ ਨੇ ਆ ਕੇ ਲੋਕਾਂ ਨੂੰ ਫਤਿਹ ਗਜਾਈ ਹੈ। ਸਾਰੀਆਂ ਸਭਾ ਸੁਸਾਇਟੀਆਂ ਦੇ ਰੀਪ੍ਰਜੈਂਟੇਟਿਵ ਉਹ ਇੱਥੇ ਪਹੁੰਚੇ, ਜਿਹੜੇ ਮਰਿਆਦਾ ਮੰਨਣ ਵਾਲੇ ਗੁਰਦੁਆਰਾ ਸਾਹਿਬ ਨੇ ਉਹ ਸਾਰੇ ਪਹੁੰਚੇ ਹੋਏ ਸੀ, ਤੇ ਇਸਦੇ ਬਾਰੇ ਜਾਣਕਾਰੀ ਹੋਏਗੀ। ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਅੱਜ ਜਨਮ ਦਿਨ ਹੈ, ਉਹਨਾਂ ਯੋਧਿਆਂ ਦੀ ਅੱਜ ਦਾਸਤਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਅਜ਼ਮਤ ਲਈ, ਮੀਰੀ ਤੇ ਪੀਰੀ ਦੇ ਉਸ ਇਮੋਰਟਲ ਤਖ਼ਤ ਦੇ, ਜਿਹੜਾ ਏਸ਼ੀਆ ਦੀ ਸਭ ਤੋਂ ਵੱਡੇ ਸਲਤਨਤ ਤੋਂ ਉੱਚਾ ਤਖ਼ਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪ ਬਣਵਾਇਆ, ਉਸਦੀ ਉਹਨਾਂ ਦੇ ਜਨਮ ਦੀ ਤੇ ਸ਼ਹੀਦੀ ਦੀ ਦਾਸਤਾਂ ਅੱਜ ਨਾਲ ਹੀ ਹੋਏਗੀ। ਆਸ਼ਵਿਜ ਕੈਂਪ ਜਿਹੜਾ ਸੋਮਵਾਰ ਨੂੰ ਮੈਂ ਤੁਹਾਨੂੰ ਕਿਹਾ ਸੀ, ਅੱਜ 75ਵੀਂ ਵਰੇ ਗੰਢ ਹੈ। 1945 ਦੇ ਵਿੱਚ ਰੂਸੀ ਫੌਜਾਂ ਨੇ ਇਹ ਆਸ਼ਵਿਜ ਦਾ ਕੈਂਪ ਪੋਲੈਂਡ ਦੇ ਵਿੱਚ, ਜਿਹੜੇ 3 ਅਲੱਗ ਅਲੱਗ ਕਿਸਮ ਦੇ ਕੈਂਪ ਸੀ, 11 ਲੱਖ ਲੋਕ ਵਿੱਚ ਮਾਰੇ ਗਏ, ਯਹੂਦੀ, ਰੋਮਾ ਜਿਪਸੀ ਤੇ ਪੋਲਿਸ਼ ਲੋਕ, 1 ਲੱਖ ਦੇ ਕਰੀਬ ਜਿਪਸੀ ਤੇ ਪੋਲਿਸ਼ ਤੇ ਅਬਾਊਟ 10 ਲੱਖ ਦੇ ਕਰੀਬ ਯਹੂਦੀ, 200 ਦੇ ਕਰੀਬ ਸਰਵਾਈਵਰ ਇਸ ਕੈਂਪ ਦੇ ਉੱਥੇ ਪਹੁੰਚੇ। ਉਹਦੇ ਅਜਾਇਬ ਘਰ ਦੇ ਵਿੱਚ ਕੀ ਪਿਆ, ਉਹ ਕੈਂਪ ਕੀ ਸੀ, ਉੱਥੇ ਕਿਵੇਂ ਜਿਹੜੀ ਨਸਲ ਕੁਸ਼ੀ ਇੱਕ ਕੌਮ ਦੀ ਹੋਈ, ਇਸ ਤੇ ਗੱਲਬਾਤ ਹੋਏਗੀ। ਚਿਲੀਅਨ ਟੂਰਿਸਟ ਆ ਕੇ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਬ੍ਰੇਕ ਐਂਡ ਐਂਟਰ, ਕਿਸ ਤਰ੍ਹਾਂ ਚੋਰੀਆਂ ਕਰ ਰਹੇ ਨੇ, ਬੜੀ ਸਨਸਨੀਖੇਜ਼ ਇੱਕ ਖਬਰ ਛਪੀ ਹੈ। BC ਸੂਬੇ ਦੇ ਵਿੱਚ 1.5 ਬਿਲੀਅਨ ਦੇ ਕਰੀਬ MSP ਦੇ ਬਿੱਲ ਲੋਕ ਨਹੀਂ ਦੇ ਰਹੇ, 45 ਲੱਖ ਲੋਕ ਨੇ ਤੇ 91 ਲੱਖ ਦੇ ਕਰੀਬ ਹੈਲਥ ਕਾਰਡ ਜਿਹੜੇ ਪ੍ਰਿੰਟ ਹੋਏ ਪਏ ਨੇ, ਚਾਰਟ ਜਿਹੜੇ ਇਸ਼ੂ ਕੀਤੇ ਹੋਏ ਨੇ, ਇਸ ਦੀ ਗੱਲਬਾਤ ਹੋਏਗੀ। ਨਾਲ ਹੀ ਉਬਰ ਨੂੰ ਕਾਲ ਕਰਕੇ ਸਰੀ ਦੇ ਬਾਈਲਾ ਆਫੀਸਰ ਨੇ $500 ਦੀ ਟਿਕਟ ਦਿੱਤੀ, ਉਸ ਤੇ ਰੌਲਾ ਪੈ ਰਿਹਾ। ਕੌਂਸਲ ਜੈਕ ਹੁੰਦਲ ਕਹਿੰਦਾ ਜਿਸ ਕਿਸੇ ਨੂੰ ਫਾਈਨ ਹੁੰਦਾ ਮੈਨੂੰ ਦੱਸਿਓ, ਮੈਂ $500 ਦੇਵਾਂਗਾ। ਕੌਂਸਲ ਵੰਡੀ ਹੋਈ ਹੈ, ਯੰਗਸਟਰ ਇਹ ਕਹਿ ਰਹੇ ਨੇ ਵੀ ਮੇਅਰ ਨੂੰ ਇਹ ਅਲਾਓ ਕਰਨੀ ਚਾਹੀਦੀ ਹੈ, ਮੇਅਰ ਕਹਿੰਦਾ ਵੀ ਨੋ, ਸਾਨੂੰ ਟੈਕਸੀ ਇੰਡਸਟਰੀ ਸਰਵ ਕਰ ਰਹੀ ਹੈ, ਇਹ ਧੱਕਾ ਕਰਦੇ ਆ, ਤੁਹਾਡੀ ਰਾਏ ਇਹਦੇ ਤੇ ਲਵਾਂਗੇ। 1-844-247-1550 ਆਉਂਦੇ ਰਹੇਗੀ ਨੰਬਰ ਰਹੇਗਾ। ਹਰਮਿੰਦਰ ਸਿੰਘ ਸੰਧੂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪਹਿਲੇ ਆਗੂਆਂ ਦੇ ਵਿੱਚ, ਜਿਹੜਾ ਦਭਾਸ਼ੀਆਂ ਦੇ ਨਾਲ ਦੇ ਤੌਰ ਤੇ ਸਭ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲਿਆਂ ਨਾਲ ਰਿਹਾ, ਉਸ ਨੌਜਵਾਨ ਯੋਧੇ ਦੀ ਦਾ ਜਿਹੜਾ ਕਤਲ ਅੰਮ੍ਰਿਤਸਰ ਸਾਹਿਬ ਚ ਹੋਇਆ ਸੀ, ਉਸਦੇ ਬਾਰੇ ਵੀ ਆਪਸੀ ਫੁੱਟ ਕੀ ਸੀ, ਭਗੌੜਿਆ ਜਿਹੜੇ ਫੈਡਰੇਸ਼ਨ ਦੇ ਸੀ ਉਹਨਾਂ ਦੀ ਕੀ ਭੂਮਿਕਾ ਰਹੀ, ਪ੍ਰਧਾਨਗੀ ਦਾ ਰੌਲਾ ਕੀ ਸੀ, ਮਨਜੀਤ ਸਿੰਘ ਕੀ ਕਹਿੰਦਾ ਸੀ ਸਦਕੇ ਹਰਮਿੰਦਰ ਸਿੰਘ ਸੰਧੂ ਨੂੰ, ਇਸ ਦੀ ਵੀ ਕੁਛ ਦਾਸਤਾਂ ਤੁਹਾਡੇ ਨਾਲ ਪਾਵਾਂਗੇ। ਖਾਲਸਾ ਪੰਚਾਇਤਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹਰਮਿੰਦਰ ਸਿੰਘ ਸੰਧੂ, 2 ਦਿਨ ਪਹਿਲਾਂ ਕੈਟ ਨਵਾਂ ਲੋਕਾਂ ਦੇ ਹੱਥੋਂ ਕਿਵੇਂ ਜਿਹੜਾ ਸ਼ਹੀਦ ਹੋਇਆ, ਇਸ ਦੀ ਵੀ ਗੱਲਬਾਤ ਹੋਏਗੀ। 1-844-247-1550 ਆਉਂਦੇ ਨੰਬਰ ਰਹੇਗਾ। KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਦੁਨੀਆਂ ਦੇ ਵਿੱਚ, ਜਿੱਥੇ ਬੈਠੇ ਹੋ ਪ੍ਰੋਗਰਾਮ ਰਹਿ ਜਾਏ ਤਾਂ YouTube ਤੇ ਲੋਕ 7 ਦੇ ਥੱਲੇ ਪਾਇਆ ਹੁੰਦਾ, 604-440-6662 ਇਹ ਨੰਬਰ ਦਫ਼ਤਰ ਦਾ, info@krpradio.com ਦਫ਼ਤਰ ਦੀ ਈਮੇਲ ਹੈ, ਹਰਜੀਤ ਸਿੰਘ ਗਿੱਲ ਦਾ
ਫੇਸਬੁੱਕ ਦਾ ਅਕਾਊਂਟ 604-729-1224 ਵਟਸਐਪ ਤੇ ਟੈਕਸਟ ਦੇ ਲਈ harjeet.g@krpradio.com ਈਮੇਲ। ਮੀਰੀ ਪੀਰੀ ਦੇ ਵਾਰਸੋ ਆਣ ਲੱਥੋ ਸੱਦੇ ਆਏ ਨੇ ਅੱਜ ਦਰਬਾਰ ਵਿੱਚੋਂ, ਮੀਰੀ ਪੀਰੀ ਦੇ ਵਾਰਸੋ ਆਣ ਲੱਥੋ ਸੱਦੇ ਆਏ ਨੇ ਅੱਜ ਦਰਬਾਰ ਵਿੱਚੋਂ, ਚੁੱਕੀ ਅੱਤ ਸਰੋਵਰਪੁਰ ਦੇ ਜੋ ਬਚ ਕੇ ਜਾਣੇ ਨਹੀਂ ਚਾਹੀਦੇ ਗਾਰ ਵਿੱਚੋਂ, ਲਿਖੇ ਗੁਰਾਂ ਨੇ ਕਾਨੀਆਂ ਸੰਗ ਜਿਹੜੇ ਕੁੱਦ ਪਏ ਨੇ ਅੱਖਰ ਵੀੜ ਵਿੱਚੋਂ, ਅੱਜ ਪਰਖੀਏ ਬਾਜੂਆਂ ਡੋਲਿਆਂ ਨੂੰ ਘੋੜੇ ਹਾਥੀਆਂ ਦੀ ਇਸ ਭੀੜ ਵਿੱਚੋਂ, ਸਾਡੇ ਸਿਦਕ ਦੇ ਬੁਰਜ ਤਾਂ ਉਸਰੇ ਨੇ ਸਰਸਰ ਨਦੀ ਦੀ ਤਿੱਖੀ ਧਾਰ ਵਿੱਚੋਂ, ਅਸੀਂ ਮਾਰ ਕੇ ਧਾੜੀਆਂ ਲੰਘ ਜਾਂਦੇ ਚੌੜੇ ਘੇਰਿਆਂ ਦੀ ਲੰਮੀ ਮਾਰ ਵਿੱਚੋਂ, ਅਸੀਂ ਖੁਦ ਹੀ ਚੁਣਦੇ ਤਵੀ ਤੱਤੀ ਦੇਗਾਂ ਵਿੱਚ ਉਬਾਲੇ ਖਾਣ ਜਾਂਦੇ, ਜਦੋਂ ਸੀਸ ਉੱਤੇ ਪਾਣੀ ਲੰਘ ਜਾਵੇ ਅਸੀਂ ਫੁੱਲ ਤੋਂ ਬਣ ਕੇ ਪਾਣ ਜਾਂਦੇ, ਆਉਂਦੇ ਫੁੱਟ ਪਹਾੜਾਂ ਦੀ ਭੰਨ ਛਾਤੀ ਕਦੇ ਆਰ ਵਿੱਚੋਂ ਕਦੇ ਪਾਰ ਵਿੱਚੋਂ, ਜਪਜੀ ਸਾਹਿਬ ਤੋਂ ਸੋਹਿਲਾ ਸਾਹਿਬ ਤੀਕ ਚੜ੍ਹਦੀ ਕਲਾ ਗੂੰਜੇ ਦਰਬਾਰ ਵਿੱਚੋਂ, ਕੀਤੇ ਜਿਹੀ ਫੁਰਤੀ ਅੱਗ ਲਾਉਣ ਉੱਠੀ ਗੱਠੇ ਜੁੱਸੇ ਦੇ ਤੇਜ ਬਲਕਾਰ ਵਿੱਚੋਂ, ਖੰਡਾ ਖੜਕਦਾ ਦੀਪ ਸਿੰਘ ਸੂਰਮੇ ਦਾ ਵੈਰੀ ਘੋੜਿਆਂ ਦੀ ਹਿਣਕਾਰ ਵਿੱਚੋਂ, ਉਹਦਾ ਹੌਸਲਾ ਉੱਚਾ ਅਕਾਲ ਬੁੰਗਾ ਮੱਠਾ ਪਿਆ ਨੀ ਉਮਰ ਦੇ ਵੇਗ ਅੱਗੇ, ਵਾਂਗਰ ਚੂਹਿਆਂ ਦੇ ਨਸ ਪਏ ਵੈਰੀ ਸ਼ੇਰਾਂ ਸਿੰਘਾਂ ਦੀ ਲਿਸ਼ਕ ਦੀ ਤੇਜ ਅੱਗੇ, ਸਿਰ ਪਗੜੀ ਜੂਝਣ ਹਾਰ ਬੰਨੀ ਫਤਿਹ ਫਤਿਹ ਤਾਂ ਕਰਦੀ ਜਾਪ ਲੋਕੋ, ਲੜਦੇ ਹੋਣ ਮੈਦਾਨ ਵਿੱਚ ਸਿੰਘ ਜਿੱਥੇ ਰੱਬ ਉੱਤਰਦਾ ਆਉਂਦਾ ਉੱਤਰਦਾ ਆਉਂਦਾ ਆਪ ਲੋਕੋ, ਲੜਦੇ ਹੋਣ ਮੈਦਾਨ ਵਿੱਚ ਸਿੰਘ ਜਿੱਥੇ ਰੱਬ ਉੱਤਰਦਾ ਆਉਂਦਾ ਆਪ ਲੋਕੋ, 18 ਸੇਰ ਦਾ ਖੰਡਾ ਖਰਚ ਪਿਆ ਲੋਕੋ ਧਰਮ ਦੇ ਲਈ ਲੋਕੋ ਦੀਨ ਦੇ ਲਈ, ਮੌਤ ਸੀਗੀ ਸੁਆਦਲੀ ਸੇਜ ਵਰਗੀ ਉਸ ਮਹਾਬਲੀ ਮਸਕੀਨ ਦੇ ਵਿੱਚ, ਹੱਥ ਪੀਰਾਂ ਦੇ ਫੜੀਆਂ ਤੇਗ ਦੇਖਾ ਹੱਥ ਪੀਰਾਂ ਦੇ ਫੜੀਆਂ ਦੇਖ ਤੇਗਾ, ਜਿੱਦਾਂ ਧੜਕ ਪਈਆਂ ਮਰਦਾਰ ਵਿੱਚੋਂ, ਮੁਰਚੇ ਘੁੰਮ ਉੱਠੇ ਜਿਵੇਂ ਹੋਣ ਲਾਟੂ ਬਿਜਲੀ ਮਾਰਦੀ ਛਾਲਾਂ ਤਲਵਾਰ ਵਿੱਚੋਂ, ਮੁਰਚੇ ਘੁੰਮ ਉੱਠੇ ਜਿਵੇਂ ਹੋਣ ਲਾਟੂ ਬਿਜਲੀ ਮਾਰਦੀ ਛਾਲਾਂ ਤਲਵਾਰ ਵਿੱਚੋਂ, ਮੀਰੀ ਪੀਰੀ ਦੇ ਤਖਤਾਂ ਨੂੰ ਬਚਾਉਣ ਲਈ ਯੋਧੇ ਇਉਂ ਨਿੱਤਰਦੇ ਆ। ਹਰਮਨਜੀਤ ਲਿਖਦਾ ਹੈ ਖਬਰਾਂ ਦੀ ਸ਼ੁਰੂਆਤ ਦੇ ਵਿੱਚ ਕੋਰੋਨਾ ਵਾਇਰਸ ਦੀ ਗੱਲ ਜਿਹੜੀ ਹੈ ਉਹ ਬੜੀ ਫੈਲ ਰਹੀ ਹੈ, ਹਸਪਤਾਲ ਇੱਕ ਬਣਾਇਆ ਜਾ ਰਿਹਾ ਦਿਨ ਰਾਤ ਉੱਥੇ ਕੰਮ ਵੁਹਾਨ ਦੇ ਵਿੱਚ ਹੋ ਰਿਹਾ ਵੁਹਾਨ ਦੇ ਵਿੱਚ, ਤੇ ਹੁਣ ਕਾਰਨ ਇਹ ਹੈ ਕਿ ਤੁਹਾਡਾ ਖਾਣਾ ਪੀਣਾ ਜਦ ਇਹੋ ਜਿਹਾ ਹੈ, ਜਾਂ ਤੁਸੀਂ ਚਮਗਿੱਦੜ ਤੇ ਸੱਪ ਤੇ ਚੂਹੇ ਖਾਣੇ ਨੇ ਤੇ ਉਹਨਾਂ ਵਿੱਚੋਂ ਨਿਕਲਣਾ ਕੀ ਹੈ, ਉਹਨਾਂ ਦੇ ਵਿੱਚੋਂ ਬਿਮਾਰੀਆਂ ਨਿਕਲੀਆਂ ਜਿਹਦੇ ਲਈ ਦੁਨੀਆਂ ਨੂੰ ਤੁਸੀਂ ਸਿਆਪੇ ਚ ਪਾਉਣਾ। 19 ਦੇ ਕਰੀਬ ਕੇਸ ਜਿਹੜੇ ਨੇ ਉਹ ਅੰਟੇਰੀਓ ਦੇ ਵਿੱਚ ਹੋ ਗਏ ਨੇ, ਨਿਕਲਦਿਆਂ ਨੂੰ ਟੈਂਪਰੇਚਰ ਚੈੱਕ ਕਰਦੇ, ਜਿਹੜੀ ਮਸ਼ੀਨ ਲਾਉਂਦੇ ਜਿਹਨੂੰ ਟੈਂਪਰੇਚਰ ਹੁੰਦਾ ਉਹਨੂੰ ਅਲੱਗ ਲੈ ਕੇ ਜਾਂਦੇ ਆ ਰੱਖਦੇ ਆ। ਕਿੱਡਾ ਵੱਡਾ ਪੰਗਾ ਇਨਸਾਨ ਨੂੰ ਸਾਰੀਆਂ ਨਸਲਾਂ ਤੋਂ ਸਾਰੀਆਂ ਵੰਨਗੀਆਂ ਤੋਂ ਉਹਨੇ ਸਰਮੌਰ ਬਣਾ ਕੇ ਭੇਜਿਆ ਵੀ ਯਾਰ ਤੈਨੂੰ ਇਹ ਪਤਾ ਹੋਵੇ ਤੂੰ ਕੀ ਖਾਣਾ ਕੀ ਨਹੀਂ ਖਾਣਾ। ਮਰਜ਼ੀ ਤਾਂ ਇਨਸਾਨ ਦੀ ਹੈ, ਹੁਣ ਇੱਥੇ ਮੀਟ ਖਾਣ ਵਾਲੇ ਵੀ ਨੇ ਜਿਹੜੇ ਸਵੇਰ ਤੋਂ ਸ਼ੁਰੂ ਹੋ ਜਾਂਦੇ ਨੇ, ਉਹਦੇ ਬਾਅਦ ਵੈਜੀਟੇਰੀਅਨ ਨੇ, ਵੈਜੀਟੇਰੀਅਨ ਤੋਂ ਅੱਗੇ ਵੀਗਨ ਨੇ ਜਿਹੜੇ ਦੁੱਧ ਵੀ ਨਹੀਂ ਪੀਂਦੇ। ਇਹ ਇਨਸਾਨ ਨੂੰ ਆਪ ਚਾਹੀਦਾ ਕਿ ਉਹਨੇ ਢਿੱਡ ਦੇ ਵਿੱਚ ਕੀ ਪਾਉਣਾ। ਬਾਹਰਲੀ ਚਮੜੀ ਸਾਫ਼ ਹੈ, ਇੱਤਰ ਫਲੇਲ ਤੇ ਕੱਪੜੇ ਬ੍ਰੈਂਡਡ ਤੇ ਜੇ ਤੇ ਬਹੁਤ ਬੜਾ ਕਰਦਾ, ਪਰ ਇਨਟੇਕ ਕੀ ਹੈ? ਕਾਰ ਉਹਦੇ ਚ ਸਿੰਥੈਟਿਕ ਫਿਊਲ ਪਾਉਂਦਾ, ਉਹਦੇ ਜਿਹੜੇ ਨੇ ਵੈਲਵ ਕਲੀਨ ਕਰਾਉਂਦਾ, ਉਹਦੀ ਸਰਵਿਸ ਕਰਾਉਂਦਾ, ਉਹਨੂੰ ਧੁਆਉਂਦਾ, ਪਰ ਇਨਟੇਕ ਕੀ ਹੈ ਉਸ ਸਮੇਂ ਨਹੀਂ ਪਤਾ ਲੱਗਦਾ ਵੀ ਖਾਣਾ ਮੈਂ ਕੀ ਹੈ, ਕਿਉਂਕਿ ਉਸਦੇ ਵਸ ਦੀ ਗੱਲ ਨਹੀਂ। ਲਲਕ ਹੈ ਇਹ ਚੀਜ਼, ਇਹ ਵੀ ਬਿਮਾਰੀ ਹੈ, ਵੱਧ ਖਾਣਾ ਤੇ ਤਰ੍ਹਾਂ ਤਰ੍ਹਾਂ ਦਾ ਖਾਣਾ ਜੀਵ ਦੇ ਸਵਾਦ ਨੇ। ਸਾਦਗੀ ਸਾਨੂੰ ਤਾਂ ਕੋਧਰੇ ਦੀ ਰੋਟੀ ਬਾਪੂ ਨੇ ਦੱਸੀ ਆ ਕਿ ਸਾਦਗੀ ਜਿਹੜੀ ਹੈ, ਖਾਣਾ ਵਧੀਆ ਖਾਣਾ ਚਾਹੀਦਾ ਜਿਹਦੇ ਨਾਲ ਬਿਮਾਰੀਆਂ ਦਾ ਵੱਡਾ ਕਾਰਨ ਤੁਹਾਡੀ ਇਨਟੇਕ, ਜਿਹਦੇ ਵਿੱਚ ਪ੍ਰੀਮੀਅਮ ਗੈਸ ਪੈਂਦਾ ਤੇ ਸਿੰਥੈਟਿਕ ਓਇਲ ਪੈਂਦਾ, ਉਹ ਚ ਨੋਰਮਲ ਗੈਸ ਤੇ ਨੋਰਮਲ ਓਇਲ ਪਾ ਕੇ ਵੇਖਿਓ ਗੱਡੀ ਕੀ ਕਰਦੀ ਹੈ, ਮਾਰਦੀ ਹੈ ਨਾ ਝਟਕੇ, ਜਦ ਰਾਤ ਨੂੰ ਬਰੋਲੇ ਬਣ ਬਣ ਕੇ ਢਿੱਡ ਦੇ ਸਿਰ ਨੂੰ ਚੜ੍ਹਦੇ ਆ ਨਾ, ਗਰ ਗਰ ਹੁੰਦੀਆਂ ਅੰਦਰ ਅੰਦਰ ਕਿਹੜਾ ਬੈਰਿੰਗ ਲੱਗੇ ਹੋਏ ਨੇ, ਗੱਲ ਹੈ ਵੀ ਮਿਹਦੇ ਦੇ ਵਿੱਚ ਜਦ ਤਿੰਨ ਮੇਲ ਦਾ ਮੀਟ ਸਿੱਟਣਾ ਤੇ ਤਿੰਨ ਮੇਲ ਦੀ ਦਾਰੂ ਸਿੱਟਣੀ ਹੈ
ਜਾਂ ਫਿਰ ਜਾਂ ਕੋਈ ਵੀ ਚੀਜ਼ ਖਾਣੀ ਹੈ, ਇਹ ਹੁਣ ਕਿੱਥੋਂ ਤੁਰਿਆ? ਇਹ ਸੱਪ ਤੇ ਚਮਗਿੱਦੜ ਦੇ ਵਿੱਚ ਪਾਇਆ ਜਾਂਦਾ। ਚਮਗਿੱਦੜ ਵੇਖੇ ਪੁੱਠੇ ਲਮਕਦੇ ਬਰੋਟੇ ਨਾਲ ਪਿੰਡਾਂ ਦੇ ਵਿੱਚ, ਤੇ ਉਹ ਇਹ ਉਹਦਾ ਸੂਪ ਪੀਂਦੇ ਆ, ਸੱਪ ਦਾ ਸੂਪ ਪੀਂਦੇ ਆ। ਚੂਹੇ ਨੂੰ ਗੇੜਾ ਨਹੀਂ ਪੈਣ ਦਿੰਦੇ, ਕੁੱਤੇ ਨੂੰ ਗੇੜਾ ਨਹੀਂ ਪੈਣ ਦਿੰਦੇ। ਉਹਦੇ ਵਿੱਚੋਂ ਕੀ ਨਿਕਲ, 1.5 ਅਰਬ ਦੇ ਕਰੀਬ ਲੋਕ ਨੇ ਇਹੋ ਜਿਹਾ, ਉੱਥੇ ਸਭ ਤੋਂ ਵੱਡੀ ਮਾਰਕੀਟ ਉੱਥੇ ਇਸ ਸ਼ਹਿਰ ਚ ਜਿੱਥੋਂ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ, ਉੱਥੇ ਆ ਸੀ ਫੂਡ ਦੀ ਤੇ ਇਸ ਜਾਨਵਰਾਂ ਦਾ ਜਿਹੜਾ ਮੀਟ ਖਾਂਦੇ ਆ ਉੱਥੋਂ। ਹੁਣ ਬਲਦੀ ਦੇ ਬੂਥੇ ਸਾਰਾ ਸੰਸਾਰ ਪਾਇਆ ਪਿਆ ਔਰ ਇਹ ਫੈਲਦਾ ਬਹੁਤ ਛੇਤੀ ਆ। ਹੱਥ ਲੱਗ ਗਿਆ ਛਿੱਕ ਕਿਸੇ ਦੀ, ਉਹਦੇ ਸੰਨ ਚ ਤੁਸੀਂ ਆ ਗਏ, ਹੱਥ ਲੱਗ ਕੇ ਕਿਸੇ ਅੱਖਾਂ ਨੂੰ ਹੱਥ ਲੱਗ ਗਿਆ। ਜਨਤਕ ਥਾਵਾਂ ਤੇ ਜਾਂਦੇ ਹੋ, ਉਹਦੇ ਬਾਅਦ ਹੱਥ ਸਾਫ਼ ਰੱਖੋ, ਸੈਨੇਟਾਈਜ਼ਰ ਗੱਡੀ ਦੇ ਵਿੱਚ ਰੱਖੋ, ਜਿਹੜਾ ਲਿਕੁਇਡ ਜਿਹਾ ਉਹਦੇ ਨਾਲ ਹੱਥ ਸਾਫ਼ ਵੱਧ ਤੋਂ ਵੱਧ ਸਦਾ ਹੀ ਇਸ ਤਰ੍ਹਾਂ ਚਾਹੀਦਾ ਕਿ ਹੱਥ ਤੁਹਾਡੇ ਸਾਫ਼ ਚਾਹੀਦੇ ਆ ਸਦਾ। ਹੱਥ ਦਾ ਪਤਾ ਨਹੀਂ ਕਦੋਂ ਉਹਨੇ ਨੱਕ ਤੇ ਲੱਗ ਜਾਣਾ, ਅੱਖ ਤੇ ਲੱਗ ਜਾਣਾ, ਮੂੰਹ ਤੇ ਲੱਗ ਜਾਣਾ, ਹੱਥ ਤੁਹਾਡੇ ਸਾਫ਼ ਚਾਹੀਦੇ। ਹੁਣ ਇਸ ਦੇ ਨਾਲ ਹੁਣ 100 ਦੇ ਕਰੀਬ ਤਾਂ ਮਰ ਗਏ ਜੇ ਸੱਚ ਦੱਸਿਆ ਹੋਵੇ ਤਾਂ। ਔਰ ਇਹ ਹੁਣ ਵੁਹਾਨ ਤੋਂ ਕੁਕਿਟਲਮ ਦੇ ਵਿੱਚ ਇੱਕ ਬੈਠਾ ਭਾਈ ਹੈ, ਉਹ ਕਹਿੰਦਾ ਮੇਰੀ ਘਰ ਵਾਲੀ ਨੂੰ ਸੱਦੋ, ਵੁਹਾਨ ਤੋਂ ਆ ਨਹੀਂ ਸਕਦੀ, ਮੈਂ ਬਹੁਤ ਔਖਾ ਤੇ ਮੌਂਟੀ ਗਿਸਬੋਰਨ ਉਹ ਕਹਿ ਰਿਹਾ, ਕਹਿੰਦਾ ਬਹੁਤ ਔਖਾ ਕੰਮ ਹੈ ਤੇ ਮੇਰੀ ਘਰ ਵਾਲੀ ਘੁੰਮਣ ਗਈ ਹੋਈ ਹੈ, ਨਾਲ ਉਹਦੇ ਕੁੜੀ ਹੈ, ਮੇਰੀ ਬੱਚੀ ਹੈ, ਉਹਨੂੰ ਲਿਆ ਨਹੀਂ ਲਿਆ, ਮੈਂ ਛੇਤੀ ਲਿਆਉਣਾ ਚਾਹੁੰਦਾ ਸੀ ਪਰ ਉੱਥੇ ਜਹਾਜ਼ ਨਹੀਂ ਉੱਡਣ ਦਿੰਦੇ। ਡੈਨੀਏਲਾ ਲੀਓ ਅੱਜ ਸਵੇਰੇ, ਤੇ 9 ਸਾਲ ਦੀ ਉਸਦੀ ਬੇਟੀ ਡੋਮਿਨਿਕਾ, ਉਹ ਸਵੇਰੇ ਅੱਜ ਗੱਲ ਕਰ ਰਹੇ ਸੀ CBC ਤੇ, ਉਹ ਕਹਿੰਦੇ ਵੀ ਸਾਨੂੰ ਬਾਹਰ ਨਹੀਂ ਨਿਕਲਣ ਦੇ ਰਹੇ, ਨਾ ਇੱਥੋਂ ਸਾਨੂੰ ਫਲਾਈ ਕਰਨ ਦਿੰਦੇ। ਹੁਣ ਇਹੀ ਹੈ, ਇਹੀ ਗੱਲ ਮੈਂ ਕਹਿੰਦਾ ਹੁੰਦਾ ਕਿ ਪੰਜਾਬ ਨੂੰ ਵਿਜ਼ਿਟ ਕਰਨਾ ਜਦ, ਉਹ ਪੰਜਾਬ ਤੁਹਾਡਾ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਹੈ 25-30 ਵਰੇ 94 ਤੋਂ ਬਾਅਦ ਦੇ ਕਾਲੇ ਯੁੱਗ ਦੇ ਵਿੱਚ, ਜਿੱਥੇ 8-8, 10-10 ਸਾਲ ਦੀਆਂ, 10 ਸਾਲ ਦੇ ਬੱਚੇ ਤੇ ਬੱਚੀਆਂ ਦੇ ਰੇਪ ਹੁੰਦੇ ਆ, ਉੱਥੇ ਜਵਾਕ ਜੱਲਾ ਜਦ ਲਿਜਾਣਾ, ਉਹਦਾ ਖਿਆਲ ਰੱਖਣਾ। ਉੱਥੇ ਪਤਾ ਨਹੀਂ ਪੰਜਾਬ ਤੋਂ ਦਿੱਲੀ ਨੂੰ ਆਉਂਦੀ ਸੜਕ ਤੇ ਮੁਰਥਲ ਦੇ ਵੇਲੇ ਕਦ ਜੱਟਾਂ ਨੇ ਚੱਕ ਕੇ, ਜੱਟਾਂ ਨੇ ਲੈ ਜਾਣੇ ਨੇ ਬੱਚੇ ਚੱਕ ਕੇ, ਤੇ ਤੀਜੇ ਦਿਨ ਮੋੜਦੇ ਆ, ਤੇ ਕੋਈ FRI ਨਹੀਂ ਹੈ, FIR ਕਿਤੇ ਨਹੀਂ ਹੋਈ, ਨਾ ਖੱਟਰ ਸਰਕਾਰ ਨੇ ਹੋਣ ਦਿੱਤੀ, ਨਾ ਕਿਸੇ ਨੇ ਹੋਣ ਦਿੱਤੀ। ਔਰ ਦਬਮੀਆਂ ਚੀਕਾਂ ਜਿਹੜੀਆਂ ਨਸੂਰ ਬਣ ਗਿਆ, ਉਹਦੇ ਫੋਨ ਵਕਤ ਦੇ ਵਾਰ ਵਕਤ 2-3 ਮਹੀਨੇ ਬਾਅਦ ਆਉਂਦੇ ਨੇ, ਡਿਪਰੈਸ਼ਨ ਦਾ ਸ਼ਿਕਾਰ ਹੋਏ ਟੱਬਰ ਆਪਣੇ ਦਿਲ ਦਾ ਦੁੱਖ ਸੁਣਾ ਦਿੰਦੇ ਨੇ, ਤੇ ਸੁਣ ਲਈ ਤੁਹਾਡੇ ਕੈਨੇਡਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚੋਂ ਅਕਸਰ ਇਹ ਫੋਨ ਆਉਂਦੇ ਨੇ। ਬਰਬਾਦੀ ਹੋ ਗਈ, ਹਾਲੇ ਕਾਲੇ ਯੁੱਗ ਤੇ ਸੁਨਹਿਰੀ ਯੁੱਗ ਦੀਆਂ ਗੱਲਾਂ ਸੁਣ ਲਿਓ, ਕਦੇ ਬਹੁਤ ਹੁੰਦੀਆਂ ਨੇ। ਸੁਨਹਿਰੀ ਯੁੱਗ ਕਿਹੜਾ ਸੀ ਤੇ ਕਾਲਾ ਯੁੱਗ ਕਿਹੜਾ ਸੀ? ਜਿਹਨੂੰ ਕਾਲਾ ਯੁੱਗ ਕਹਿੰਦੇ ਹੋ, 78-94 ਦੇ ਵਿੱਚ ਕਰਕੇ ਦਿਖਾਉਂਦਾ ਤਾਂ ਬਲਾਤਕਾਰ ਪੰਜਾਬ ਦੇ ਪਿੰਡਾਂ ਚ, ਕੋਈ ਛੱਡ ਕੇ ਦਿਖਾਉਂਦਾ ਕਿਸੇ ਦੀ ਧੀ ਧਿਆਣੀ ਦਾਜ ਤੇ, ਬੰਦਾ 150 ਬੱਕਰੇ ਖਾਣ ਵਾਲਾ ਜੰਨ ਚੜ੍ਹ ਕੇ ਦਿਖਾਉਂਦਾ, ਤੇ ਕੋਈ ਸਿੱਖ ਸਰਦਾਰ ਦੀ ਦਾੜੀ ਨੂੰ ਮਜ਼ਾਕ ਕਰਕੇ ਪੁਲਸੀਆ ਆਪਣੀ ਬੈਲਟ ਫਿਰ ਲਗਾਉਂਦਾ ਸੀ, ਝੱਗਾ ਕੱਢ ਕੇ ਬੈਲਟ ਤੇ ਟੰਗਦਾ ਸੀ, ਉਹ ਯੁੱਗ ਸੁਨਹਿਰੀ ਸੀ, ਉਹ ਕਾਲਾ ਯੁੱਗ ਸੀ। ਇਹ ਗੱਲਾਂ ਜਿਹੜੀਆਂ, ਇੱਕ ਹੋਰ ਬੜੀ ਧਾਰਨਾ, ਉਹ ਅਸੀਂ ਬਹੁਤ ਕੁਝ ਦੇਖਿਆ, ਅਸੀਂ ਸਾਰਾ ਕੁਝ ਦੇਖ ਕੇ ਆਏ ਹਾਂ, ਅਸੀਂ ਉੱਥੇ ਹੀ ਰਹੇ। ਇਹ ਇੱਕ ਬਹੁਤ ਵੱਡੀ ਗੱਲ ਹੈ। ਕਾਲਜਾਂ ਚ ਪੜ੍ਹਦੇ ਹੋਏ, ਜਦ ਕਾਲਜਾਂ ਦੇ ਵਿੱਚ 1984 ਸਾਕੇ ਇਸ ਘੱਲੂਘਾਰੇ ਦੇ ਵਿੱਚ ਕੌਮ ਦੀ ਅਜ਼ਮਤ ਬਚਾਉਣ ਲਈ ਜਿਹੜੇ ਵਿਖੜੇ ਰਾਹਾਂ ਤੇ ਤੁਰੇ, ਟੱਬਰ ਟੀਹੇ ਛੱਡ ਕੇ, ਉਹਨਾਂ ਦੇ ਨਾਲ ਪੜ੍ਹਦੇ ਹੀ ਦਮਗਜੇ ਕਈ ਮਾਰੀ ਜਾਂਦੇ ਨੇ। ਕਿਹਦੀ ਲੋਕ, ਟੋਡੀ ਲੋਕ ਜਿਨ੍ਹਾਂ ਦੇ ਨਾਲ ਉਹ ਭਾਈ ਤੁਰੇ ਹੋਣ ਤੇ ਉਹਨਾਂ ਨੂੰ ਉਹ ਨਿੰਦਦੇ ਹੋਣ ਤੇ ਗੱਲਾਂ ਇਹ ਕਹਿੰਦੇ ਹੁਣ, ਅਸੀਂ ਬਹੁਤ ਕੁਝ ਦੇਖਿਆ। ਦੇਖਿਆ ਕੀ ਯਾਰ, ਤੁਸੀਂ ਕੱਖ ਨਹੀਂ ਦੇਖਿਆ। ਜਿਹੜੇ ਉਹਨਾਂ ਚੋਂ ਬਚ ਕੇ ਭੱਜ ਕੇ ਕਿਤੇ ਆ ਗਏ ਜਾਂ ਛੱਡ ਗਏ, ਉਹਨਾਂ ਨੇ ਕੀ ਦੇਖਿਆ? ਦੇਖਿਆ ਨਹੀਂ ਉਹਨਾਂ ਨੇ, ਉਹਨਾਂ ਨੇ ਆਨੰਦ ਲਿਆ ਉਸ ਚੀਜ਼ ਦਾ, ਉਹਨਾਂ ਨੇ ਦਰਦ ਨਹੀਂ ਮਹਿਸੂਸ ਕੀਤਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇੱਥੇ, ਜਦ ਵੀ ਕੋਈ ਕੌਮ ਦੀ ਗੱਲ ਹੋਊ ਨਾ, ਉੱਥੇ ਕਈ ਖੜੇ ਹੋਏ, ਅਸੀਂ ਬਹੁਤ ਕੁਛ ਇਹ ਦੇਖਿਆ। ਕੀ ਦੇਖਿਆ ਤੁਸੀਂ, ਦੱਸੋ ਤਾਂ ਸਹੀ ਕਿਸੇ ਨੂੰ ਆ ਕੇ, ਵੀ ਤੁਸੀਂ ਕੀ ਦੇਖਿਆ, ਕੀ ਹੰਢਾਇਆ ਤੁਸੀਂ? ਜਿਹਨਾਂ ਨੇ ਹੰਢਾਇਆ ਉਹ ਤਾਂ ਕਹਿੰਦੇ ਵੀ ਨਹੀਂ ਵੀ ਅਸੀਂ ਹੰਢਾਇਆ, ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਸੀ ਉਸ ਸਮੇਂ। ਕੋਈ ਤੁਰ ਗਿਆ, ਕੋਈ ਰਹਿ ਗਿਆ, ਜਿਹੜੇ ਰਹਿ ਗਏ ਉਹ ਤੁਰ ਗਿਆ ਤੇ ਉਂਗਲਾਂ ਕਰਦਾ, ਬਰਬਾਦੀ ਹੋ ਜੂ, ਰਹਿਣਾ ਹੀ ਕੱਖ ਨਹੀਂ। ਤੁਹਾਡੀ ਜਦ ਨਹੀਂ ਬਰਬਾਦੀ ਹੋਈ, ਤੁਹਾਡੀ ਗਾਂਹ ਨੂੰ ਵੀ ਬਰਬਾਦੀ ਨਹੀਂ ਹੋਣੀ। ਇਹ ਵੀ ਗੱਲ ਲਿਖੀ ਹੋਈ ਆ, ਬਰਬਾਦੀ ਜਿਹੜੇ ਕਰਾਉਂਦੇ ਨੇ
ਉਹ ਦੱਸ ਕੇ ਨੀ ਨਾ ਬਰਬਾਦੀਆਂ ਕਰਨ ਵਾਲੇ ਰਾਹ ਤੇ ਤੁਰਦੇ ਨੇ ਤੇ ਬਰਬਾਦੀਆਂ ਹੋਣ ਬਾਅਦ ਵੀ ਨੀ ਦੱਸਦੇ ਉਹ, ਇਹ ਤਾਂ ਮਹਿਸੂਸ ਕਰਨ ਦੀ ਗੱਲ ਹੈ। ਸੋ ਕਦੇ ਵੀ ਵਿਜ਼ਿਟ ਕਰਦੇ ਹੋ ਜਾਣਾ ਅਸੀਂ ਹੈ ਦੁਨੀਆਂ ਦੇ ਵਿੱਚ, ਅਸੀਂ ਲੱਖ ਰਜਵਾੜੇ ਹੋ ਜਾਈਏ, ਸਾਡਾ ਦਰਬਾਰ ਸਾਹਿਬ ਉਹ ਪੰਜਾਬ ਦੇ ਵਿੱਚ ਰਹਿਣਾ, ਅਸੀਂ ਪੰਜਾਬ ਨੂੰ ਨਿੰਦਣਾ ਨਹੀਂ, ਅਸੀਂ ਪੰਜਾਬ ਨੂੰ ਸਾਂਭਣਾ, ਪਰ ਆਪਣੀ ਸੁਰੱਖਿਆ ਜਿਹੜੀ ਆਪ ਜ਼ਿੰਮੇਵਾਰ ਹੋ ਕੇ ਜਾਣਾ, ਖਾਸ ਤੌਰ ਤੇ ਇਸ ਵਰੇ ਦੇ ਵਿੱਚ ਜਿੱਥੇ ਉਸ ਪੰਜਾਬ ਦਾ ਸ਼ਾਸਕ ਉਹ ਹੋਵੇ ਜਿਹਨਾਂ ਨੇ ਐਲਾਨਨਾਮਿਆਂ ਤੇ ਦਸਤਖਤ ਕੀਤੇ ਹੋਣ ਅਨੰਦਪੁਰ ਸਾਹਿਬ ਦੇ ਤੇ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ, ਅੱਜ ਉਹ ਸਿਰਫ ਰੈਫਰੈਂਡਮ ਤੇ ਵੋਟ ਰਜਿਸਟਰ ਕਰਨ ਵਾਲਿਆਂ ਨੂੰ ਕਹੇ ਤੁੰਨ ਦੂੰਗਾ ਤੁਸੀਂ ਦੇਸ਼, ਮੈਂ DGP ਦਿਨਕਰ ਗੁਪਤਾ ਰੱਖਣਾ ਕਿਉਂਕਿ 2020 ਕਰਕੇ ਮੈਨੂੰ ਡਰ ਹੈ। ਕਿੱਥੋਂ ਤੇ ਕਿੱਥੇ ਦਾ ਸਫ਼ਰ ਹੈ। ਉਹ ਬਰਨਾਲੇ ਹੋਣੀ ਜਿਹਨਾਂ ਦਾ ਪੁੱਤ ਜਾ ਕੇ ਗਗਨਦੀਪ ਕਹਿੰਦਾ ਮੈਂ ਇੱਥੇ ਨਾਲ ਬਾਠਲ ਵਾਲਾ ਵੀ ਗਿਆ ਥਾ, ਨਾਲ ਚੰਦੂ ਬਾਜਰਾ ਵੀ ਸੀ, ਧਾੜ ਲੈ ਕੇ ਗਏ ਸੀ ਮਲਵਈਆਂ ਦੀਆਂ, ਫਿਰ 12 ਬੋਰਾਂ ਪਹਿਲੇ ਗਾਰ ਪਹਿਲੇ ਗੇੜੇ ਚ ਖੁਆਈਆਂ, ਨਾਲੇ ਥੱਪੜ ਖਾਧੇ, ਨਾਲੇ ਭੱਜੇ ਉੱਥੋਂ ਫਿਰ ਗਏ ਸੀ। ਉਹ ਕਹਿੰਦੇ ਵੀ ਅਸੀਂ ਸਰਬੱਤ ਖਾਲਸਾ ਤੋਂ ਪਹਿਲਾਂ ਜਿਹੜੀ ਅਖੰਡਪੁਰ ਸਾਹਿਬ ਦੀ ਲੜੀ ਆ ਇਹ ਬੰਦ ਕਰਾਉਣ। ਜਦ ਛਾਂਗੇ ਅਗਲਿਆਂ ਦੇ ਅੰਦਰ ਬੜੇ ਹੋਏ, 12 ਬੋਰਾਂ ਛੱਡ ਛੱਡ ਭੱਜੇ ਉੱਥੋਂ, ਫਿਰ ਗਏ ਸੀ ਇੱਕ ਬਰਨਾਲੇ ਨੇੜੇ, ਯੂਨੀਅਨ ਦਾ ਪ੍ਰਧਾਨ ਖੱਬੀ ਪੱਗ ਵਾਲਾ ਇੱਥੇ ਆਉਂਦਾ ਰਿਹਾ, ਉਹ ਵੀ ਨਾਲ ਗਿਆ ਸੀ ਗਗਨਦੀਪ ਤੇ ਨਾਲ ਚੰਦੂ ਬਾਜਰਾ ਵੀ ਸੀ, ਤੇ ਉੱਥੋਂ ਹੀ ਆਉਂਦੇ ਨੇ, ਫਿਰ ਐਕਸੀਡੈਂਟ ਹੋਇਆ ਜਿਹੜਾ ਲੱਤ ਟੁੱਟੀ ਸਰੀਆ ਪਿਆ ਹੁਣ ਲੋਹੇ ਦਾ, ਫਿਰ ਪਤਾ ਲੱਗਦਾ ਉਸ ਮੁਕੱਦਸ ਸਥਾਨ ਤੇ ਜਿੱਥੇ ਦੁਨੀਆਂ ਦੇ ਧਾੜ ਵੀ ਆ ਕੇ ਚੜ੍ਹਦੇ ਰਹੇ, ਉਸਨੇ ਅਜ਼ਮਤ ਦੇ ਲਈ ਯੋਧੇ ਉੱਥੇ ਨਿੱਤਰਦੇ ਰਹੇ ਉਸ ਜਗ੍ਹਾ ਤੇ। ਸੋ ਇਹ ਗੀਦੀਆਂ ਦਾ ਲਾਣਾ ਇਹ ਅੱਜ ਦਾ ਨਹੀਂ, ਇਹ ਜਿਹੜੇ ਸਾਹਿਬ ਰਾਏ ਤੇ ਹਰਭਗਤ ਨਿਰੰਜਣੀਏ ਦੇ ਖੂਨ ਨੇ ਜਿਹੜੇ, ਉਹ ਤਾਂ ਨਾਲ ਨਾਲ ਹੀ ਚੱਲਦਾ ਰਹਿਣਾ। ਸਰਦਾਰ ਤੇ ਗਰਦਾਰ ਨੇ ਜਿਹੜੇ ਉਹ ਬਰਾਬਰ ਹੀ ਚੱਲਦੇ ਰਹਿਣੇ ਨੇ, ਇਹਦਾ ਕੌਮ ਹਰ ਇੱਕ ਕੌਮ ਦੇ ਵਿੱਚ ਹੈ, ਸੋ ਇਸ ਦੀ ਪਰਵਾਹ ਨਹੀਂ। ਪਰ ਸਵਾਰੀ ਆਪਣੀ ਸਵਾਨ ਦੀ ਆਪ ਜ਼ਿੰਮੇਵਾਰ ਹੈ, ਥੋੜਾ ਬਹੁਤ ਖਿਆਲ ਦੇ ਨਾਲ, ਜਿਵੇਂ ਆਹ ਹੁਣ ਪੰਗਾ ਪਿਆ ਦੁਨੀਆਂ ਦੇ ਵਿੱਚ, ਕਿੱਥੋਂ ਚਮਗਿੱਦੜ ਛਕਦਾ ਕੋਈ ਹੈ, ਤੇ ਦੁਨੀਆਂ ਦੇ ਵਿੱਚ ਹੁਣ ਬਲਦੀ ਦੇ ਬੂਥੇ ਬਾਹਰ ਪਬਲਿਕ, ਕਿਉਂਕਿ ਆਈਡੈਂਟੀਫਾਈ ਨਹੀਂ ਹੋਇਆ, ਕਈ ਵਾਰ ਉੱਤਰ ਦੀਆਂ ਫਲਾਈਟਾਂ ਚੋਂ ਬੰਦੇ ਉੱਤਰ ਗਏ, ਕਿਸੇ ਨੇ ਨਹੀਂ ਦੱਸਿਆ, ਵਾਇਰਸ ਫੈਲਣ ਨੂੰ ਬਿੰਦ ਲੱਗਦਾ ਬਿੰਦ। ਪਬਲਿਕ ਪਲੇਸਿਸ ਤੇ, ਜਿਮ ਦੇ ਵਿੱਚ, ਲਾਇਬ੍ਰੇਰੀਆਂ ਚ, ਰੈਸਟੋਰੈਂਟਾਂ ਚ, ਸਕਾਈ ਟ੍ਰੇਨ ਚ, ਬੱਸਾਂ ਦੇ ਵਿੱਚ, ਕਿਤੇ ਵੀ ਕਾਮਨ ਪਲੇਸ ਤੇ ਜਾਂਦੇ ਹੋ, ਖਾਸ ਖਿਆਲ ਰੱਖਣਾ, ਹੱਥ ਸਾਫ਼ ਰੱਖਣੇ, ਵੱਧ ਤੋਂ ਵੱਧ ਕਲੀਨ ਰੱਖਣੇ ਨੇ ਹੱਥ। ਇਸ ਤੋਂ ਜੇ ਕੋਈ ਸਿਮਟਮ ਆਉਂਦੇ ਨੇ, ਸਾਹ ਔਖਾ ਹੁੰਦਾ, ਛਿੱਕਾਂ ਆਉਂਦੀਆਂ ਨੇ, ਗਲ ਖਰਾਬ ਹੁੰਦਾ, ਬੁਖਾਰ ਹੈ, ਜਦੇ ਫੈਮਿਲੀ ਡਾਕਟਰ ਕੋਲ ਜਾਣਾ ਆਪਣੇ ਕੋਲ, ਤੇ ਟੱਬਰ ਦੇ ਜੀ ਨੂੰ ਟੱਚ ਨਹੀਂ ਕਰਨਾ ਜੇ ਇਹੋ ਜਿਹੇ ਸਿਮਟਮ ਨੇ। ਫਲੂ ਤੇ ਇਸਦਾ ਅਲੱਗ ਹੈ, ਪਰ ਖਿਆਲ ਰੱਖੇ। ਕੱਲ ਇੱਕ ਜਦ ਕੋਬੀ ਬ੍ਰਾਇੰਟ ਦੀ ਮੌਤ ਦੀ ਖਬਰ ਸੁਣੀ ਤਾਂ ਸਾਡਾ ਨੌਜਵਾਨ ਵਰਗ ਜਿਹੜਾ ਬਹੁਤ ਉਦਾਸ ਹੈ ਕੱਲ ਦਾ, ਕਿਉਂਕਿ ਸਾਡੀ ਸੋਚਣੀ, ਸਾਡਾ ਸ਼ਿੱਦਤ ਦੇ ਨਾਲ ਉੱਥੋਂ ਆਇਆਂ ਦਾ ਪਿਆਰ ਪਲੇਅਰਾਂ ਦੇ ਨਾਲ, ਅਸੀਂ ਉਸ ਤਰ੍ਹਾਂ ਨਹੀਂ ਸੋਚਦੇ ਜਿਵੇਂ ਸਾਡੇ ਇੱਥੇ ਦੇ ਧੀ ਪੁੱਤ ਸੋਚਦੇ। ਕੋਬੀ ਬ੍ਰਾਇੰਟ ਬਹੁਤ ਸਾਡੇ ਨੌਜਵਾਨ ਬੱਚੇ ਤੇ ਬੱਚੀਆਂ ਦਾ ਮੈਂਟੋਰ, ਉਹਦੇ ਵੱਡੇ ਵੱਡੇ ਪੋਸਟਰ ਉਹ ਕਮਰਿਆਂ ਦੇ ਵਿੱਚ ਲਾਏ ਨੇ, ਉਹਦੀਆਂ ਜਰਜ਼ੀਆਂ ਜਿਹੜੀਆਂ ਨੰਬਰ ਤੇ ਉਹਦਾ ਨਾਂ ਤੇ ਉਸਦਾ ਦੀਆਂ ਗੱਲਾਂ ਬਾਤਾਂ, ਬਹੁਤ ਬੱਚਿਆਂ ਨੂੰ ਇਸ ਗੱਲ ਨੇ ਪ੍ਰਭਾਵਿਤ ਕੀਤਾ। ਮੌਤ ਜਿਹੜਾ ਮਰਨ ਲਿਖਾ ਕੇ ਮੰਡਲ ਚ ਆਉਣ ਦੀ ਗੱਲ, ਸੇਫੈਸਟ ਮੋਡ ਆਫ ਟਰਾਂਸਪੋਰਟੇਸ਼ਨ, ਆਵਾਜਾਈ ਦਾ ਸਭ ਤੋਂ ਸੁਰੱਖਿਅਤ ਜਿਹੜਾ ਢੰਗ ਹੈ ਉਹ ਹਵਾਈ ਜਹਾਜ਼ ਹੈ ਜਾਂ ਹੈਲੀਕਾਪਟਰ, ਆਪਣਾ ਪਰਸਨਲ ਪ੍ਰਾਈਵੇਟ ਉਹਦਾ ਹੈਲੀਕਾਪਟਰ, ਜਿਹਦੇ ਵਿੱਚ ਉਹ 20 ਵਰੇ ਜਦ ਲੇਕਰਸ ਲਈ ਖੇਲਿਆ, ਜਿਹੜੀ ਉਹਦੀ ਸਭ ਤੋਂ ਪਸੰਦੀਦੀ ਟੀਮ ਸੀ, ਦਾਦਾ ਵੀ ਖੇਲਿਆ, ਪਿਤਾ ਵੀ ਖੇਲਿਆ, ਲੇਕਰਸ ਦੇ ਵਿੱਚ ਕੋਬੀ ਖੇਲਿਆ, ਤੇ ਉਸ ਹੈਲੀਕਾਪਟਰ ਦੇ ਵਿੱਚ ਉਹ ਕਿੰਨੀ ਵਰੇ ਜਾਂਦਾ ਰਿਹਾ, ਉਸ ਸੈਂਟਰ ਦੇ ਵਿੱਚ ਸਦਾ ਹੈਲੀਕਾਪਟਰ ਵਰਤਦਾ ਰਿਹਾ। ਹੁਣ ਆਪਣੀ ਧੀ ਨੂੰ ਆਪਣੀ ਜਿਹੜੀ ਅਕੈਡਮੀ ਮਾਂਬਾ, ਮਾਂਬਾ ਸ਼ਬਦ ਹੈ ਜਿਹੜਾ ਬਹੁਤ ਜ਼ਹਿਰੀਲਾ ਤੇ ਬਹੁਤ ਤਿੱਖਾ ਜਿਹੜਾ ਸੱਪ ਹੈ, ਅਫਰੀਕਾ ਦੇ ਵਿੱਚ ਪਾਇਆ ਜਾਂਦਾ, ਜਿਸਨੂੰ ਮਾਂਬਾ ਕਹਿੰਦੇ ਨੇ, ਬਹੁਤ ਪੋਇਜਨਸ ਆ ਤੇ ਬਹੁਤ ਤੇਜ਼ ਹੈ, ਮਾਂਬਾ ਨਿੱਕ ਨੇਮ ਸੀ ਕੋਬੀ ਬ੍ਰਾਇੰਟ ਦਾ। ਤੇ ਜਿਹੜੀ ਧੀ ਉਸਦੀ
ਜਿਗੀ ਜਿਸ ਦਾ ਨੌਂ 13 ਤੇ ਜਿਹੜੀ ਸੈਕਿੰਡ ਓਲਡੈਸਟ ਤੇ ਆਉਣ ਵਾਲੀ ਸਟਾਰ ਸੀ ਤੇ ਚਾਰ ਧੀਆਂ ਦਾ ਇਹ ਪਿਤਾ ਤਿੰਨ ਧੀਆਂ ਤੇ ਘਰ ਵਾਲੀ ਵੈਨਿਸਾ ਨੂੰ ਛੱਡ ਕੇ ਇਸ ਦੁਨੀਆਂ ਤੂਫਾਨੀ ਸੰਸਾਰ ਤੋਂ ਕੂਚ ਕਰ ਗਿਆ ਤੇ ਅੱਧਾ ਬਿਲੀਅਨ ਡਾਲਰ ਦੇ ਉਹਦੇ ਕੋਲ ਹੁਣ ਉਹਦੀ ਜਿਹੜੀ ਆ ਜਾਇਦਾਦ ਸੀ 500 million dollars। ਅਸਲ ਕਹਾਣੀ ਇਹੀ ਹੈ, ਸੱਚ ਇਹੀ ਹੈ। ਸਕੂਲ ਦੇ ਵਿੱਚੋਂ ਸਿੱਧਾ ਐਲ ਏ ਲੇਕਰ ਦੇ ਵਿੱਚ ਆ ਕੇ ਖੇਲਿਆ, 20 ਵਰੇ ਉਸਨੇ ਐਲ ਏ ਲੇਕਰ ਦੇ ਵਿੱਚ ਤੇ 2016 ਦੇ ਵਿੱਚ 4 ਵਰੇ ਪਹਿਲਾਂ ਉਹ ਰਿਟਾਇਰ ਹੋਇਆ। ਬਹੁਤ ਇੱਥੋਂ ਲੋਕ ਜਿਹੜੇ ਨੇ ਐਲ ਏ ਜਾ ਕੇ ਉਸਦੀ ਇਹ ਵੇਖਣ ਗਏ ਤੇ ਪਿਤਾ ਦੀ ਦੇਖ ਰੇਖ ਥੱਲੇ ਉਸਦੀ ਇਹ ਧੀ ਜਿਹੜੀ ਇੱਕ ਸਟਾਰ ਬਣ ਜਾ ਰਹੀ ਸੀ, ਬਹੁਤ ਵਧੀਆ ਜਿਹੜੀ ਬਾਸਕਟਬਾਲ ਖੇਲਦੀ ਸੀ ਤੇ ਕੱਲ ਜਦ ਉਸਦੀ ਖਬਰ ਆਈ ਤੇ 17 ਵਰਿਆਂ ਦੀ ਉਮਰ ਦੇ ਵਿੱਚ 13ਵਾਂ ਓਵਰਆਲ ਪਿਕ ਸੀ 1996 ਦੀ ਨੈਸ਼ਨਲ ਵਾਲੀਬਾਲ ਐਸੋਸੀਏਸ਼ਨ NBA ਦੀ ਡਰਾਫਟ ਦੇ ਵਿੱਚ ਤੇ ਜੋਲੀਬੀਨ ਬ੍ਰਾਇੰਟ ਜੋ ਬ੍ਰਾਇੰਟ ਤੇ ਪਹਿਲਾਂ ਉਹਨੇ ਬੜੀ ਮਿਹਨਤ ਵੀ ਕੀਤੀ ਤੇ ਉਸ ਤੋਂ ਬਾਅਦ ਹੁਣ ਮਾਈਕਲ ਜੋਰਡਨ ਤੋਂ ਬਾਅਦ 20 ਦੇ ਹੁੰਦਿਆਂ ਹੋਏ ਵੀ 20 ਸੀਜ਼ਨ ਜਿਹਦੇ ਵਿੱਚ 18 ਆਲ ਸਟਾਰ ਸਿਲੈਕਸ਼ਨ ਤੇ NBA MVP 2008 'ਚ ਤੇ NBA ਫਾਈਨਲਸ MVP, ਪਤਾ ਹੀ ਨਹੀਂ ਕੀ ਕੁਛ ਇਸ ਬੰਦੇ ਨੇ ਕੀਤਾ ਤੇ ਪਰ ਮੌਤ ਹੈ ਜਿਹੜੀ ਉਸ ਤੋਂ ਤੁਸੀਂ ਭੱਜ ਨਹੀਂ ਸਕਦੇ। 17 ਵਰਿਆਂ ਦੀ 1996 ਦੀ ਉਸਦੀ ਫੋਟੋ ਹੈ ਚੜ੍ਹਦੀ ਵਰੇਸ ਦੇ ਵਿੱਚ ਤੇ ਬਹੁਤ ਵਧੀਆ ਬਾਸਕਟਬਾਲ ਕੋਬੀ ਬ੍ਰਾਇੰਟ ਖੇਲਿਆ। ਹੁਣ ਜਿਹੜਾ ਕੁਛ ਅਸਲ ਜਿਹੜੀ ਸੱਚ ਹੈ ਉਹ ਸੱਚ ਹੈ, ਪਰ ਜਿਹੜੇ ਕੋਬੀ ਨੂੰ ਪਿਆਰ ਕਰਨ ਵਾਲੇ ਨੇ ਉਹ ਬਹੁਤ ਉਦਾਸ ਨੇ। ਕੱਲ ਇਹ ਸੌਖੀ ਨਹੀਂ ਗੱਲ ਹੈ, ਆਪਣਾ ਆਪਣਾ ਢੰਗ ਹੈ ਕਿਸੇ ਨੂੰ, ਕਿਸੇ ਪਿਆਰੇ ਨੂੰ, ਕਿਸੇ ਨੂੰ ਤੁਰਗਿਆਂ ਨੂੰ ਯਾਦ ਕਰਨ ਦਾ ਅਲੱਗ ਅਲੱਗ ਦਾ ਲੋਕਾਂ ਦਾ ਪਿਆਰ ਹੈ ਆਪਣੇ ਮਿੱਤਰਾਂ ਲਈ, ਪਰਿਵਾਰਾਂ ਲਈ ਤੇ ਕੌਮ ਲਈ ਤੇ ਦੇਸ਼ ਲਈ। ਉਹਦਾ ਅਲੱਗ ਅਲੱਗ ਰੰਗ ਹੈ ਤੇ ਉਸਦਾ ਸੋਚਣ ਦਾ ਢੰਗ ਹੈ ਜਿਹੜਾ ਕਿ ਇੱਕ ਦੂਜੇ ਤੇ ਲਾਗੂ ਨਹੀਂ ਹੁੰਦਾ ਤੇ ਨਾ ਹੀ ਕਦੇ ਬਰਾਬਰ ਹੁੰਦਾ। ਹਰ ਇੱਕ ਕੋਲ ਆਪਣੀ ਆਜ਼ਾਦੀ ਹੈ ਸੋਚਣ ਦੀ ਤੇ ਉਹ ਕਰਨ। ਕੋਬੀ ਨੂੰ ਲੋਕ ਬਹੁਤ ਅੱਜ ਯਾਦ ਕਰ ਰਹੇ ਨੇ। ਸਟੇਪਲ ਸੈਂਟਰ ਦੇ ਬਾਹਰ ਫੁੱਲਾਂ ਦੇ ਗਰੇ ਲੱਗੇ ਪਏ ਨੇ, ਲੋਕ ਰੋ ਰਹੇ ਨੇ ਤਾਂ ਹੀ ਤੇ ਸ਼ੈਕ ਨੇ ਕਿਹਾ ਕਿ ਮੈਂ ਬਹੁਤ ਦੁੱਖ 'ਚ ਹਾਂ, ਸ਼ਕੀਲ ਓਨੀਲ ਦੇ ਨਾਲ ਖੇਲਦਾ ਰਿਹਾ ਲੇਕਰ ਦੇ ਵਿੱਚ ਤੇ ਬਹੁਤ ਵਧੀਆ ਪਲੇਅਰ ਨੇ। ਇਹੋ ਜਿਹੇ ਪਲੇਅਰ ਜਿਹੜੇ ਨੇ ਤੁਸੀਂ ਦੇਖੋ ਸੀ ਬਣਨਾ ਕਿੰਨਾ ਔਖਾ ਹੈ, ਖੇਲਣਾ ਕਿੰਨਾ ਔਖਾ ਹੈ, ਕਿੱਥੋਂ ਛਾਲਾਂ ਮਾਰਦੇ ਨੇ, ਕਿੱਥੇ ਤੱਕ ਜਿਹੜਾ ਲੈਬਰੋਨ ਵਰਗੇ ਪਲੇਅਰ ਤੇ ਇਹੋ ਜਿਹੇ ਪਲੇਅਰ ਜਿਹੜੇ ਖਾਸ ਤੌਰ ਤੇ ਇਹਨਾਂ ਸਿਆਹ ਰੰਗ ਦੇ ਲੋਕਾਂ ਦੇ ਨਾਲ ਦਿਲੋਂ ਹਮਦਰਦੀ ਆ ਵੀ ਇਹਨਾਂ ਦੇ ਪੁਰਖਿਆਂ ਦੇ ਨਾਲ ਇਹਨਾਂ ਨਾਲ ਕੀ ਹੋਇਆ ਦੁਨੀਆਂ ਦੀ ਧਰਤੀ ਤੇ। ਅਫਰੀਕਾ ਨੂੰ ਲੁੱਟਿਆ ਲੋਕਾਂ ਨੇ ਜਾ ਕੇ, ਯੂਰਪ ਦੇ ਰਾਜਿਆਂ ਨੇ, ਚਾਹੇ ਉਹ ਬੈਲਜੀਅਮ ਦਾ, ਚਾਹੇ ਫ੍ਰੈਂਚ ਆ, ਚਾਹੇ ਸਪੈਨਿਸ਼ ਹੈ, ਚਾਹੇ ਜਰਮਨ ਹੈ, ਇਨਵੇਡ ਕੀਤਾ ਹੈ ਜਾ ਕੇ, ਇੱਥੋਂ ਜਾ ਕੇ ਨੇੜੇ ਨੇੜੇ ਦਰਿਆ ਦੇ ਜਹਾਜ਼ ਖੜਦੇ ਰਹੇ, ਹੰਟ ਕਰਕੇ ਲਿਆਉਂਦੇ ਰਹੇ, ਫਿਰ ਗੋਡੇ ਗਿੱਟੇ ਟੋਹ ਕੇ ਬੋਲੀਆਂ ਲੱਗਦੀਆਂ ਰਹੀਆਂ, ਸੰਗਲ ਜਿਹੜੇ ਨੇ ਗਿੱਟਿਆਂ ਨੂੰ ਗੁੱਟਾਂ ਨੂੰ ਬੰਨ ਕੇ ਕੰਮ ਕਰਦੇ ਰਹੇ। ਅੱਜ ਉਹਨਾਂ ਦੀ ਪੀੜ੍ਹੀ ਜਿਹੜੀ ਹੈ ਉਹ ਸਪੋਰਟਸ ਦੇ ਵਿੱਚ ਰਾਜ ਕਰਦੀ ਹੈ। ਸਾਹਬਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਸਰਦਾਰ ਹਰਜੀਤ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਰੋਤਿਆਂ ਨੂੰ। ਇਹੋ ਕਹਿਣਾ ਚਾਹੁੰਦਾ ਜੀ, ਜਿਹੜੀ ਆ ਕੋਬੀ ਬ੍ਰਾਇੰਟ ਦੀ ਮੌਤ ਹੋਈ ਹੈ, ਇਹ ਬੜੀ ਸੰਸਾਰ ਭਰ ਦੇ ਵਿੱਚ ਬੜੀ ਦੁੱਖਦਾਈ ਹੈਗੀ ਆ। ਕੱਲ ਸੁਣ ਕੇ ਅਚਾਨਕ ਬੜੀ ਹੈਰਾਨਗੀ ਹੋਈ ਤੇ ਬਹੁਤ ਥੋੜੇ ਜਿਹੇ ਟਾਈਮ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਸੰਸਾਰ ਭਰ ਦੇ ਵਿੱਚ ਨਾਮ ਬਣਾਇਆ। ਫਿਰ ਵੇਖੋ ਉਹਨੇ ਆਪਣੀ ਬੇਟੀ ਨੂੰ, ਮੀਡੀਆ ਵੀ ਪੁੱਛਦਾ ਵੀ ਤੇਰੇ ਬੇਟਾ ਹੈ ਨੀ, ਵਿਚਾਰ ਕੁੜੀਆਂ, ਉਹ ਕਹਿੰਦੇ ਵੀ ਨਹੀਂ ਮੇਰੀ ਬੇਟੀ ਹੀ ਕਰੇਗੀ। ਇੰਨੇ ਪਿਆਰ ਲਗਨ ਦੇ ਨਾਲ ਉਸ ਬੇਟੀ ਨੂੰ, ਫਿਰ ਵੇਖੋ ਟ੍ਰੈਫਿਕ ਕਰਕੇ ਹੀ ਇਹ ਚੀਜ਼ ਬਣਾਈ ਵੀ ਚਲੋ ਵੀ ਹੈਲੀਕਾਪਟਰ ਤੇ ਹਮੇਸ਼ਾ। ਸੋ ਰੱਬ ਨੇ, ਹੋਰ ਤੁਸੀਂ ਵੇਖ ਲਓ ਵੀ ਸਾਰੇ
ਵੇਖਦੇ ਆ ਉੱਥੇ ਵੀ ਕਹਿੰਦੇ ਆ ਵੀ ਉਹਨਾਂ ਨੂੰ ਪੁਲਿਸ ਨੇ ਵੀ ਆਪਣਾ ਹੈਲੀਕਾਪਟਰ ਨਹੀਂ ਉਡਾਇਆ ਪਰ ਉਹ ਮੌਤ ਜਿਹੜੀ ਆ ਉਹ ਨਹੀਂ ਛੱਡ ਸਕੀ। ਸੋ ਇੱਕ ਗੱਲ ਮੈਂ ਹੋਰ ਤੁਹਾਡੀ ਇਜਾਜ਼ਤ ਹੋਵੇ ਤੇ ਕਲੀਅਰ ਕਰਨਾ ਚਾਹੁੰਦਾ ਪਲੀਜ਼ ਜੀ। ਹੈਲੋ, ਹਾਂਜੀ 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 ਹਾਂਜੀ, ਮੈਂ ਇਹ ਕਲੀਅਰ ਕਰਨਾ ਚਾਹੁੰਦਾ ਸੀ, ਦੇਖੋ ਕੋਈ ਮੈਂ ਹੋਵੇ ਕੋਈ ਵਿਅਕਤੀ ਖਾਲਿਸਤਾਨ ਦਾ ਹਮਾਇਤੀ ਜਾਂ ਨਾ ਹੋਵੇ, ਮੈਂ ਇੱਕ ਸਰਦਾਰ ਉਲਕ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਹਾਂ ਵੀ ਉਹਨਾਂ ਨੇ ਇੱਕ ਰੇਡੀਓ ਤੇ ਸਵੇਰੇ ਆ ਕੇ ਕਿਹਾ ਸੀਗਾ ਬਈ ਪੰਨੂ ਸਾਹਿਬ ਮੋਨੇ ਨੇ ਤੇ ਗਰੇਵਾਲ ਸਾਹਿਬ ਮੋਨੇ ਨੇ, ਮੇਰਾ ਖਿਆਲ ਇਹ ਗੱਲ ਜਿਹੜੀ ਹੈਗੀ ਆ ਕਦੇ ਉਹਨਾਂ ਨੇ ਜਾਂ ਕਿਸੇ ਨੇ ਗੱਲ ਨਹੀਂ ਆਖੀ ਵੀ ਇਹ ਅੰਮ੍ਰਿਤਧਾਰੀ ਸਿੱਖਾਂ ਦਾ ਹੀ ਖਾਲਿਸਤਾਨ ਹੋਏਗਾ ਜਾਂ ਉਹਨਾਂ ਨੇ, ਤੇ ਮੇਰਾ ਖਿਆਲ ਇਹ ਵੀ ਮੈਂ ਸੁਣਿਆ ਹੈਗਾ ਵੀ ਕਿਹਾ ਵਾ ਵੀ ਹਿੰਦੂ ਪੰਜਾਬੀ ਹੋਣ ਜਿਹੜੇ ਉੱਥੇ ਰਹਿੰਦੇ ਨੇ, ਮੁਸਲਮਾਨ ਹੋਣ, ਸੋ ਏਦਾਂ ਦੀ ਗੱਲ ਬਾਰ ਬਾਰ ਕਹਿ ਦੇਣੀ ਮੇਰਾ ਖਿਆਲ ਇਹ ਕੋਈ ਸੁਭਾ ਨਹੀਂ ਦਿੰਦੀ ਵੀ ਉਹ ਜੇ ਮੋਨੇ ਨੇ ਜਾਂ ਕਿੱਦਾਂ, ਤੇ ਉਹ ਨੀ ਉਹ ਵੀ ਸਿੱਖਾਂ ਵਿੱਚ ਹੀ ਪੈਦੇ ਹੋਏ ਨੇ, ਉਹਨਾਂ ਨੇ ਕੋਈ ਇਹੋ ਜਿਹੀ ਡਿਮਾਂਡ ਕਿਸੇ ਨੇ ਵੀ ਨੀ ਮੇਰਾ ਖਿਆਲ ਰੱਖੀ ਹੈਗੀ ਵੀ ਹੈਵ ਟੂ ਅੰਮ੍ਰਿਤਧਾਰੀ ਕਰਦੇ ਆ ਜੀ, ਹਰ ਉਹਨਾਂ ਨੇ ਅਗਲੇ ਹਿੱਸੇ ਚ ਕਰਦੇ ਆ ਜੀ। ਠੀਕ ਹੈ ਜੀ, ਠੀਕ ਹੈ ਜੀ, ਠੀਕ, ਧੰਨਵਾਦ ਜੀ, ਕੋਈ ਗੱਲ ਨੀ, ਆਪਣੇ ਸੋਚ ਹੁੰਦੀ ਹੈ ਜੀ, ਕੋਈ ਪ੍ਰੋਬਲਮ ਨੀ, ਤੇ ਮੈਨੂੰ ਨੀ ਪਤਾ ਜੇ ਉਹਨਾਂ ਨੇ ਕਿਤੇ ਕੀਤੀ ਆ। ਅਗਲੇ ਹਿੱਸੇ ਚ ਆਪਾਂ ਗੱਲਬਾਤ ਕਰਾਂਗੇ 2020 ਦੇ ਰੈਫਰੈਂਡਮ ਤੇ ਵੀਕਐਂਡ ਤੇ ਹੋਏ ਸੀ ਇਕੱਠ ਬਾਰੇ ਰਿਪੋਰਟ ਕਰਦਾ, ਤੇ ਫਿਰ ਤੁਹਾਡਾ ਕੁਛ ਕਾਲ ਤੁਹਾਡੀਆਂ ਵੀ, ਫਿਰ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਜਨਮ ਦਿਨ ਉਸਦੀ ਗੱਲ, ਅਖੀਰਲੇ ਦੇ ਵਿੱਚ ਆਸ਼ਵਿਜ ਕੈਂਪ ਜਿਹੜਾ ਲਿਬਰੇਟ ਕੀਤਾ 75 ਵਰ੍ਹੇ ਪਹਿਲਾਂ ਅੱਜ ਦੇ ਦਿਨ 27 ਜਨਵਰੀ 1945 ਨੂੰ, ਉਹਦੇ ਵਿੱਚ ਯਹੂਦੀਆਂ ਦਾ ਨਰਸੰਘਾਰ, ਜਿਹੜੀ ਨਸਲਕੁਸ਼ੀ ਕਿਵੇਂ ਹੋਈ ਸੀ। ਜਿਹੜੀ ਵੀਕਐਂਡ ਤੇ ਸਿੱਖਸ ਫਾਰ ਜਸਟਿਸ ਵੱਲੋਂ ਇੱਕ ਕਾਨਫਰੰਸ ਕੱਲ ਕੀਤੀ ਗਈ ਤੇ ਕੱਲ ਹੀ ਸਵੇਰੇ ਭਾਰਤ ਦੇ ਕੌਂਸਲ ਖਾਨੇ ਦੇ ਅੱਗੇ ਹਾਊਸ ਸਟਰੀਟ ਦੇ ਅੱਗੇ ਇੱਕ ਮੁਜ਼ਾਹਰਾ ਕੀਤਾ ਗਿਆ ਸ਼ਾਂਤਮਈ, ਤੇ ਨਾਲ ਹੀ ਭਾਰਤ ਦਾ ਸੰਵਿਧਾਨ ਹੈ ਜਿਹੜਾ ਉਸ ਨੂੰ ਕਾਮਾਗਾਟਾ ਮਾਰੂ ਦੀ ਜਗ੍ਹਾ ਤੇ ਜਿੱਥੇ ਆ ਕੇ ਜਿਹੜਾ ਉਹਨਾਂ ਦਾ ਸਮਾਰਕ ਬਣਿਆ ਮੇਰਾ ਖਿਆਲ ਉੱਥੇ ਹੀ, ਉਹ ਕੰਸਟੀਟਿਊਸ਼ਨ ਨੂੰ ਇੱਕ ਸੈਰੇਮੋਨੀਅਲ ਟਾਈਪ ਅੱਗ ਲਾ ਕੇ ਉਸਦੀ ਵੀਡੀਓ ਬਣਾ ਕੇ ਉਹ ਅੱਗ ਬੁਝਾਈ ਗਈ, ਕਿਉਂਕਿ ਬਾਹਰ ਤੁਸੀਂ ਇਸ ਤਰ੍ਹਾਂ ਅੱਗ ਨਹੀਂ ਲਾ ਸਕਦੇ। ਇਸ ਤੇ ਬੜੀ ਬਹਿਸ ਹੋ ਰਹੀ ਹੈ ਇੱਕ ਹਫ਼ਤੇ ਦੀ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਦਰਵੰਤ ਸਿੰਘ ਪੰਨੂ ਤੇ ਜਤਿੰਦਰ ਸਿੰਘ ਗਰੇਵਾਲ ਦੇ ਬਾਰੇ ਸਦਾ ਇਹ ਪਿਛਲੇ 5-4 ਸਾਲ 7 ਸਾਲ 10 ਸਾਲ ਜਦ ਦਾ ਸਿੱਖਸ ਫਾਰ ਜਸਟਿਸ ਤੇ ਆਇਆ, ਚਾਹੇ ਭਾਰਤ ਤੋਂ ਪੰਜਾਬ ਤੋਂ ਆਏ ਰਾਜਨੀਤਿਕ ਬੰਦਿਆਂ ਨੂੰ ਦੇ ਕੋਰਟ ਦੇ ਵਿੱਚ ਉਹਨਾਂ ਦੇ ਪ੍ਰਤੀ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਬਾਰੇ ਵਕਤ ਦਰ ਵਕਤ ਕੇਸ ਕਰਨ ਤੇ, ਤੇ ਉਹਨਾਂ ਦੇ ਜਿਹਨਾਂ ਚ ਵੱਡੇ ਨੇਤਾ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਹੋਰਾਂ ਦੇ ਦੀ ਗੱਲ ਤੇ ਹੋਰ ਇੰਦਰਾ ਆਪਣੇ ਸੋਨੀਆ ਗਾਂਧੀ ਤੇ ਉਸਦੇ ਸਾਰਿਆਂ ਤੇ ਸਿੱਖਸ ਫਾਰ ਜਸਟਿਸ ਦਾ ਜਿਹੜਾ ਇੱਕ ਰੋਲ ਰਿਹਾ, ਜਿਹਦੇ ਕਰਕੇ ਸਿੱਖਸ ਫਾਰ ਜਸਟਿਸ ਉਹਦੇ ਇਸ ਨੂੰ ਸਮਝਣ ਦੀ ਲੋੜ ਹੈ ਕਿ ਕਾਨੂੰਨੀ ਸਲਾਹਕਾਰ ਨੇ ਦੋ ਬੰਦੇ ਹੋ ਸਿਰਫ, ਉਹਨਾਂ ਨੂੰ ਤੁਸੀਂ ਸਿੱਖਸ ਫਾਰ ਜਸਟਿਸ ਦੇ ਸਾਰਾ ਕੁਛ ਮੰਨਦੇ ਹੋ, ਨਹੀਂ। ਸਿੱਖਸ ਫਾਰ ਜਸਟਿਸ ਦੇ ਜਿਹੜੇ ਫਾਊਂਡਿੰਗ ਮੈਂਬਰ ਨੇ ਉਹਨਾਂ ਵਿੱਚੋਂ ਬਹੁਤੇ ਕੱਲ ਗ੍ਰੈਂਡ ਤਾਜ ਦੇ ਵਿੱਚ ਪਹੁੰਚੇ ਹੋਏ ਸੀ, ਡਾਕਟਰ ਸਾਹਿਬ ਪੈਨਸਲਵੇਨੀਆ ਤੋਂ, ਸਾਬੀ ਸਿੰਘ, ਅਮਨ ਸਿੰਘ ਤੇ ਹੋਰ ਬਹੁਤ ਮੈਂਬਰ ਨੇ ਉਸਦੇ ਨਾਲ। ਹੁਣ ਇਹ ਆਪਣਾ ਆਪਣਾ ਕੋਈ ਵਿਰੋਧ ਕਰਨ ਦਾ ਢੰਗ ਹੈ। ਅਸਲ ਸਿੱਖਸ ਫਾਰ ਜਸਟਿਸ ਜਿਹੜਾ ਉਹਦੇ ਤੇ ਜ਼ਿਆਦਾ ਗੱਲਬਾਤ ਜਦ ਹੋਈ ਜਾਂ 4-5 ਵਰ੍ਹੇ ਉਹਨਾਂ ਨੇ ਕਹਿਤਾ 2020 ਦੇ ਵਿੱਚ ਅਸੀਂ ਇੱਕ ਰੈਫਰੈਂਡਮ ਕਰਾਉਣਾ ਜਿਹਦੇ ਵਿੱਚ ਪੰਜਾਬ ਦੀ ਆਜ਼ਾਦੀ ਦੀ ਗੱਲ ਹੋਏਗੀ, ਜਿਹਦੇ ਵਿੱਚ ਖਾਲਿਸਤਾਨ ਦੀ ਗੱਲ ਹੋਏਗੀ, ਤੇ ਇਹ ਕਿਸੇ ਵੱਲੋਂ ਨਹੀਂ ਕਰਾਇਆ ਜਾ ਰਿਹਾ, ਨਾਨ ਬਾਈਂਡਿੰਗ ਹੈ, ਕੋਈ ਯੂਨਾਈਟਿਡ ਨੇਸ਼ਨ ਵੱਲੋਂ ਨਹੀਂ ਕੀਤਾ ਜਾ ਰਿਹਾ। ਇਸ ਦੇ ਸਾਹਮਣੇ ਸਾਡੇ ਕੋਲ ਇਹੋ ਜਿਹੇ ਰੈਫਰੈਂਡਮ ਹੋਏ ਨੇ, ਚਾਹੇ ਕ੍ਰਾਈਮੀਆ ਦੇ ਵਿੱਚ ਹੋਇਆ, ਰਸ਼ੀਆ ਨੇ ਆਪਣੀ ਮਰਜ਼ੀ ਨਾਲ ਕਰਾ ਕੇ ਯੂਕਰੇਨ ਦਾ ਹਿੱਸਾ ਦੱਬ ਲਿਆ, ਚਾਹੇ ਕੈਟਲੀਨੀਆ ਦੇ ਵਿੱਚ ਖਾਸ ਤੌਰ ਤੇ ਸਪੇਨ ਦਾ ਉਹ ਵੇਖਣ ਵਾਲਾ ਸੀ, ਕੁਰਦਿਸਤਾਨ ਦਾ ਤੇ ਹੋਰ ਦੇਸ਼ ਜਿਹੜੇ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਦਾਖਲ ਹੋ ਰਹੇ ਨੇ। ਪੰਜਾਬ ਦੇ ਜਾਂ ਸੰਘਰਸ਼ ਦੀ ਗੱਲ ਕਰੀਏ, ਇੱਕ ਵੰਨਗੀ ਹੈ, ਆਪਣਾ ਆਪਣੀ ਸੋਚਣ ਦਾ ਢੰਗ ਹੈ। ਇੱਕ ਵਰਗ ਹੈ ਜਿਹੜਾ ਉਹ 47 ਤੋਂ ਇਹ ਸੋਚ ਰਿਹਾ ਕਿ ਸਾਡੇ ਨਾਲ ਵਿਸਾਹਘਾਤ ਹੋਇਆ, ਸਾਡੇ ਤੇ ਕੰਸਟੀਟਿਊਸ਼ਨ ਜਿਹੜਾ ਹੈ ਥੋਪਿਆ ਗਿਆ, ਸਾਡੇ ਕਿਸੇ ਸਿੱਖ ਨੇ ਇਸ ਤੇ ਦਸਤਖਤ ਨਹੀਂ ਕੀਤੇ। ਬਲਦੇਵ ਦੁੰਮਣਾ ਵਰਗੇ ਆਪਣੀ ਇੰਡਸਟਰੀ ਦੇ ਖਾਤਰ ਨਹਿਰੂ ਦੇ ਚਾਟੜੇ ਬਣ ਕੇ
ਕੌਮ ਨੂੰ ਖੂਹ ਸਿੱਟਿਆ ਹੈ। ਇੱਕੋ ਇੱਕ ਲੀਡਰ ਮਾਸਟਰ ਤਾਰਾ ਸਿੰਘ ਨੇ ਮਰਨ ਵੇਲੇ ਵੀ ਇਹ ਗੱਲਾਂ ਕੀਤੀਆਂ ਕਿ ਮੇਰੇ ਤੋਂ ਗਲਤੀ ਹੋ ਗਈ, ਬੇੜੀਆਂ 'ਚ ਵੱਟੇ ਪਾ ਦਿੱਤੇ। ਔਰ ਇਸ ਤੇ ਬੜੀ ਇੱਕ ਬਹਿਸ ਚੱਲਦੀ ਹੈ ਕਿ ਜੀ ਜਰਾਇਮ ਪੇਸ਼ਾ ਕੌਮ ਜਾਂ ਸਿੱਖਾਂ ਨੂੰ ਕਿਹਾ ਗਿਆ ਉਹ ਕਿੱਥੇ ਛਪਿਆ। ਇਹ ਗੱਲ ਬੜੀ ਚੈਲੰਜ ਕੀਤੀ ਜਾਂਦੀ ਹੈ ਵੈਨਕੂਵਰ ਦੇ ਵਿੱਚ ਖਾਸ ਤੌਰ ਤੇ ਕਿ ਉਹ ਕਿਤੇ ਨਹੀਂ ਲਿਖਿਆ, ਇਹ ਨਹੀਂ ਹੋਇਆ। ਉਹ ਤੇਰਾ ਇੱਕ ਆਪਣੀ ਆਪਣੀ ਜਿਹੜੀ ਸੋਚਣ ਦਾ ਇੱਕ ਨਜ਼ਰੀਆ, ਤਾਂ ਹੀ ਮੈਂ ਕਹਿੰਦਾ ਵੀ ਇਸ ਨੂੰ ਚੇਂਜ ਨਹੀਂ ਤੁਸੀਂ ਕਰ ਸਕਦੇ। ਕਿਸੇ ਰਾਸ਼ਟਰਵਾਦੀ ਨੂੰ, ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੇ ਹੋਏ ਬੰਦੇ ਨੂੰ ਜੇ ਤੁਸੀਂ ਕਹੋ ਕਿ ਸਿੱਖਾਂ ਨੂੰ ਉੱਥੇ ਮੁਸ਼ਕਲ ਆ, ਉਹ ਕਹਿੰਦਾ ਕਾਹਦੀ ਮੁਸ਼ਕਲ ਆ, ਕਿਉਂਕਿ ਉਹਨਾਂ ਦਾ ਬਚਪਨ ਪਜਾਮੀਆਂ ਵਾਲਿਆਂ ਦੀ ਗੋਦੀ 'ਚ ਜਿਹੜਾ ਉਹ ਬੀਤਿਆ, ਉਹਨਾਂ ਦੇ ਨਿਰਾਸ਼ੀ ਜੀਵਨ ਘਰਾਂ ਦੇ ਵਿੱਚ ਆ ਗਿਆ, ਫਿਰ ਉਹਨਾਂ ਨੂੰ ਕਦੇ ਤੰਗੀ ਨਹੀਂ ਹੋਈ। ਆਮ ਇਕੱਠ ਦੇ ਵਿੱਚ ਨਹੀਂ ਉਹ ਲੋਕ ਰਹੇ, ਉਸ ਆਮ ਇਕੱਠ 'ਚ ਰਹਿਣ ਵਾਲੇ ਲੋਕ ਜਿਹੜੇ ਕਿਸੇ ਵੀ ਪੋਲੀਟੀਕਲ ਪਾਰਟੀ ਚਲੇ ਗਏ, ਉਸਨੂੰ ਪੰਜਾਬ ਵਿੱਚ ਕੁਛ ਵੀ ਮਾੜਾ ਨਹੀਂ ਦਿਖਦਾ। ਹਾਲਾਂਕਿ ਵਿਰੋਧ ਕਰਨ ਵਾਲੇ ਸਦਾ ਹੀ ਬਰਜੂਆ ਤਾਣੇ ਬਾਣੇ ਦੇ ਖਿਲਾਫ ਬੋਲਣ ਵਾਲੇ, ਖੱਬੀਆਂ ਪੱਖੀ ਪਾਰਟੀਆਂ ਵੀ ਸੰਘਰਸ਼ ਦੇ ਸਮੇਂ ਸੰਘਰਸ਼ ਦੇ ਵਿਰੋਧ 'ਚ ਰਹੀਆਂ। ਨਕਸਲ ਲਹਿਰ ਵੇਲੇ ਬੁਰਜੂਆ ਤਾਣੇ ਬਾਣੇ ਦੇ ਖਿਲਾਫ ਜਾਂ ਹਥਿਆਰਬੰਦ ਸੰਘਰਸ਼ ਸੀ ਤਾਂ ਉਹ ਠੀਕ ਲੱਗਦਾ ਸੀ ਉਹਦਾ, ਪਰ ਜਦ ਸਿੱਖ ਮੰਗਾਂ ਨੇ ਸਿਰ ਚੁੱਕਿਆ, ਉਹ ਕਹਿੰਦਾ ਨਾ ਨਾ ਇਹ ਤਾਂ ਰੈਸ਼ਨਲਿਜ਼ਮ ਹੋ ਗਿਆ, ਇਹ ਨਹੀਂ ਹੈ ਠੀਕ। ਬੁਰਜੂਆ ਤਾਣੇ ਬਾਣੇ ਵਾਲੇ ਖਿਲਾਫ ਗੱਲ ਕਰੋ, ਧਰਮ ਦੀ ਗੱਲ ਨਾ ਕਰੋ। ਚਲੋ ਉਹਨਾਂ ਦੀ ਇੱਕ ਵਿਚਾਰਧਾਰਾ, ਉਹਨਾਂ ਦਾ ਸਤਿਕਾਰ ਹੈ ਆਪਣੇ ਹਿਸਾਬ ਨਾਲ ਜਿਵੇਂ ਸੋਚ ਰਹੇ। ਸੋ ਭਾਸ਼ਾ ਦੀ ਜੇ ਗੱਲ ਕੀਤੀ, ਭਾਸ਼ਾ ਦੇ ਆਧਾਰ ਤੇ ਬਾਕੀ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਤੇ ਉਹਨਾਂ ਦੇ ਸੂਬੇ ਮਿਲ ਗਏ। ਪੰਜਾਬ ਵਾਲਿਆਂ ਨੇ ਜਦ ਪੰਜਾਬੀ ਦੀ ਗੱਲ ਕੀਤੀ, ਉਹ ਕਹਿੰਦੇ ਲੈ ਲਓ ਸੂਬੀ ਦੇ ਦਿੰਦੇ ਤੁਹਾਨੂੰ, ਰਾਜਧਾਨੀ ਉਹਦੇ ਚੋਂ ਕੱਟ ਦਿੱਤੀ, ਫਿਰ ਇਹ ਪੰਜਾਬੀ ਬੋਲਦੇ, ਇਲਾਕੇ ਨਹੀਂ ਦਿੱਤੇ। ਪਾਣੀਆਂ ਦੀ ਰਿਪੇਰੀਅਨ ਲਾਅ ਦੇ ਹਿਸਾਬ ਨਾਲ, ਬੇਸਨ ਦੇ ਹਿਸਾਬ ਨਾਲ ਪਾਣੀ ਚੱਕ ਕੇ ਦੇ ਦਿੱਤਾ ਗੁਆਂਢੀ ਸੂਬਿਆਂ ਨੂੰ। ਤੇ ਉਸਦਾ ਤਰਕ ਇਹ ਹੈ ਕਿ ਇਹ ਤਾਂ ਕੁਦਰਤੀ ਵਹਾ, ਇਹ ਤਾਂ ਵਿੱਚ ਦੀ ਲੰਘਦਾ, ਇਹ ਤਾਂ ਹਿਮਾਚਲ ਤੋਂ ਤੁਰਦਾ ਹੈ ਤੇ ਦੂਜੇ ਨੂੰ ਚਲ ਜਾਵੇ। ਹੁਣ ਝੜੀਏ ਦਾ ਕੋਲਾ, ਮਕਰਾਣੇ ਦਾ ਸੰਗਮਰਮਰ, ਉਹ ਵੀ ਉੱਥੋਂ ਨਿਕਲਦਾ ਨਿਕਲਦਾ ਤਾਂ ਭਾਰਤ ਚੋਂ, ਦੇਣ ਤਾਂ ਕੋਲਾ ਫ੍ਰੀ ਫਿਰ ਪੰਜਾਬ ਨੂੰ। ਔਰ ਇਸ ਦੇ ਵਿੱਚ ਵਕਤ ਦਰ ਵਕਤ ਪੰਜਾਬੀ ਸੂਬਾ ਬਣ ਗਿਆ, ਰਾਜਨੀਤੀ ਦੀ ਕਹਾਣੀ ਚੱਲ ਪਈ। ਅਕਾਲੀ ਦਲ ਹੋਂਦ ਦੇ ਵਿੱਚ ਤਾਂ ਸਦੀ ਦੇ ਸ਼ੁਰੂ 'ਚ ਆਇਆ ਸੀ, 78 ਆ ਗਿਆ। 78 ਦੇ ਵਿੱਚ ਨਰਕਧਾਰੀਆਂ ਨੇ ਬਿਲਕੁਲ ਬਰਾਬਰ ਦੀ ਗੱਲ ਕਰਕੇ ਅਵਤਾਰ ਬਾਣੀ ਤੇ ਕਹਿੰਦਾ ਪੰਜ ਪਿਆਰਿਆਂ ਦੀ ਜਗ੍ਹਾ 7 ਸਿਤਾਰੇ ਮੈਂ ਬਣਾਊਂਗਾ। ਸ਼ਰਿਆਮ ਵਰਸ਼ਾ ਗਰਦੀ ਕੀਤੀ, ਰੱਬ ਦਾ ਨਾਂ ਲੈਂਦੇ ਵਾਹਿਗੁਰੂ ਵਾਹਿਗੁਰੂ ਕਰਦੇ 13 ਸਿੰਘਾਂ ਨੂੰ ਉਹਨੇ ਸ਼ਹੀਦ ਕੀਤਾ। ਤੇ ਬਿਲਕੁਲ ਉਸ ਸਮੇਂ ਦਾ ਮੁੱਖ ਮੰਤਰੀ ਜਿਹੜਾ ਦਲਵੀਰ ਸਿੰਘ, ਪੱਤਰਕਾਰ ਦੇ ਕਹਿਣ ਦੇ ਮੁਤਾਬਕ ਉਸ ਸਮੇਂ ਸਰਕਟ ਹਾਊਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਬੈਠਾ ਹੈ ਅੰਮ੍ਰਿਤਸਰ ਦੇ ਵਿੱਚ, ਜਿਹੜੀ ਦਲਵੀਰ ਸਿੰਘ ਪੱਤਰਕਾਰ ਦੀ ਕਹਾਣੀ ਆਪ ਕਿਤਾਬ ਦੇ ਵਿੱਚ ਉਹਨਾਂ ਨੇ ਲਿਖੀ ਹੋਈ ਹੈ। ਪੂਰੀ ਸੁਰੱਖਿਆ ਛਤਰੀ ਦੇ ਥੱਲੇ ਦੀ ਕੱਢਿਆ ਜਾਂਦਾ ਬਾਹਰ ਤੇ ਉਸਨੂੰ ਦੁਬਾਰਾ ਉਹਦਾ ਕੇਸ ਹਰਿਆਣੇ ਚੱਲਦਾ, ਉਹ ਬਰੀ। ਕਾਲਰਾਂ ਨੂੰ ਮੈਂ ਬੇਨਤੀ ਕਰਦਾ ਜੀ ਹਲੇ ਹੋਲਡ ਨਾ ਕਰੋ ਪਲੀਜ਼, ਮੈਂ ਜਦ ਕਹਾਂ ਜਦ ਫੋਨ ਕਰਿਓ ਮੈਨੂੰ ਗੱਲ ਪੂਰੀ ਕਰ ਲੈਣ ਦਿਓ ਦੋਨੇ ਧਿਰਾਂ ਦੀ, ਤੇ ਫਿਰ ਤੁਸੀਂ ਇਹਦੇ ਤੇ ਨਿਰਣਾ ਦੇ ਦਿਓ। ਮੈਨੂੰ ਪਤਾ ਗਰਮੈਸ਼ ਬਹੁਤ ਆ, ਤੁਸੀਂ ਗੱਲ ਕਰਨੀ ਚਾਹੁੰਦੇ ਹੋ ਪਰ ਹੋਲਡ ਨਾ ਕਰੋ ਹਲੇ ਪਲੀਜ਼। ਤੇ ਇੱਥੋਂ ਬਾਅਦ ਜਦ ਗੱਲ ਹੱਥੋਂ ਨਿਕਲ ਗਈ ਅਸਲ ਪਾਣੀਆਂ ਦੇ ਮੁੱਦੇ ਤੇ, SYL ਤੇ, ਹੁਣ ਜੇ ਦੇਖਿਆ ਜਾਵੇ ਧਰਮ ਜਦ ਮੋਰਚਾ ਸ਼ੁਰੂ ਕਿਹਨੇ ਕੀਤਾ, ਮੋਰਚਾ ਤਾਂ ਕਪੂਰੀ ਤੋਂ ਅਕਾਲੀ ਦਲ ਨੇ ਕੀਤਾ, ਪਰ ਜਦ ਉਹ ਗੱਲ ਨਾ ਹੋਈ ਫੈਡਰੇਸ਼ਨ ਦੇ ਬੰਦੇ ਜਦ ਫੜੇ ਹੋਏ ਸਿੰਘਾਂ ਨੂੰ, ਭਾਈ ਅਮਰੀਕ ਸਿੰਘ ਤੇ 18 ਸਿੰਘ ਛਡਾਉਣਗੇ, ਜਦ ਉਹਨਾਂ ਨੂੰ ਫੜ ਲਿਆ ਤਾਂ ਫਿਰ ਸੰਤ ਜਰਨੈਲ ਸਿੰਘ ਖਾਲਸਾ ਨੇ ਫਿਰ ਵੀ ਇਹ ਨਹੀਂ ਕਿਹਾ ਮੈਂ ਮੋਰਚਾ ਸ਼ੁਰੂ ਕਰਦਾ, ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਹੁਣ ਸਮਾਂ ਹੈ ਸਾਨੂੰ ਕੁਛ ਕਰਨਾ ਪੈਣਾ। ਉਸ ਤੋਂ ਬਾਅਦ ਤੀਸਰਾ ਘੱਲੂਘਾਰਾ ਵਰਤਦਾ ਜਿਹਦੇ ਵਿੱਚ ਦੋ ਦਿਨ ਪਹਿਲਾਂ ਦੇਸ਼ ਦੀ ਪ੍ਰਧਾਨ ਮੰਤਰੀ ਕਹਿ ਰਹੀ ਹੈ ਨਫ਼ਰਤ ਛੱਡ ਦਿਓ, ਔਰ ਅਕਾਲੀ ਦਲ ਦੀ ਲੀਡਰਸ਼ਿਪ ਉਸਨੂੰ ਮਿਲ ਰਹੀ ਹੈ, ਜੇਲ੍ਹਾਂ ਦੇ ਵਿੱਚ ਡੱਕੇ ਹੋਏ ਵੀ ਕਦੇ ਚੰਡੀਗੜ੍ਹ ਮਿਲ ਰਹੇ ਨੇ, ਕਦੇ ਕਿਤੇ ਪੂਰੇ ਚੱਕਰ ਦੇ ਵਿੱਚ ਨੇ, ਬਲਵੰਤ ਲੱਡੂ ਵਰਗੇ ਆਪਣੀ ਭੂਮਿਕਾ ਨਿਭਾ ਰਹੇ ਨੇ ਪੂਰੀ। ਤੇ ਦੇਸ਼ ਦੇ ਨਾਂ ਸੰਦੇਸ਼ ਦੇ ਰਹੀ ਹੈ ਦੇਸ਼ ਦੀ ਪ੍ਰਧਾਨ ਮੰਤਰੀ ਦੇ, ਦੂਸਰੇ ਬੰਨੇ ਉਹ ਪੰਜਾਬ ਆ ਜਿਹੜਾ ਉਹ ਫੌਜ ਦੇ ਹਵਾਲੇ ਕੀਤਾ ਜਾ ਰਿਹਾ, ਹਿੰਦੂ ਵੀਰਾਂ ਦਾ ਕਤਲ ਢਿਲਵਾਂ ਕੋਲ ਵਸ ਚੋਂ ਕੱਢ ਕੇ। ਜੇ ਹੁਣ ਉਸਨੂੰ ਸਾਰੇ ਨੂੰ ਪਰਪੇਖ 'ਚ ਦੇਖਿਓ, ਇੱਕ ਨੇਸ਼ਨ ਜਿਹੜੀ ਹੈ, ਇੱਕ ਸਟੇਟ ਹੈ ਜਿਹੜੀ, ਉਹਦੇ ਸਾਹਮਣੇ 1.5 ਕਰੋੜ ਸਿੱਖ ਕੌਮ ਹੈ, ਜਿਹਨਾਂ ਦੇ ਵਿੱਚੋਂ 300-400 ਸੰਘਰਸ਼ ਦੇ ਰਾਹ ਤੁਰੇ ਹੋਏ ਨੌਜਵਾਨ ਨੇ, ਜਿਹਨਾਂ ਦਾ ਰਾਜ ਸੀ ਇੱਕ ਧਾਰਮਿਕ ਆਗੂ ਆ ਸੰਤ ਜਰਨੈਲ ਸਿੰਘ ਜੀ। ਤੇ ਉਸ ਇੱਕ ਮਸ਼ੀਨਰੀ ਵੱਲੋਂ ਜਿਹੜੀ ਕਿ ਹੁਣ ਖੁੱਲੀ ਹੋ ਗਈ ਆਲਮ ਸੈਨਾ ਤੇ, ਗੋਬਿੰਦ ਦੀ ਸੈਨਾ ਤੇ, ਓਪਨ
ਸੀਕ੍ਰੇਟ ਖੁੱਲੇ ਭੇਦ ਸੋਫਟ ਟਾਰਗੇਟ ਵਰਗੀਆਂ ਕਿਤਾਬਾਂ ਚ ਰਾਹ ਦੇ ਏਜੰਟ ਕਹਿ ਰਹੇ ਨੇ ਵੀ ਉੱਥੇ ਕੀ ਕੀਤਾ ਸੀ ਪੰਜਾਬ ਉਹਦੇ ਵਿੱਚ ਦਾੜੀਆਂ ਵਧਾ ਕੇ ਕਿਸੇ ਘੱਟ ਗਿਣਤੀ ਨੂੰ ਕਤਲ ਕਰਨਾ ਕਿੰਨਾ ਔਖਾ ਕੰਮ ਹੈ ਤਾਂ ਕੈਸ ਨੇ ਦੱਸ ਦਿੱਤਾ ਤੇ ਜਿਹੜਾ ਕੋਈ ਹੱਕ ਸੱਚ ਦੀ ਗੱਲ ਕਰਨ ਵਾਲਾ ਸੀ ਖਪਾ ਦਿੱਤੇ ਗਏ ਉਹ ਬਲੋ ਸਰਦਾਰ ਖਾਲੜੇ ਵਰਗੇ ਬੰਦੇ ਸੋ ਤਿੰਨ ਦਿਨ ਚਾਰ ਦਿਨ ਪੂਰਾ ਜਿਹੜਾ ਬੰਬ ਦੇ ਉਹਦੇ ਵਿੱਚ ਨੇ ਉਹਦੇ ਚ ਟੈਂਕ ਨੇ ਉਹਦੇ ਵਿੱਚ ਹੋਵਿਡ ਸਟੋਪਾਂ ਨੇ ਤੇ ਉਹਦੇ ਅੰਦਰ 150, 200, 300 ਜਿਨ੍ਹਾਂ ਦੇ ਕੋਲ ਜਿੰਨੀਆਂ ਕੁ ਗੰਨਾਂ ਸੀ ਉਹ ਸਾਰਿਆਂ ਨੂੰ ਪਤਾ ਤੇ ਕਿਸ ਤਰ੍ਹਾਂ 3, 4, 5 ਤੇ 6 ਤਰੀਕ ਦੀ ਸਵੇਰ ਤੱਕ ਕਿਸ ਤਰ੍ਹਾਂ ਉੱਥੇ ਜਿਹੜੀ ਕਹਾਣੀ ਹੋਈ। ਅੱਛਾ ਉਹ ਸਮਾਂ ਜਿਹੜਾ ਉਸ ਛੇਵੇਂ ਪਾਤਸ਼ਾਹ ਦਾ ਬਣਾਏ ਹੋਏ ਅਕਾਲ ਤਖ਼ਤ ਸਾਹਿਬ ਦੀ ਰਾਖੀ ਦੇ ਲਈ ਅੰਦਰ ਬੈਠੇ ਨੇ ਸਿੰਘ ਤੇ ਉਹਦੇ ਵਿੱਚੋਂ ਹੀ ਵਿਰਸੇ ਬਲਟੋਏ ਅਰਗੇ, ਹਰਮਿੰਦਰ ਗਿੱਲ ਅਰਗੇ ਤੇ ਮਹਿਤੇ ਚਾਵਲੇ ਅਰਗੇ, ਗੁਰਚਰਨ ਗਰੇਵਾਲ ਅਰਗੇ ਸਿੱਟ ਕੇ ਆਪਣੀਆਂ ਗੰਨਾਂ ਜੋਧਪੁਰ ਜਾ ਵੜਦੇ ਨੇ। ਸਮੇਂ ਦੀ ਗੱਲ ਹੈ ਤੇ ਸੋਚਣ ਦੀ ਗੱਲ ਹੈ ਤੇ ਆਪਣਾ ਆਪਣਾ ਲੈਵਲ ਹੈ, ਵੇਗ ਚ ਆਏ ਗੱਲ ਹੋਰ ਹੈ, ਅਸਲ ਜਿਹੜੀ ਕਹਾਣੀ ਹੈ ਉਸਨੂੰ ਸਾਂਭਣਾ ਹੋਰ ਗੱਲ। ਤੇ ਉਹ ਵੀ ਨਾਲ ਤੇ ਉਧਰੋਂ ਜੋਧਪੁਰ ਚੋਂ ਨਿਕਲ ਕੇ ਆਏ ਨੇ ਆਪਣੀਆਂ ਆਪਣੀਆਂ ਪਾਰਟੀਆਂ ਦੇ ਉਹ ਹੁਕਨੇੜੇ ਚੜ ਗਏ, ਕੋਈ ਕਾਂਗਰਸ ਜਾ ਵੜਿਆ, ਕੋਈ ਬਾਦਲ ਦਲ ਚ ਜਾ ਵੜਿਆ। ਅੱਜ ਗੱਲ ਕਰਕੇ ਦੇਖ ਲਓ ਉਹਨਾਂ ਨੂੰ, ਉਹਨਾਂ ਨੂੰ ਯਾਦ ਆ, ਉਹ ਵੀ ਇਹ ਕਹਿੰਦੇ ਨੇ ਅਸੀਂ ਬਹੁਤ ਕੁਛ ਹੰਡਾਇਆ, ਜਿਹੜੇ ਜਿਉਂਦਾ ਜਾਗਦਾ ਫਿਰਦਾ ਉਹਨੇ ਹੰਡਾਇਆ ਨੀ, ਜਿਹੜੇ ਉੱਜੜ ਗਏ ਜਿਹਨਾਂ ਦੇ ਕੋਠਿਆਂ ਦੇ ਵਿੱਚ ਘਰਾਂ ਦੇ ਵਿੱਚ ਖੱਬਲ ਖੜਾ ਨਾ ਲੱਕ ਲੱਕ ਹੰਡਾਇਆ ਉਹਨਾਂ ਨੇ, ਨਾ ਤੁਸੀਂ ਨਾ ਅਸੀਂ ਨਾ ਕਿਸੇ ਨੇ ਨੀ, ਜਿਹੜਾ ਆਨੰਦ ਲੈਂਦਾ ਮੋਟੇ ਕੰਬਲ ਚ ਸੌਂਦਾ ਤੇ ਗਰਮ ਤੇ ਠੰਡੇ ਪਾਣੀ ਨਾਲ ਨਹਾਉਂਦਾ ਸਵੇਰੇ, ਉਹਨਾਂ ਨੇ ਨੀ ਹੰਡਾਇਆ। ਇਹ ਗੱਲਾਂ ਨੇ ਜਾਂ ਜਿਹੜੇ ਉੱਜੜ ਗਏ ਉਹਨਾਂ ਦੇ ਘਰਾਂ ਦੀ ਦਾਸਤਾਂ ਤੁਸੀਂ ਪੁੱਛ ਸਕਦੇ। ਹੁਣ ਉਹ ਗੱਲ ਉਸ ਤੋਂ ਬਾਅਦ 84 ਤੋਂ ਬਾਅਦ 94 ਤੱਕ ਦਾ ਸਮਾਂ 10 ਵਰੇ ਦਾ। ਉਸ 10 ਵਰੇ ਦੇ ਵਿੱਚ 1.5 ਲੱਖ ਦੇ ਕਰੀਬ ਜਿਹੜੇ ਨੇ ਉਹ ਨਕਲੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੌਮ ਦਾ ਨੌਜਵਾਨ ਸਿੰਘ ਸਿੰਘਣੀਆਂ ਭਚੰਗੀਆਂ ਉਜਾੜੇ ਗਏ, ਜਿਹਦੀ ਹੁਣ ਤਾਂ ਦਾਸਤਾਂ ਲੋਕ ਦੱਸ ਰਹੇ ਨੇ। ਨਾਮ ਰਾਮ ਨਾਰਾਇਣ ਕੁਮਾਰ ਵਰਗਿਆਂ ਨੇ ਅਮਨੈਸਟੀ ਇੰਟਰਨੈਸ਼ਨਲ ਦੇ ਵਿੱਚ, ਸਿੰਥੀਆ ਮਹਿਮੂਦ ਨੇ, ਸਵਾਹ ਕਰ ਦਿੱਤੇ ਗਏ ਲੋਕ, ਰਿਡਿਊਸ ਟੂ ਐਸ਼ਜ਼। ਇਹ ਤਾਂ ਸਿੱਖਾਂ ਨੇ ਨਹੀਂ ਲਿਖੀਆਂ, ਇਹ ਤਾਂ ਨੌਨ ਸਿੱਖਾਂ ਨੇ ਲਿਖੀਆਂ। ਉਹਨਾਂ ਨੂੰ ਪੁੱਛੋ ਵੀ ਕਹਾਣੀ ਕੀ, ਪੰਜਾਬ ਦੇ ਵਿੱਚ ਅਕਾਲੀ ਉਧਰੋਂ 84 ਹੋ ਕੇ 8-10 ਸਾਲ ਬਾਅਦ ਬਰਨਾਲਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ, ਮੇਰਾ ਮੈਂ ਸਾਰਾ ਕੁਛ ਸਹੀ ਕਰ। ਇੰਦਰਾ ਨੇ ਤਾਂ ਭੇਜੇ ਤੇ ਬਰਨਾਲੇ ਨੇ ਵੀ ਫਿਰ ਭੇਜੇ, ਉਹਦੇ ਹੁੰਦੇ ਹੋਇਆ ਪੁੱਤ ਕਹਿੰਦਾ ਮੈਂ ਅੰਦਰ ਮੈਂ ਅਖੰਡ ਪਾਠ ਨਹੀਂ ਕਰਾਉਣ ਦੇਣੇ। ਕਿੱਥੇ ਨੇ ਉਹ, ਕਿੱਥੇ ਨੇ ਬਰਨਾਲੇ ਹੋਣੀ, ਕਿੱਥੇ ਨੇ ਗਗਨਦੀਪ ਹੋਣੀ, ਅੱਜ ਦੇਖੋ ਤੁਸੀਂ ਫਿਰਦੇ ਕਿੱਥੇ ਨੇ। ਹੈ ਕੋਈ ਵਜੂਦ, ਕੱਖ ਨਹੀਂ ਹੈ, ਜਮਾਨਤਾਂ ਜ਼ਬਤ ਹੁੰਦੀਆਂ ਨੇ, 1000 ਵੋਟ ਨਹੀਂ ਪੈਂਦੀ, ਬਰਨਾਲੇ ਦੇ ਦਾ ਭਈਆ ਨਹੀਂ ਕੋਈ ਜਾਣਦਾ ਕੌਣ ਤੁਰਿਆ ਫਿਰ। ਕੌਮੀ ਜਿਹੜੇ ਸਿਪਾ ਸਲਾਰ ਨੇ, ਇੱਕ ਫੋਟੋ ਬਣਾਉਣੀ ਹੈ, ਇੱਕ ਫੋਟੋਆਂ ਵਿਕਦੀਆਂ ਨੇ, ਫਰਕ ਇਹ ਹੈ। ਔਰ ਬਹੁਤ ਇੱਕ ਅਲੱਗ ਧਾਰਨਾ ਰਹੀ ਸੰਤ ਜਰਨੈਲ ਸਿੰਘ ਜੀ ਖਾਲਸਾ, ਉਹ ਅੰਦਰ ਨਾ ਜਾਂਦੇ ਤਾਂ ਹਮਲਾ ਹੋਣਾ ਹੀ ਨਹੀਂ ਸੀ, ਉਹ ਹਥਿਆਰ ਲੈ ਕੇ ਚਲੇ ਗਏ। ਇਹ ਦੋ ਧਿਰਾਂ ਹੈ ਅਲੱਗ, ਇੱਕ ਧਿਰਾਂ ਉਹ ਕਹਿੰਦੇ ਵੀ ਨੋ, ਉੱਥੇ ਸ਼ਸਤਰ ਵੀ ਚੜ੍ਹਦੇ ਰਹੇ ਨੇ, ਜਵਾਨੀ ਵੀ ਚੜ੍ਹਦੀ ਰਹੀ, ਉਹ ਸਾਡਾ ਤਖ਼ਤ ਹੈ ਛੇਵੇਂ ਪਾਤਸ਼ਾਹ ਦਾ ਬਣਾਇਆ, ਉਹਦੇ ਲਈ ਇੱਕ ਪਹਿਲੀ ਵਾਰ ਥੋੜ੍ਹਾ ਸ਼ਹੀਦੀ ਹੋਈ ਹੈ। ਉਹਦੇ ਤੇ ਜਿਹੜੇ ਹੁੱਕਾ ਪੀਂਦੇ ਰਹੇ, ਕੰਜਰੀਆਂ ਨਚਾਉਂਦੇ ਰਹੇ, ਮੱਸੇ ਰੰਗੜ ਵਰਗੇ, ਉਹਨਾਂ ਦੇ ਸਿਰ ਵੱਢੇ ਗਏ। ਯਹੀਆ ਖਾਂ ਵਰਗੇ, ਜਸਪਤ ਲਖਪਤ ਵਰਗੇ, ਅਬਦਾਲੀ ਦੇ ਸਾਹਮਣੇ 30 ਬੰਦਿਆਂ ਨੇ ਸ਼ਹੀਦੀ ਦਿੱਤੀ ਬਾਬਾ ਗੁਰਬਖਸ਼ ਸਿੰਘ ਨੂੰ। ਉਸ ਤੋਂ ਬਾਅਦ ਕੌਮ ਦਾ ਬਜ਼ੁਰਗ ਬਾਬਾ 75 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ, ਜਾ ਕੇ ਦਮਦਮੇ ਜਿਹੜਾ ਬੈਠ ਕੇ ਕੋਸੇ ਧਿਆਨ ਧਰਦਾ ਸੀ ਤੇ ਮੈਂ ਗੁਰਬਾਣੀ ਦੀ ਗੱਲ ਕਰਦਾ ਸੀ, ਬਾਬਾ ਦੀਪ ਸਿੰਘ ਉਹਨਾਂ ਦੀ ਗੱਲ ਅੱਗੇ ਜਾ ਕੇ ਕਰ। ਸੋ ਇਹ ਅਲੱਗ ਅਲੱਗ ਧਾਰਨਾਵਾਂ ਨੇ। 84 ਤੋਂ 95 ਤੱਕ ਬਹੁਤ ਜਵਾਨ ਹੋਏ ਉਸ ਸਮੇਂ, ਉਹਨਾਂ ਦੇ ਵਿੱਚੋਂ ਕੁਛ ਨੇ ਜਿਹੜੇ ਜਿਹਨਾਂ ਨੇ ਪੜ੍ਹਾਈਆਂ ਤੇ ਡਿਗਰੀਆਂ ਛੱਡ ਕੇ ਤੇ ਮੋਢੇ ਤੇ ਖੇਸੀਆਂ ਰੱਖ ਰਿਹਾ, ਕੋਈ ਉਹਨਾਂ ਦੇ ਵਿੱਚੋਂ ਫਾੜੀਆਂ ਵਾਲੀਆਂ ਪੱਗਾਂ ਬੰਨ੍ਹ ਕੇ ਵੱਡੇ ਵੱਡੇ ਅਫਸਰ ਲੱਗ ਗਏ, ਨਾ ਉਹਨੇ ਉਹਨਾਂ ਨੂੰ ਰੋਕਿਆ ਨਾ ਉਹਨਾਂ ਨੇ ਉਹਨਾਂ ਨੂੰ ਰੋਕਿਆ। ਆਪਣੀ ਧਾਰਨਾ ਬੰਦੇ ਜਿਹਨੇ ਕਿਹੜਾ ਰਾਹ ਚੁਣਨਾ, ਔਰ ਸ਼ਹੀਦੀ ਦਾ ਰਾਹ ਇਹ ਸੌਖਾ ਰਾਹ ਨਹੀਂ ਹੈ। ਪ੍ਰਸ਼ਾਦਾ ਛਕ ਲਿਆ ਤੇ ਸਵੇਰੇ ਬਾਥਰੂਮ ਜਾ ਵੜੇ, ਇਹ ਤਾਂ ਕਿਰਿਆ ਜਾਨਵਰਾਂ ਤੇ ਬੰਦਿਆਂ ਦੀ ਵੀ ਹੈ, ਸਾਰੇ ਨਹੀਂ ਕਰ ਸਕਦੇ, ਜਿਹੜਾ ਰਾਹ ਬਹੁਤ ਔਖਾ ਹੈ। ਹੁਣ ਅੱਜ ਦੀ ਆਜ਼ਾਦੀ ਇੱਕ ਨੂੰ ਤਾਂ ਇਹ ਦਿਖਦੀ ਹੈ ਵੀ ਉੱਥੇ ਭੰਗੜੇ ਪੈਂਦੇ ਨੇ, ਉੱਥੇ ਬੈਂਕਟ ਹਾਲਾਂ ਦੇ ਵਿੱਚ ਇੱਕ ਲੱਤ ਤੇ ਨੱਚਦੇ ਆ, ਦਾਰੂ ਪੀਂਦੇ ਆ, ਰਫਲਾਂ ਅਸਲੇ ਡੱਬ ਚ ਨੇ, ਆਪਣੀਆਂ ਕੁੜੀਆਂ ਅੱਧ ਨੰਗੀਆਂ ਨੱਚਦੀਆਂ ਨੇ,
ਇੱਕ ਤਾਂ ਉਹ ਕਹਿੰਦਾ ਪੰਜਾਬ ਚ ਕੀ ਆ, ਪੰਜਾਬ ਬੱਲੇ ਬੱਲੇ ਸੜਕਾਂ ਰਬੜ ਦੀਆਂ ਤੇ ਕਾਰਾਂ ਜਾਵਣ ਛੂਕ ਦੀਆਂ, ਉੱਥੇ ਤੰਗੀ ਕੋਈ ਨੀ। ਇੱਕ ਕਹਿੰਦੇ ਨੇ ਵੀ 10 ਸਾਲ ਦੀ ਬਾਲੜੀ ਜਿੱਥੇ ਰੇਪ ਹੋ ਰਹੀ ਹੈ, ਜਿੱਥੇ ਤੁਹਾਡੀ 20 ਸਾਲ ਦੀ ਭੈਣ ਜਾਂ 30 ਸਾਲ ਦੀ ਤੁਹਾਡੀ ਘਰ ਵਾਲੀ ਇਕੱਲੀ ਜਾ ਕੇ ਸ਼ੋਪਿੰਗ ਨਹੀਂ ਕਰ ਸਕਦੀ, ਦਿਨ ਰਾਤ ਉੱਥੇ ਲੋਕਾਂ ਨੂੰ ਆਪਣਾ ਦੁੱਖ ਹੈ ਤੇ ਦਿਨ ਰਾਤ ਲੋਕ ਉੱਥੇ ਮਰ ਰਹੇ ਨੇ, ਪਾਣੀ ਉੱਥੇ ਜਿਹੜਾ ਮੁੱਕ ਰਿਹਾ, ਜਿੱਥੋਂ ਚਾਣਕੀ ਦੀ ਨੀਤੀ ਕਰਕੇ ਦਨਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਯਤਰ ਨਾ ਵਿਦ ਤੇ ਤਿੱਤਰ ਦਿਵਸ ਰਸੇਤ, ਜਿੱਥੋਂ ਪਾਣੀ ਬੋਲੀ ਇਨਸਾਫ ਵੈਦ ਤੇ ਸਵੈ ਅਧਿਕਾਰ ਖਤਮ ਹੋ ਰਿਹਾ। ਇਹ ਪਹਿਲੀ ਨੀਤੀ ਜਾਂ ਦੂਜੀ ਨੀਤੀ ਦੇ ਵਿੱਚ ਉਹ ਕਹਿੰਦਾ ਵੀ ਪ੍ਰਚਾਰਕ ਉਹ ਬਣਾਓ ਜਿਹੜੇ ਕੌਮ ਦੇ ਵਿੱਚ ਵੜ ਕੇ ਕੌਮ ਨੂੰ ਬਰਬਾਦ ਕਰਨ, ਉਹ ਵੀ ਚੱਲ ਰਿਹਾ। ਹੁਣ ਦੋ ਇਹ ਵੰਨਗੀਆਂ ਨੇ, ਇੱਕ ਵੰਨਗੀ ਕਹਿੰਦੀ ਹੈ ਕਿ ਸੰਵਿਧਾਨ ਨੂੰ ਜਿਹੜਾ ਫੂਕਿਆ ਪੰਜਾਬ ਦੇ ਹਾਲਾਤ ਖਰਾਬ ਹੋ ਜਾਣ। ਸੰਵਿਧਾਨ ਕਿਤੇ ਪਹਿਲਾਂ ਫੂਕਿਆ ਨਹੀਂ ਗਿਆ, ਉਸ ਸਮੇਂ ਜੇ ਪਾਰਟੀ ਨਾਲ ਤੁਸੀਂ ਕਿਸ ਨਾਲ ਸੰਬੰਧਿਤ ਹੋ ਤਾਂ ਤੁਹਾਨੂੰ ਉਹ ਵਧੀਆ ਲੱਗਦਾ। ਇੱਕ ਪਾਰਟੀ ਇੱਕ ਲੋਕ ਇਹ ਕਹਿੰਦੇ ਨਾ ਉੱਥੇ ਧੱਕਾ ਹੋ ਰਿਹਾ, ਅਸੀਂ ਬਾਹਰ ਬੈਠੇ ਸੋਚਣ ਦੀ ਗੱਲ ਆ। ਕੱਲ੍ਹ ਸਾਬੀ ਸਿੰਘ ਨੇ ਗੱਲ ਕਹੀ, ਕਹਿੰਦਾ ਮੇਰੇ 70 ਟਰੱਕ ਚੱਲਦੇ ਆ, ਰੋਡਾ ਮੁੰਡਾ ਕੈਲੀਫੋਰਨੀਆ ਚ, ਕਹਿੰਦਾ ਮੇਰਾ ਵੀ ਜੀ ਕਰਦਾ ਸਾਲ ਬਾਅਦ ਪਿੰਡ ਖੰਡ ਪਾਠ ਕਰਾ ਕੇ ਸਾਰੇ ਪਿੰਡ ਨੂੰ ਦਾਰੂ ਪਿਲਾ ਕੇ ਤੇ ਵੱਡੇ ਹੋਰਡਿੰਗਾਂ ਤੇ ਬਾਹਰ ਟੂਰਨਾਮੈਂਟਾਂ ਤੇ ਨਾਂ ਲਿਖਾ ਕੇ ਤੇ ਇੱਕ ਲੱਤ ਤੇ ਭੰਗੜੇ ਪਾਵਾਂ, ਸਾਡਾ ਵੀ ਜੀ ਕਰ। ਪਰ ਸਾਨੂੰ ਅੱਧੀ ਰਾਤ ਜਾਗ ਖੁੱਲਦੀ ਆ ਵੀ ਯਾਰ ਇੱਕ ਉਹ ਨੇ ਜਿਹੜੇ 1.5 ਲੱਖ ਤੁਰ ਗਏ, 10-15 ਹਜ਼ਾਰ ਉਹ ਨੇ ਜਿਹੜੇ ਜੇਲ੍ਹਾਂ ਦੀਆਂ ਕਾਲ ਕੋਠੀਆਂ 'ਚ ਸੜ ਰਹੇ ਨੇ। ਮੈਂ ਕੰਬਲ 'ਚ ਪਿਆ ਵੀ ਸੋਚ ਰਿਹਾ ਵੀ ਉੱਥੇ ਪੰਜਾਬ 'ਚ ਕੀ ਹੋ ਰਿਹਾ, ਜਿੱਥੇ ਇੱਕ ਸੋਵਰਨ ਨੇਸ਼ਨ ਰਾਜ ਕਰਦੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ, ਗੁਰੂ ਨਾਨਕ ਸਾਹਿਬ ਦੇ ਨਾਂ ਦਾ ਇੱਕ ਸਿੱਕਾ ਚੱਲਦਾ ਸੀ, ਜਿੱਥੇ 1801 ਤੋਂ ਲੈ ਕੇ 1849 ਤੱਕ ਕੌਮ ਦਾ ਮਹਾਨ ਯੋਧੇ ਰਾਜ ਕਰਦੇ ਰਹੇ, ਜਿਹੜਾ ਅੱਜ ਅਫਗਾਨਿਸਤਾਨ ਦਾ ਹਿੱਸਾ ਹੋਣਾ ਸੀ, ਜੇ 18ਵੀਂ ਸਦੀ ਦੇ ਯੋਧੇ ਉੱਥੇ ਨਾ ਵਿਚਰਦੇ, ਜਿਹਨਾਂ ਦੇ ਚੱਪੇ ਚੱਪੇ ਤੇ ਸਿਰਾਂ ਦੇ ਮੁੱਲ ਪਏ, ਜਿਹਨਾਂ ਦੀਆਂ ਪੁੱਠੀਆਂ ਖੱਲਾਂ ਲਹਾਈਆਂ, ਜਿਹਨਾਂ ਨੂੰ ਚਰਖੀਆਂ ਤੇ ਚਾੜਿਆ ਗਿਆ, ਤੁੰਬਾ ਤੁੰਬਾ ਕੀਤੇ ਗਏ, ਦੇਗਾਂ ਚ ਉਬਾਲੇ ਗਏ ਤੇ ਰੂਹ ਬੰਨ ਕੇ ਸਾੜੇ ਗਏ, ਜਦ ਦੇ ਵੀ ਤੇ 18ਵੀਂ ਸਦੀ ਤੇ 20ਵੀਂ ਸਦੀ ਦੇ ਵਿੱਚ, ਜਿੱਥੇ ਅਲੋਕ ਸਿੰਘ ਬੱਬਰ ਵਰਗਿਆਂ ਦੇ ਜਿਉਂਦਿਆਂ ਦੀਆਂ ਅੱਖਾਂ ਕੱਢੀਆਂ ਗਈਆਂ, ਭਾਈ ਖਜਾਲੇ ਵਰਗੇ ਦੇ ਹੱਥ ਵੱਢੇ ਗਏ, ਟੋਟੇ ਟੋਟੇ ਕੀਤੇ ਗਏ, ਜਿੱਥੇ ਭਾਈ ਦੇਬੂ ਨੂੰ ਦੇਗ ਚ ਵਾਲਿਆ ਗਿਆ, ਜਿੱਥੇ ਭਾਈ ਗੁਰਜੀਤ ਸਿੰਘ ਪੂਲੇ ਨੂੰ ਸੁਰਜੀਤ ਕਿਲ੍ਹਾ ਰਾਏਪੁਰ ਵਾਲਾ ਉੱਪਰ ਬੰਨ ਕੇ ਲੋਗੜ ਲਾਂਬੂ ਲਾਉਂਦਾ ਪਟਿਆਲੇ, ਉਹਨਾਂ ਦਾ ਇੱਕ ਸੋਚਣੀ ਦਾ ਫਰਕ। ਇਹਦੇ ਵਿੱਚੋਂ ਹੀ ਇਹ ਗੱਲ ਰੈਫਰੈਂਡਮ ਦੀ ਨਿਕਲੀ ਹੈ। ਰੈਫਰੈਂਡਮ ਦੇ ਉੱਪਰ ਬੋਲਦੇ ਹੋਏ ਕਾਨੂੰਨੀ ਸਲਾਹਕਾਰ ਜਤਿੰਦਰ ਗਰੇਵਾਲ ਨੇ ਕਿਹਾ, ਉਹ ਕਹਿੰਦਾ ਅਸੀਂ ਕਿਹਨੂੰ ਕਹਿੰਦੇ ਹਾਂ ਵੀ ਇਹਦੇ 'ਚ ਨਾਂ ਰਜਿਸਟਰੇਸ਼ਨ ਕਰੋ, ਪੰਜਾਬ ਦੇ ਵਿੱਚ ਕੋਈ ਵੀ ਬੰਦਾ ਪੰਜਾਬ 'ਚ ਵੱਸਦਾ, ਪੰਜਾਬ ਤੋਂ ਬਾਹਰ ਪੰਜਾਬੀ ਹੈ, ਉਹਦੇ ਵਿੱਚ ਇਹਦੇ 'ਚ ਰਜਿਸਟਰ ਕਰੋ, ਜੇ ਇਹਦੇ ਹੱਕ 'ਚ ਨਹੀਂ ਇਹਦੇ ਅਗੇਂਸਟ ਵੋਟਾਂ ਪਾਓ, ਕਰੋ ਰਜਿਸਟਰ। ਅਸੀਂ ਕਿਤੇ ਇਹ ਤਾਂ ਕਹਿ ਨਹੀਂ ਰਹੇ ਇਕੱਲਾ ਸਿੱਖ ਇਹਦੇ 'ਚ ਵੋਟ ਪਾ ਸਕਦਾ, ਸਾਰਿਆਂ ਨੂੰ ਖੁੱਲ੍ਹਾ ਸੱਦਾ, ਪੰਜਾਬ 'ਚ ਰਜਿਸਟਰ ਕਰੋ, ਬਾਹਰ ਰਜਿਸਟਰ ਕਰੋ। ਜਿੱਦਣ ਇਹਦਾ ਨਵੰਬਰ 2020 ਦੇ ਵਿੱਚ ਨਸਲਕੁਸ਼ੀ ਵਾਲੇ ਮਹੀਨੇ ਦੇ ਵਿੱਚ ਇਹਦੇ 'ਤੇ ਵੋਟਾਂ ਪਾਉਣੀਆਂ, ਅਗੇਂਸਟ ਪਾਓ ਸਾਡੇ ਵੋਟਾਂ, ਅਸੀਂ ਕਿਤੇ ਕਹਿੰਦੇ ਹਾਂ। ਜੇ ਤੁਸੀਂ ਕਹਿੰਦੇ ਹੋ ਵੀ ਇਹਨੂੰ ਠੰਡੇ ਬਸਤੇ 'ਚ ਪਾ ਦਿਆਂਗੇ, ਇਹਦੇ ਅਗੇਂਸਟ ਕਰੋ ਰਜਿਸਟਰੇਸ਼ਨ ਦੁਨੀਆਂ ਦੇ ਵਿੱਚ, ਜਿਹੜੇ ਇਸ ਧਾਰਨਾ ਦੇ ਖਿਲਾਫ਼ ਨੇ, ਜਿਹੜੇ ਕਹਿੰਦੇ ਨੇ ਪੰਜਾਬ ਘੁੱਗ ਬਸਦਾ ਅਸੀਂ ਉੱਥੇ ਅੱਗ ਨਹੀਂ ਲਾਉਣ ਦੇਣੀ, ਉਹਦੇ ਅਗੇਂਸਟ ਵੋਟਾਂ ਪਾਉਣ ਲਈ ਰਜਿਸਟਰ ਕਰੋ ਜਾ ਕੇ। ਉਹਦੇ 'ਤੇ ਸਿਰਫ ਨਾਂ ਤੇ ਤੁਹਾਡੀ ਉਮਰ, ਕੋਈ ਤੁਹਾਡੀ ਉਹਦੇ 'ਤੇ ID ਨਹੀਂ, ਕੋਈ ਤੁਹਾਡਾ ਉਹਦੇ 'ਤੇ ਨਿਸ਼ਾਨ ਨਹੀਂ, ਕੋਈ ਤੁਹਾਡੀ ਇਨਫੋਰਮੇਸ਼ਨ ਲੀਕ ਹੋਣ ਦਾ ਡਰ ਨਹੀਂ, ਤੁਹਾਡੀ ਡੇਟ ਆਫ ਬਰਥ ਤੇ ਤੁਹਾਡਾ ਨਾਂ ਤਾਂ ਸਾਰਿਆਂ ਨੂੰ ਪਤਾ। ਵਿਰੋਧੀਆਂ ਨੂੰ ਜਾਂ ਤਾਂ ਇਹ ਹੋਵੇ ਨਾ ਵੀ ਵਿਰੋਧੀਆਂ ਦੀ ਲਓ ਜੀ ਮੈਂ ਰਜਿਸਟਰ ਕੀਤੀ, ਮੇਰੀ ਵੋਟ ਨਹੀਂ ਬਣੀ, ਉਹ ਫਿਰ ਦੱਸ ਸਕਦਾ। ਪਰ ਜੇ ਹੁਣ ਉਹੀਓ ਨਿੰਦਣਾ ਬਈ ਇਹ ਨਹੀਂ ਇਹ ਤਾਂ ਕੱਖ ਨਹੀਂ ਇਹ ਪਾਣੀ, ਉੱਥੇ ਫੇਰ ਅੱਗ ਲੱਗੂ, ਤੇ ਉੱਥੇ ਹੁਣ ਅੱਗ ਲੱਗੀ ਹੋਈ ਦਿਖਦੀ ਕਿਹਨੂੰ ਨਹੀਂ, ਕਿਉਂਕਿ ਜਿਹਦੇ ਘਰ ਦੇ ਵਿੱਚ ਨਹੀਂ ਨਾ ਹੋਇਆ, ਜਿਹਨਾਂ ਨੂੰ ਸੁਰੱਖਿਆ ਛਤਰੀਆਂ, ਜਿਹਨਾਂ ਦੇ ਰਾਜ ਸੀ ਤਾਣੇ ਬਾਣੇ ਦੇ ਵਿੱਚ ਜਾਂ ਪੋਲੀਟੀਕਲ ਪਾਰਟੀਆਂ ਦੇ ਨਾਲ ਰਿਲੇਟਡ ਆ ਸੀ, ਉਹਨਾਂ ਨੂੰ ਪੰਜਾਬ ਉਹ ਵਧੀਆ ਲੱਗਦਾ। ਇੱਕ ਬੰਨਗੀ ਆ ਜਿਹਨਾਂ ਨੂੰ ਉਹ ਪੰਜਾਬ ਵਧੀਆ ਨਹੀਂ ਲੱਗਦਾ, ਉਹ ਕਹਿੰਦੇ ਅਸੀਂ ਸੁਰੱਖਿਅਤ ਨਹੀਂ ਆ, ਸਾਡੀ ਉੱਥੇ ਬਰਬਾਦੀ ਹੋਈ ਹੈ, ਜੇ ਅਸੀਂ ਪੰਜਾਬੀ ਸੂਬਾ ਮੰਗਦੇ ਹਾਂ ਬਾਕੀ ਸੂਬਿਆਂ ਨੂੰ, ਉਹ ਕਹਿੰਦੇ ਨੇ ਆਹ ਲਓ ਸੂਬੀ, ਪਾਣੀ ਸਾਡਾ ਨਹੀਂ ਸਾਨੂੰ ਦਿੱਤਾ, ਬਿਜਲੀ ਸਾਡੀ ਅਸੀਂ ਖਰੀਦ ਰਹੇ ਹਾਂ, ਸਾਡੀ ਬਿਜਲੀ ਪਾਣੀ ਵੱਲੋਂ ਪੈਦਾ ਕੀਤੀ ਗਈ ਫ੍ਰੀ ਦੂਜੇ ਸੂਬਿਆਂ ਨੂੰ ਜਾਂਦੀ ਹੈ ਜਾਂ ਪੈਸੇ ਲੈਂਦੇ ਜਾਂ ਨਹੀਂ, ਅਸੀਂ ਝਰੀਏ ਤੋਂ ਲਿਆ ਕੇ ਥਰਮਲ ਪਲਾਂਟ ਲਿਆਉਂਦੇ ਹਾਂ, ਜ਼ਹਿਰ ਸਾਡੀਆਂ ਹੱਡੀਆਂ 'ਚ ਨਿਕਲ ਗਿਆ, ਜਵਾਕਾਂ ਦੀ ਸਾਡਿਆਂ ਦੀ ਹਿਜਰਤ
18-19 ਵਰਿਆਂ ਦੀ ਪੰਜਾਬ ਚੋਂ ਉੱਜੜ ਰਹੇ ਨੇ। ਜੇ ਪੰਜਾਬ ਇੰਨਾ ਚੰਗਾ ਉਹ ਕਾਹਦੇ ਲਈ 7-7 ਲੱਖ 6-6 ਲੱਖ ਉੱਜੜ ਰਿਹਾ ਬਾਹਰ ਨੂੰ, ਜੇ ਉੱਥੇ ਨੌਕਰੀਆਂ ਇੰਨੀਆਂ ਨੇ, ਉੱਥੇ ਲੋਕ ਸੁਰੱਖਿਅਤ ਨੇ। ਸੁਰੱਖਿਅਤ ਤਾਂ ਉੱਥੇ ਲਾੜਾ ਉਹੀ ਆ ਜਿਹੜਾ 2 ਸੈਕਟਰ ਤੋਂ 8 ਸੈਕਟਰ ਦੇ ਵਿੱਚ ਰਹਿੰਦਾ, ਜਿਹੜੇ 20-20 ਗੱਡੀਆਂ ਜਿਪਸੀਆਂ ਦੀਆਂ ਯਾਤਰਾ ਤੇ ਲੈ ਕੇ ਨਿਕਲਦੇ, ਜਿਹੜੇ 30-30 ਸਾਲ ਤੋਂ ਛੋਟੀਆਂ ਉਮਰਾਂ ਦੀਆਂ ਜਨਾਨੀਆਂ ਦਾ ਰਾਤ ਨੂੰ ਬਹਿ ਕੇ ਚੂੜੀਦਾਰ ਪਜਾਮੇ ਪਾ ਕੇ ਦਾਰੂਆਂ ਪੀਂਦੇ ਨੇ ਤੇ ਕਲਫ ਲਾ ਕੇ ਦੂਜੇ ਦਿਨ ਢਿੱਲੇ ਕਿਹਾ ਮਾਸ ਬੰਨ ਕੇ ਬਾਹਰ ਤੁਰੇ ਫਿਰਦੇ ਆ, ਉਹਨਾਂ ਨੂੰ ਜਾਂ ਜਿਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਕੀਤੀ ਹੈ, ਉਹਨਾਂ ਨੂੰ ਸਿਆਸਤ ਹੀ ਕਰਨੀ ਆਉਂਦੀ, ਉਹਨਾਂ ਨੂੰ ਤਾਂ ਚੰਗਾ ਲੱਗਦਾ। ਜਿਹੜਾ ਅੱਜ ਇੱਥੋਂ ਜਾਵੇ ਉਹ ਉੱਥੇ ਮੌਜਾਂ ਕਰੇ, ਉਹਨੂੰ ਕੀ ਪੰਜਾਬ ਦਾ ਮਾੜਾ ਲੱਗਦਾ? ਜਿਹੜੇ ਬੱਕਰੇ ਦੇ ਵਿੱਚ ਕੜਛੀ ਫੇਰ ਕੇ ਰਾਜੇ ਨੂੰ ਖਿਲਾ ਕੇ ਬੱਕਰਾ ਤੇ ਇੱਥੇ ਆ ਕੇ ਦੱਸਦੇ ਨੇ ਵੀ ਉਹ ਰਾਜਾ ਸਾਹਿਬ ਤਾਂ ਬਹੁਤ ਤਰੱਕੀ ਆ, ਉਹ ਨੋ 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 ਯੂ ਡੋਂਟ ਨੋ ਐਨੀਥਿੰਗ ਅਬਾਊਟ ਇਟ। ਉਹਨਾਂ ਨੂੰ ਤਾਂ ਪੰਜਾਬ ਦੀ ਇੱਕ ਸੋਚਣੀ ਦਾ ਵੰਨਗੀ, ਜਿਹਨਾਂ ਨੂੰ ਇਹ ਲੱਗਦਾ ਵੀ ਅਸੀਂ ਉੱਜੜੇ ਆ ਇੱਥੇ, ਇੱਥੇ ਸਾਡੇ ਪੁਰਖਿਆਂ ਨੇ 1800 ਤੋਂ ਲੈ ਕੇ 1708 ਗੁਰੂ ਸਾਹਿਬ ਤੋਂ ਲੈ ਕੇ 1849 ਤੱਕ ਸਾਡੇ ਪੁਰਖਿਆਂ ਨੇ ਪਾਤਸ਼ਾਹੀ ਦਾ ਦਾਅਵਾ ਕੀਤਾ, ਜਿੱਥੇ ਜਦ ਆਪ 20-20 ਦਿਨ ਦੇ ਭੁੱਖੇ ਭਾਣੇ ਬਾਹਰੋਂ ਪੱਤੇ ਖਾਂਦੇ ਆ ਕੇ ਜਦ ਕਿਤੇ ਪ੍ਰਸ਼ਾਦਾ ਬਣਾਉਂਦੇ ਆ, ਛਕਦੇ ਜਿਹੜੀਆਂ ਦੇਗਾਂ ਛਕਦੇ ਬਣਾਉਂਦੇ ਆ, ਬਾਹਰ ਨਿਕਲ ਕੇ ਫੇਰ ਵੀ ਦਿੰਦੇ ਆ ਆਵਾਜ਼ਾਂ, ਭੁੱਖਾ ਦੇ ਤਾਂ ਆਵਾਜ਼ਾਂ, ਕੋਈ ਆਵੋ ਲੰਗਰ ਤਿਆਰ ਗੁਰ ਹੋਈ, ਬਚ ਜਾਏ ਤੋ ਆਪ ਛਕੇ ਹੈ, ਨਹੀਂ ਤਾਂ ਲੰਗਰ ਮਸਤ ਪਤੇ ਹੈ। ਉਹਨਾਂ ਦੀ ਜਿਹੜੀ ਅਜ਼ਮਤ ਹੈ, ਉਹਨਾਂ ਦਾ ਜਿਹੜਾ ਖੂਨ ਹੈ, ਜਦ ਨਵਾਬੀਆਂ ਦਿੱਤੀਆਂ ਜਾਂਦੀਆਂ, ਨਵਾਬੀਆਂ ਦੇਣ ਲਈ ਜਦ ਸ਼ਵੇਗ ਸਿੰਘ ਆਉਂਦੀ ਨੇ ਬਾਹਰ, ਚੌਕਦਾਰ ਕਹਿੰਦਾ ਤੂੰ ਸਰਕਾਰੀ ਆ ਸਿੱਖਾਂ, ਤੂੰ ਕਿੱਧਰੋਂ ਤੁਰਿਆ ਜਾਂਦਾ? ਪਰ ਫੇਰ ਵੀ ਸ਼ਵੇਗ ਸਿੰਘ ਕਹਿੰਦੇ ਹਮ ਘਰ ਵਾਰ ਦੁਆਰੀ ਤਨਖਾਹੀਆ ਲੋਕ ਤੁਮ ਖਾਲਸਾ ਬਖਸ਼ਣ ਯੋਗ, ਬਖਸ਼ਦੇ ਨੇ ਅੰਦਰ ਜਾਂਦੇ ਨੇ ਅੰਦਰ। 5 ਪਿਆਰੇ ਬੈਠੇ ਨੇ, ਜੱਸਾ ਸਿੰਘ ਆਲੂ ਵਾਲੀਆ ਜੀ, ਕਰਮ ਸਿੰਘ ਸ਼ਹੀਦ, ਬਾਬਾ ਬੁੱਢਾ ਜੀ ਜਿਹੜੇ ਪੜਦਾਦਾ ਸੀ, ਨੱਕਰ ਦਾਦਾ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ, ਬਾਬਾ ਦੀਪ ਸਿੰਘ ਜੀ ਸ਼ਹੀਦ ਹਜੂਰੀਆ ਭਾਈ ਹਰੀ ਸਿੰਘ ਦੇ, ਤੇ ਕੌਮ ਦਾ ਜਿਹੜਾ ਜਥੇਦਾਰ ਬਾਬਾ ਦਰਬਾਰਾ ਸਿੰਘ ਕਹਿੰਦਾ, ਉਹ ਕਹਿੰਦੇ ਅਸੀਂ ਪਾਤਸ਼ਾਹੀ ਦਾ ਦਾਅਵਾ ਰੱਖਣ ਵਾਲਾ, ਜੁੱਤੀ ਦੀ ਨੋਕ ਤੇ ਢੇਰੀ ਜਿਹੜੀ ਲੈ ਕੇ ਆਇਆ ਤੂੰ ਆਹ ਨਵਾਬੀ। ਕਾਰਨ ਇਹ ਸੋਚਣੀ ਦਾ ਫਰਕ ਹੈ, ਜਿਹਨੂੰ ਚੇਂਜ ਨਹੀਂ ਕਰ ਸਕਦੇ, ਇਨਰਿਚਡ ਹੈ, ਬਲੱਡ ਲਾਈਨ ਹੈ। ਜਿਹੜੇ ਹੁਣ ਕੱਲ ਆਏ ਸੀ ਉੱਥੇ ਇਕੱਠ ਦੇ ਵਿੱਚ, ਉਹਨਾਂ 'ਚ ਦਸਤਾਰਾਂ ਵਾਲੇ ਘੱਟ ਤੇ ਰੋਡੇ ਮੁੰਡੇ ਜ਼ਿਆਦਾ ਸੀ। ਉਹ ਕਹਿੰਦੇ ਪੁੱਛੋ ਸਵਾਲ, ਖੜ ਗਏ ਆ ਕੇ ਕਾਨੂੰਨੀ ਸਲਾਹਕਾਰ, ਕਹਿੰਦੇ ਆ ਲਓ ਮਾਈਕ ਪੁੱਛ ਲਓ ਜਿਹੜਾ ਕੋਈ ਪੁੱਛਣਾ। ਯੂਨਾਈਟਿਡ ਨੇਸ਼ਨ ਦੇ ਥੱਲੇ ਪੀਪਲ ਦੀ, ਇੰਡੀਜਨਸ ਪੀਪਲ ਦੇ ਥੱਲੇ ਲੋਕਾਂ ਦੇ ਸੈਲਫ ਡਿਟਰਮੀਨੇਸ਼ਨ ਦੇ ਕਲੋਜ਼ ਬਾਈ ਕਲੋਜ਼, ਜਤਿੰਦਰ ਸਿੰਘ ਗਰੇਵਾਲ ਨੇ ਦੱਸਿਆ ਵੀ ਇਹਦੇ ਤਹਿਤ ਅਸੀਂ ਆਹ ਕਰਾਉਣੇ, ਧਰਮ ਤੇ ਕਲਚਰ ਤੇ ਹਮਲਾ ਹੋਵੇ ਯੂਨੈਸਕੋ ਦੇ ਰਾਹੀਂ ਸਾਨੂੰ ਆਹ ਕਰਨਾ ਪੈਂਦਾ। ਸੈਲਫ ਡਿਟਰਮੀਨੇਸ਼ਨ ਦਾ ਹੀ ਇੱਕ ਰੈਫਰੈਂਡਮ ਹੈ, ਜਿਹਦੇ ਵਿੱਚ ਹੱਕ ਵਾਲੇ ਤੇ ਅਗੇਂਸਟ ਵਾਲੇ ਖੁੱਲ ਕੇ ਵੋਟ ਪਾ ਸਕਦੇ, ਰਜਿਸਟਰਡ ਹੋ ਸਕਦੇ ਹੋ। ਰਜਿਸਟਰਡ ਹੋਣ ਤੋਂ ਵਿਰੋਧ ਵਾਲੇ ਜੇ ਵੱਧ ਗਏ, ਸਾਨੂੰ ਅਸੀਂ ਦੱਸਾਂਗੇ ਲੋਕਾਂ ਨੂੰ ਭਾਈ ਵਿਰੋਧ ਵਾਲੇ ਇੰਨੇ। ਇਹ ਕਹਾਣੀ ਹੈ ਜਿਸ ਨੂੰ ਦੇਖਣ ਵਾਲੀਆਂ 2 ਧਰਾਵਾਂ ਨੇ। ਇੱਕ ਧਰਾਵਾਂ ਧਾਰਾ ਇਹ ਕਹਿੰਦੀ ਹੈ ਵੀ ਪੰਜਾਬ ਦੁਆਰਾ ਬਲਦੀ ਦੇ ਬੂਥੇ ਇਹਨਾਂ ਨੇ ਪਾਉਣਾ। ਇੱਕ ਜਿਹੜੀ ਧਾਰਾ ਉਹ ਕਹਿੰਦੀ ਅਸੀਂ ਗੁਲਾਮ ਹੈ, ਸਾਡੇ ਇੱਥੇ ਜ਼ੁਲਮ ਹੋਇਆ, ਸਾਡੇ ਇੱਥੇ ਬਾਬੇ ਕਾਸੇ ਵਾਲੇ ਉਹਨਾਂ ਨੇ ਗੱਭੇ ਪਾੜ ਤੇ ਫੜ ਕੇ, ਤੇ CBI ਹੁਣ ਪ੍ਰੂਵ ਕਰਦੀ ਹੈ 20-20 ਸਾਲਾਂ ਬਾਅਦ ਇੱਥੇ ਆਹ ਹੋਇਆ, ਇੱਥੇ ਆਹ ਹੋਇਆ, ਇੱਥੇ ਗਰਮ ਪ੍ਰੈਸਾਂ ਤੇ ਗਰਮ ਸਰੀਏ ਗੁਰਦੇਵ ਸਿੰਘ ਅਸਮਾਨ ਵਾਲਾ ਦੇ ਅੰਦਰ ਦੀ, ਅਰੂਪ ਸਿੰਘ ਹੋਣਾ ਦੇ ਕੱਢੇ ਗਏ, ਇੱਥੇ ਬੰਦ ਬੰਦ ਕੱਟੇ ਗਏ ਨੇ, ਇੱਥੇ ਘਰੋਂ ਚੱਕ ਕੇ ਲੋਕ ਸ਼ਹੀਦ ਨੌਜਵਾਨ ਬੱਚੇ ਕੀਤੇ ਗਏ ਨੇ, ਇੱਥੇ ਮਾਮਾ ਦੇ ਰੇਪ ਹੋਏ ਨੇ ਪੁੱਤਾਂ ਦੇ ਸਾਹਮਣੇ ਠਾਣਿਆ। ਹੁਣ ਇਹ 2 ਧਰਾਵਾਂ ਨੇ ਜਿਹਨਾਂ ਦੇ ਹੋਇਆ ਉਹ ਕਹਿੰਦੇ ਸਾਨੂੰ ਕੁਛ ਨਹੀਂ ਹੋਇਆ, ਅਸੀਂ 18ਵੀਂ ਸਦੀ ਦੇ ਉਹਨਾਂ ਖੂਨ ਚੋਂ ਹੈ। ਜਿਹਨਾਂ ਨੇ ਚੂੰਡੀ ਨਹੀਂ ਵਢਾਈ ਉਹ ਕਹਿੰਦੇ ਅਸੀਂ ਬਹੁਤ ਕੁਝ ਦੇਖਿਆ ਹੈ। ਜਿਹਨਾਂ ਨੇ ਦੇਖਿਆ ਉਹ ਫਿਰ ਉਸ ਦੇਖੇ ਹੋਏ ਦੀ ਦਾਸਤਾਂ ਪਾਉਂਦੇ ਨੇ, ਆਹ ਹੋਇਆ। ਇਸ ਦੇ ਬਾਰੇ ਕੱਲ ਦੇ ਉਸ ਇਕੱਠ ਦੇ ਬਾਰੇ, ਹਾਂ ਕੰਸਟੀਟਿਊਸ਼ਨਲ ਕੰਸਟੀਟਿਊਟ ਦੀ ਗੱਲ ਵੀ, ਉਹਨੂੰ ਅੱਗ ਨਹੀਂ ਸੀ ਲਾਉਣੀ ਚਾਹੀਦੀ, ਉਹਦੇ ਨਾਲ ਉੱਥੇ ਪੰਜਾਬ ਦੇ ਵਿੱਚ ਅੱਗ ਹੋ ਜੂ, ਇੱਥੇ ਬਦਅਮਨੀ ਨਹੀਂ ਫੈਲ ਜੂ, ਇੱਕ ਸਿੰਬੋਲਿਕ ਉਹਨਾਂ ਦੇ ਪੀਸ ਪੇਪਰ ਦਾ ਉਹਨਾਂ ਦੇ ਕਹਿਣ ਮੁਤਾਬਕ। ਉਹ ਕਹਿੰਦੇ ਅਸੀਂ ਕੀ ਕਰਨਾ, ਜਿਹੜਾ ਸਾਡੇ ਸੁਰੱਖਿਆ ਨਹੀਂ ਸਾਨੂੰ ਇਹ ਸੰਵਿਧਾਨ ਦੇ ਸਕਦਾ, ਅਸੀਂ ਕੀ ਕਰਨਾ, ਸਾਨੂੰ ਕੀ ਲੋੜ ਹੈ ਧਰਾਵਾਂ ਨੇ ਅਲੱਗ ਅਲੱਗ। ਹਾਂ ਜੇ ਇਹ ਹੋਵੇ ਕੰਸਟੀਟਿਊਸ਼ਨਲ ਕੰਸਟੀਟਿਊਟ ਫੂਕਣ ਤੋਂ ਬਾਅਦ ਪੰਜਾਬ ਇਹ ਸੜ ਰਿਹਾ ਅੱਜ, ਉਹਦੀ ਕੋਈ ਖਬਰ ਮੈਨੂੰ ਦੱਸ ਦਿਓ ਕਿ ਪੰਜਾਬ 'ਚ ਇਹ ਚੀਜ਼ ਦਾ ਕੀ ਫਰਕ ਪਿਆ। ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਫਾਰਮ ਪਹੁੰਚਾਉਣੇ ਨੇ, ਜਿਹੜੀ ਕੱਲ੍ਹ ਕਿਹਾ
ਤੇ ਜੂਨ ਦੇ ਪਹਿਲੇ ਹੱਥ ਤੱਕ ਲੋਕ ਰਜਿਸਟਰਡ ਹੋਣ। ਹੁਣ ਉਹ ਕਿਵੇਂ ਪਹੁੰਚਾਉਂਦੇ ਨੇ, ਕਿਵੇਂ ਰਜਿਸਟਰਡ ਹੋਣਗੇ ਤਾਂ ਸਮਾਂ ਦੱਸੋ ਨਵੰਬਰ ਚ। ਪਰ ਪੰਜਾਬ ਤੋਂ ਬਸਦੇ ਸਿੱਖ ਜਿਹੜੇ 20 ਦੇਸ਼ਾਂ ਚ ਨੇ, ਜਿਸ ਦੇ ਕਾਨੂੰਨ ਦੇ ਸਲਾਹਕਾਰ ਕਹਿ ਰਹੇ ਸੀ, ਉਹ 20 ਜਿਹੜੇ ਦੇਸ਼ ਨੇ ਉਹਨਾਂ ਚ ਕਹਿੰਦੇ ਸਿੱਖ ਖੁੱਲ ਕੇ ਵੋਟਾਂ ਪਾਉਣ। ਔਰ ਇਹਦੇ ਚ ਪੰਜਾਬੀਆਂ ਨੂੰ ਉਹਨਾਂ ਨੇ ਕਿਹਾ, ਉਹ ਮੁਸਲਿਮ ਵੀ ਹੋ ਸਕਦੇ ਨੇ, ਹਿੰਦੂ ਵੀਰ ਵੀ ਹੋ ਸਕਦੇ ਨੇ, ਈਸਾਈ ਵੀ, ਸਿੱਖ, ਉਹ ਕਹਿੰਦੇ ਰਜਿਸਟਰ ਕਰੋ ਤੇ ਅਗੇਂਸਟ ਪਾਓ, ਬਈ ਅਸੀਂ ਖਾਲਿਸਤਾਨ ਦੇ ਅਗੇਂਸਟ ਪਾਉਂਦੇ। ਦੋਨਾਂ ਨੂੰ ਉਹ ਕਹਿੰਦੇ ਅਸੀਂ ਹੱਕ ਦੇਣਾ। ਇਹਦੇ ਤੋਂ ਬਾਅਦ ਤੁਹਾਡੇ ਜਿਹੜੇ ਵਿਚਾਰ ਨੇ 1844-247-1550 ਇਸ ਵਾਰ। ਸੋ ਇਹ ਵਿਚਾਰਧਾਰਾ ਦੀ ਗੱਲ ਹੈ ਜਿਹਦੇ ਤੇ ਅਲੱਗ ਅਲੱਗ ਤੌਰ ਤੇ ਲੋਕ ਸੋਚਦੇ ਨੇ। ਤੁਸੀਂ ਕੀ ਸੋਚਦੇ ਹੋ? ਖੁੱਲੀਆਂ ਲਾਈਨਾਂ ਨੇ, ਕੋਈ ਵੀ ਆਪਣਾ ਵਿਚਾਰ ਦੇ ਸਕਦਾ ਤਰਕ ਦੇ ਨਾਲ। ਸ਼ਬਦਾਵਲੀ ਆਪਾਂ ਵਧੀਆ ਰੱਖਣੀ ਹੈ, ਕਾਮਨ ਗਰਾਉਂਡ ਹੈ, ਤੇ ਇੱਥੇ ਦੋਨੇ ਧਰਾਵਾਂ ਦੀ ਮੈਂ ਤੁਹਾਨੂੰ ਪੁਸ਼ਟੀ ਕੀਤੀ ਹੈ ਵੀ ਲੋਕ ਸੋਚਦੇ ਕਿਨੇ। ਸਰ ਬਲਵੀਰ ਸਿੰਘ, ਲਾਈਨ ਨੰਬਰ 2, ਤੁਸੀਂ ਏਅਰ ਤੇ। ਹੈਲੋ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਰੋਤਿਆਂ ਨੂੰ। ਗਿੱਲ ਸਾਹਿਬ, ਕੱਲ 2020 ਬਾਰੇ ਮੈਂ ਵੀ ਪਹਿਲਾਂ ਨਾ ਕਨਫਿਊਜ਼ ਸੀਗਾ, ਜਿੰਨਾ ਚਿਰ ਗਏ ਨੀ। ਕੱਲ ਉੱਥੇ ਗਏ ਆ ਆਪਾਂ, ਸੁਣਿਆ 4 ਘੰਟੇ ਤਿੰਨ ਪ੍ਰੋਗਰਾਮ ਉਹਨਾਂ ਦਾ। ਸੋ ਉਹ ਸੁਣ ਕਰ ਮਨ ਨੂੰ ਕਾਫੀ ਯਾਨੀ ਤਸੱਲੀ ਹੋਈ, ਤੇ ਮਨ ਚ ਯਾਨੀ ਬਹੁਤ ਅੱਗ ਵੀ ਬੜੀ ਜੋ ਕੁਛ ਉਹਨਾਂ ਨੇ ਦੱਸਿਆ ਸਾਡੇ ਨਾਲ ਕੀ ਹੋ ਰਿਹਾ। ਤੁਸੀਂ ਬਹੁਤ ਐਕਸਪਲੇਨ ਕੀਤਾ ਹੁਣ। ਸੋ ਕਹਿਣ ਦਾ ਮਤਲਬ ਮੇਰਾ ਇਹੀ ਆ ਵੀ ਜਿਹੜੇ ਲੋਕ ਸੋਚਦੇ ਆ ਵੀ ਉਹਨਾਂ ਨੇ ਜਿਹੜਾ ਇਹ ਸੰਵਿਧਾਨ ਸਾਰ ਦਾ ਅੰਬੇਦਕਰ ਦਾ ਜੇ ਉਹ, ਮੈਂ ਪੁੱਛਣਾ ਚਾਹੁੰਦਾ ਉਹਨਾਂ ਬਾਈਆਂ ਨੂੰ ਕਿ ਕੀ ਉਹਦਾ ਅੰਬੇਦਕਰ ਦੇ ਸੰਵਿਧਾਨ ਅਨੁਸਾਰ ਇੰਡੀਆ ਗੌਰਮੈਂਟ ਸਾਨੂੰ ਸਾਰੀਆਂ ਫੈਸਿਲਿਟੀਆਂ ਦੇ ਰਹੀ ਆ ਮਨਿਓਰਟੀ ਨੂੰ। ਸੋ ਇਹ ਚੀਜ਼ ਸੋਚਣੀ ਵਾਲੀ ਆ, ਖਾਸ ਕਰਕੇ ਮੈਨੂੰ ਬਾਕੀ ਸਟੇਟਾਂ ਦਾ ਨਹੀਂ, ਪੰਜਾਬ ਨੂੰ। ਸਾਨੂੰ ਤੁਸੀਂ ਵੀ ਦੱਸਿਆ ਹੋਇਆ ਵੀ ਕੀ ਸਾਨੂੰ ਤਾਂ ਥੱਲੇ ਲਾ ਤਾ ਉਹਨਾਂ ਨੇ ਬਿਲਕੁਲ ਹੀ। ਜਿੰਨਾ ਚਿਰ ਅਨਾਜ ਨਹੀਂ ਸੀ ਇੰਡੀਆ ਕੋਲੇ ਪਹਿਲੇ ਟਾਈਮਾਂ ਚ, ਅੱਜ ਤੋਂ 40-50 ਸਾਲ ਪਹਿਲਾਂ, ਉਹ ਪੰਜਾਬੀਆਂ ਨੂੰ ਫੂਕ ਦਿੰਦੇ ਰਹੇ। ਅਸੀਂ ਦਿਨ ਰਾਤ ਕੰਮ ਕਰਕੇ ਸਾਰਿਆਂ ਦੇ ਢਿੱਡ ਭਰੇ, ਅਸੀਂ ਚਾਂਭਲੇ ਰਹੇ। ਜਿੰਨਾ ਚਿਰ ਉਹਨਾਂ ਕੋਲੇ ਆਹ ਐਟੋਮਿਕ ਐਨਰਜੀ ਨਹੀਂ ਆਈ, ਸਿੱਖਾਂ ਨੂੰ ਉੱਥੇ ਮੂਹਰੇ ਫੌਜ ਲਾ ਕੇ ਸਾਨੂੰ ਮਰਵਾਉਂਦੇ ਰਹੇ, ਅਸੀਂ ਸਿੱਖ ਮੁੱਛਾਂ ਨੂੰ ਤਾਅ ਦਿੰਦੇ ਰਹੇ ਵੀ ਅਸੀਂ ਬੜੇ ਦਲੇਰ ਹਾਂ, ਅਸੀਂ ਬਹੁਤ ਹਾਂ। ਜਦ ਉਹਨਾਂ ਨੇ ਦੇਖੋ ਦੂਜੀਆਂ ਸਟੇਟਾਂ 'ਚ ਅਨਾਜ ਉਹਨਾਂ ਲਈ ਪੂਰਾ ਹੋ ਗਿਆ, ਅਮਨੀਸ਼ਨ ਆ ਗਿਆ ਉਹਨਾਂ ਕੋਲ, ਐਟੋਮਿਕ ਐਨਰਜੀ ਆ ਗਈ, ਹੁਣ ਸਾਨੂੰ ਉਹ ਪੁੱਛਦੇ ਨਹੀਂ ਗੇ। ਹੁਣ ਉਹ ਕਹਿੰਦੇ ਆ ਵੀ ਇਹ ਤਾਂ ਕੌਮੀ ਸਾਨੂੰ ਤਾਂ ਉਹ ਡਿਫਰੈਂਟ ਦੱਸਦੇ ਆ, ਸਿੱਖ ਸਾਨੂੰ ਨਹੀਂ ਮੰਨਦੇ। ਬਾਕੀ ਜਿਹੜਾ ਕਹਿਣ ਦਾ ਮਤਲਬ ਮੇਰਾ, ਤੁਸੀਂ ਬਹੁਤ ਕਿਹਾ ਬਾਈ ਜੀ, ਇਹ ਗੱਲ ਸਹੀ ਆ, ਅਸੀਂ ਸਿੱਖ ਕੀ ਹੋ ਗਿਆ। ਅਸੀਂ ਇੱਥੇ ਰੇਡੀਓ ਦੇ ਸਵੇਰੇ ਮਾਣੇ ਦੇ ਟਾਈਮ 'ਚ ਮੈਂ ਕਦੋਂ ਤੁਸੀਂ ਸੁਣਿਆ ਬਾਹਲਾ, ਮੈਂ ਟਾਈਮ ਨਹੀਂ ਲਾਇਆ, ਬਾਅਦ 'ਚ ਲਾਇਆ ਸੀ। ਬੜਾ ਅਗੇਂਸ ਬੋਲ ਰਿਹਾ ਜੀ, ਇਹ ਏਜੰਸੀਆਂ ਦੇ ਬੰਦੇ ਆ, ਇਹ ਫਲਾਨੇ ਆ। ਮੈਂ ਭਲੇ ਉਹ ਮਾਨਸੂ ਪੁੱਛਣਾ ਚਾਹੁੰਦਾ ਤੁਹਾਨੂੰ ਬਈ, ਉਹ ਘਰ ਬਾਰ ਛੱਡ ਕੇ ਉਹਨਾਂ ਤੁਹਾਡੇ ਦੁਖੜੇ ਲਈ, ਜਿਹੜੇ ਸਾਡੇ ਪਿੱਛੇ ਭੈਣ ਭਾਈ ਬੈਠੇ ਆ ਉਹਨਾਂ ਦੇ ਦੁੱਖਾਂ ਲਈ ਉਹ ਭੱਜੇ ਫਿਰਦੇ ਆ। ਜੋ ਕੁਛ ਸਾਡੇ ਨਾਲ ਹੋਇਆ 84 ਤੋਂ ਬਾਅਦ ਹੋਇਆ ਇੰਨਾ ਕੁਛ, ਇਹ ਠੀਕ ਆ ਬਈ ਅਸੀਂ ਉਹੀ ਗੱਲ। ਅੱਜ ਕੱਲ੍ਹ ਸਾਡਾ ਇਹ ਬਣ ਗਿਆ ਜੀ ਕਲਚਰ, ਗਿੱਲ ਸਾਹਿਬ ਮੈਂ ਬੜਾ ਟਾਈਮ ਨਹੀਂ ਲੈਣਾ, ਇੱਕ ਮਿੰਟ ਦੋ ਹੋਰ ਜੀ ਜੀ। ਬਈ ਅਸੀਂ ਕਹਿੰਦੇ ਹਾਂ ਜੇ ਗੁਆਂਢੀ ਦੇ ਕੁਛ ਹੋ ਗਿਆ ਤਾਂ ਉਹਦੇ ਹੋ ਗਿਆ, ਸਾਨੂੰ ਕੀ? ਜੇ ਉਹਦੀ ਲੜਕੀ ਚੱਕ ਕੇ ਲੈ ਗਏ ਸਾਨੂੰ ਕੀ? ਸਾਡੀ ਸੋਚ ਇਹ ਬਣ ਚੁੱਕੀ ਹੈ, ਮੈਂ ਇਹ ਸੋਚਦਾ ਮੈਜੋਰਿਟੀ ਦੀ। ਸੋ ਜਿੰਨਾ ਚਿਰ ਅਸੀਂ ਇਹ ਚੀਜ਼ ਨਹੀਂ ਸੋਚ ਰਹੇ ਕਿ ਉਹ ਭੈਣ ਭਾਈ ਭਾਵੇਂ ਸਾਡਾ ਕੋਈ ਨਹੀਂ ਉੱਥੇ, ਅਸੀਂ ਇੱਥੇ ਹਾਂ, ਹੈ ਤਾਂ ਸਾਡੇ ਪੰਜਾਬੀ, ਫਿਰ ਅਸੀਂ ਇਹ ਸੋਚਦੇ ਹਾਂ ਵੀ ਉਹ ਮੋਨੇ ਸੀ ਜੀ, ਉਹ ਜਿਹੜੇ ਗੱਲਾਂ ਕਰਦੇ ਆ ਉਹ ਕਮਲੇ ਹੋ ਤੁਸੀਂ, ਜੇ ਮੋਨੇ ਤੇ ਦਾੜੀ ਵਾਲਿਆਂ ਦੇ ਫਰਕ ਪਾਈ ਜਾਂਦੇ ਆ, ਮੋਨੇ ਵੀ ਸਿੱਖਾਂ ਦੇ ਮੁੰਡੇ, ਉਹ ਵੀ ਗ੍ਰੰਥ ਸ੍ਰੀ ਗ੍ਰੰਥ ਸਾਹਿਬ ਨੂੰ ਮੰਨਦੇ ਆ, ਦਾਨ ਥੋੜੇ ਨਾਲ ਜ਼ਿਆਦਾ ਕਰਦੇ ਆ, ਕੁਰਬਾਨੀਆਂ ਵੀ ਦਾੜੀਆਂ ਵਾਲਿਆਂ ਨੂੰ ਜ਼ਿਆਦਾ ਦੇਣਗੇ। ਸੋ ਇਹ ਸਾਡੇ ਲੋਕਾਂ ਚ ਪਤਾ ਨੀ ਕਿਉਂ ਵੰਡ ਪਾ ਕੇ ਸਾਨੂੰ ਬੇਵਕੂਫ ਬਣਾਇਆ ਹੋਇਆ, ਰੀਅਲੀ ਮਨ ਦੁਖਦਾ ਗਿੱਲ ਸਾਹਿਬ। ਅਸੀਂ ਇਹ ਚੀਜ਼ਾਂ ਜਿਹੜੇ ਛੱਕ ਲੈਂਦੇ ਆ, ਉਹ ਕਹਿੰਦੇ ਤੁਸੀਂ ਤਾਂ ਗੁਰੂ ਦੇ ਸਿੱਖ ਨੀ, ਉਹ ਭਲੇ ਮਾਨਸੋ ਜਿਹੜੇ ਗੁਰੂ ਦੇ ਸਿੱਖ ਤੁਸੀਂ ਧਰਮ ਚ ਮੂਹਰੇ ਲਾਏ ਹੋਏ ਆ, ਉਹਨਾਂ ਨੇ ਤਾਂ ਤੁਹਾਨੂੰ ਗੁਲਾਮ ਬਣਾ ਤਾ, ਤੁਹਾਨੂੰ ਲੁੱਟ ਲਿਆ। ਸੋ ਅਸੀਂ ਗੱਲ ਇਹੀ ਆ, ਉਹਨਾਂ ਨੇ ਕੱਲ ਜਿੰਨਾ ਕੁ ਜਗਾਇਆ ਸਾਨੂੰ ਸਾਡੀ ਆਤਮਾ ਨੂੰ ਗਿੱਲ ਸਾਹਿਬ, ਉਹ ਸਹੀ ਗੱਲ ਸੁਣ ਕੇ ਜਾਣੀ ਤੁਹਾਨੂੰ ਮਹਿਸੂਸ ਹੁੰਦਾ ਬਈ ਅਸੀਂ ਕਿਹੜੀ ਕੌਮ ਬਣ ਗਏ, ਗੁਰੂਆਂ ਦੇ ਸਾਡੀ ਹਿਸਟਰੀ ਕੀ ਆ ਤੇ ਅਸੀਂ ਹੁਣ ਕੀ ਬਣੇ ਹੋਏ ਹਾਂ। ਸੋ ਮੇਰਾ ਕਹਿਣ ਦਾ ਮਤਲਬ, ਮੈਂ ਤਾਂ ਰਿਕੁਐਸਟ ਕਰਦਾ ਸਾਰਿਆਂ ਨੂੰ ਬਈ ਜਾਂ ਤਾਂ ਜਾ ਕੇ ਸੁਣਦੇ ਤੁਸੀਂ, ਇੱਥੇ ਉਹ ਮਹਾਨ ਆ ਜੇ, ਕੋਈ ਗਾਉਣ ਵਾਲਾ ਆ ਜੇ, ਅਸੀਂ ਟਿਕਟ ਲੈ ਕੇ ਜਾਂਦੇ ਹਾਂ $50 ਲਾ ਕੇ, ਉਹ ਤੁਹਾਨੂੰ ਫ੍ਰੀ ਖਾਣਾ ਖਵਾਉਂਦੇ ਸੀ, ਚਾਹ ਪਾਣੀ ਪਿਆਇਆ, ਤੁਹਾਡੇ ਹੀ ਦੁੱਖ ਸੁਣਾਉਣੇ ਸੀ,
ਅਸੀਂ ਉੱਥੇ ਪਹੁੰਚੇ ਨੀ। ਇਹ ਸਾਡੀ ਹੁਣ ਹੈਗੀ ਆ ਗਿੱਲ ਸਾਹਿਬ ਸਾਡਾ ਜਿਹੜਾ ਸਿੱਖਾਂ ਦਾ ਇਸ ਵੇਲੇ ਇਹ ਹਾਲ ਹੈਗਾ। ਸੋ ਬੜੇ ਦੁੱਖ ਦੀ ਗੱਲ ਆ ਗਿੱਲ ਸਾਹਿਬ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਭੈਣ ਭਾਈ ਜਿਹੜੇ ਹੈਗੇ ਆ ਵਿਰੋਧ ਕਰਦੇ ਆ ਉਹ ਸੋਚਣ। ਉਹਨਾਂ ਨੇ ਸਿਰਫ ਇਹ ਕਿਹਾ ਵੀ ਜੇ ਅੰਬੇਦਕਰ ਦਾ ਜਿਹੜਾ ਸੰਵਿਧਾਨ ਆ ਉਹਦੇ ਅਨੁਸਾਰ ਸਾਨੂੰ ਸਾਰਾ ਕੁਛ ਮਿਲ ਰਿਹਾ ਫਿਰ ਤਾਂ ਠੀਕ ਹੈ, ਪਰ ਮਿਲ ਸਾਨੂੰ ਕਿੱਥੋਂ ਰਿਹਾ? ਪੰਜਾਬੀਆਂ ਨੂੰ ਸਾਰਿਆਂ ਨੂੰ ਪਤਾ ਸਾਡੇ ਨਾਲ ਕੀ ਹੋਇਆ। ਆ ਤੁਸੀਂ ਵੀ ਦੱਸਿਆ ਹੀ ਆ ਜਦੋਂ ਐਨ ਆਰ ਆਈਆਂ ਦੇ ਬੱਚੇ ਤੇ ਲੇਡੀਜ਼ ਨੂੰ ਉਹਨਾਂ ਨੇ ਸਾਹਮਣੇ ਉੱਥੇ ਬੇਇੱਜ਼ਤੀ ਕੀਤੀ, ਨਾ ਬਾਦਲ ਬੋਲੇ ਨਾ ਕੋਈ ਹੋਰ ਕਾਨੂੰਨ ਬੋਲਿਆ। ਅਸੀਂ ਅਸੀਂ ਕੀ ਕਹਿੰਦੇ ਹਾਂ, ਉਹ ਵਿਚਾਰੇ ਆ ਕੇ ਅੰਦਰ ਵੜ ਕੇ ਬਹਿ ਗਏ। ਥੈਂਕ ਯੂ ਤਾਰਾ ਸਰ, ਥੈਂਕ ਯੂ ਸਰ। ਪ੍ਰਭਜੋਤ ਪਾਲ ਸਿੰਘ ਲਾਈਨ ਨੰਬਰ 3। ਮੋਨੇ ਕਰਦੇ ਆ ਤਾਂ ਜਿਹੜਾ ਉਹਨਾਂ ਨੂੰ ਹੱਕ ਨੀ ਹੈਗਾ, ਇਹੋ ਜਿਹੀ ਕੋਈ ਗੱਲ ਨੀ ਹੈਗੀ। ਖਾਲਿਸਤਾਨ ਦੀ ਕੋਈ ਵੀ ਗੱਲ ਕਰੇ ਸਿਰ ਮੱਥੇ ਆ, ਬਹੁਤ ਵਧੀਆ ਗੱਲ ਆ। ਜਿਹੜਾ ਸੰਵਿਧਾਨ ਨੂੰ ਸਾੜਨ ਵਾਲੀ ਗੱਲ ਹੈਗੀ ਆ, ਦੇਖੋ ਸੰਵਿਧਾਨ ਨੂੰ ਸਾੜਨਾ ਇੱਕ ਉਹ ਪੀਸ ਆਫ ਪੇਪਰ ਹੈਗਾ ਆ ਤੇ ਮੇਰਾ ਖਿਆਲ ਜਿਹੜਾ ਆਪਣੇ ਜਿਹੜੇ ਸਾਰੇ ਸੰਵਿਧਾਨ ਹੈਗੇ ਆ ਉਹ ਹਰ ਇੱਕ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਦਿੰਦੇ ਹੈਗੇ ਆ, ਜਿੰਨੀ ਦੇਰ ਕਿਸੇ ਦੀ ਜਾਨੀ ਮਾਲੀ ਜਿਹੜੀ ਆ ਨੁਕਸਾਨ ਨਾ ਹੋਵੇ। ਸੋ ਇੱਕ ਪੀਸ ਆਫ ਪੇਪਰ ਜਿਸ ਤੇ ਸੰਵਿਧਾਨ ਲਿਖਿਆ ਆ ਉਹਨੂੰ ਸਾੜ ਦੇਣਾ ਕੋਈ ਏਡੀ ਵੱਡੀ ਗੱਲ ਨਹੀਂ, ਉਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੈਗਾ। ਇੱਕ ਸਿੰਬੋਲਿਕ ਜੈਸਚਰ ਹੈਗਾ ਆ, ਜਿਸ ਤਰ੍ਹਾਂ ਮੁਰਦਾਬਾਦ ਕਿਹਾ ਜਾਣਾ ਉਹਨੂੰ ਜਦੋਂ ਇੰਗਲਿਸ਼ ਚ ਟ੍ਰਾਂਸਲੇਟ ਕੀਤਾ ਗਿਆ ਤਾਂ ਉਹਦੇ ਵਿੱਚ ਕਿਹਾ ਗਿਆ ਜੀ ਵੀ ਡੈਥ ਟੂ ਜਾਤੀ ਨਾ ਕਿਹਾ, ਡੈਥ ਟੂ ਦਿਸ ਪਰਸਨ, ਡੈਥ ਟੂ ਦਿਸ ਪਰਸਨ, ਜਦੋਂ ਆਊਟ ਆਫ ਕੰਟੈਕਸਟ ਲਿਜਾ ਕੇ ਕੋਈ ਵੀ ਉਹਦੀ ਗੱਲ ਕਰਨੀ ਚਾਹੁੰਦਾ ਹੈ ਤਾਂ ਉਹਦੇ ਮਤਲਬ ਗਲਤ ਨਿਕਲ ਰਹੇ ਆ ਜੀ। ਇਸੇ ਤਰ੍ਹਾਂ ਜਿਹੜੇ ਸੰਵਿਧਾਨ ਨੂੰ ਸਾੜਨ ਦੇ ਖਿਲਾਫ ਜਿਹੜੇ ਬੋਲ ਰਹੇ ਹੈਗੇ ਆ ਉਹ ਮੇਰਾ ਖਿਆਲ ਨਹੀਂ ਵੀ ਉਹ ਜਿਹੜਾ ਆ ਸਪਿਰਿਟ ਆਫ ਦਾ ਕੰਸਟੀਟਿਊਸ਼ਨ ਸਮਝਦੇ ਹੈਗਾ, ਸਪਿਰਿਟ ਆਫ ਫਰੀਡਮ ਨੂੰ ਸਮਝਦੇ ਹੈਗੇ ਆ। ਉਹ ਸਿਰਫ ਆਪਣਾ ਜਿਹੜਾ ਆ ਵੀ ਹਾਂ ਅਸੀਂ ਕੋਈ ਪੁਆਇੰਟ ਲੱਭੀਏ ਵੀ ਇਹਨੂੰ ਕਿਸ ਤਰ੍ਹਾਂ ਅਸੀਂ ਦਿੰਦੀਏ, ਇਹ ਗੱਲਾਂ ਜਿਹੜੀਆਂ ਕਰਨੀਆਂ ਆ ਮਾੜੀਆਂ ਗੱਲਾਂ ਹੈਗੀਆਂ ਆ। ਸੋ ਇੱਕ ਜਿਹੜਾ ਤੁਸੀਂ ਦੱਸਦੇ ਹੈਗੇ ਆ ਕੱਲ ਜਿਹੜਾ ਇੱਕ ਉੱਥੇ ਗੈਦਰਿੰਗ ਹੋਈ ਆ ਉਹਦੇ ਵਿੱਚ ਐਕਸਪਲੇਨ ਕੀਤਾ ਗਿਆ ਹੈਗਾ, ਇੱਕ ਵਧੀਆ ਸਟੈਪ ਹੈਗਾ ਆ। ਤੇ ਜਿਹੜਾ ਅਸੀਂ ਸਦਾ ਹੀ ਅਸੀਂ ਇਹ ਸਵਾਲ ਪੁੱਛਦੇ ਰਹੇ ਆ ਵੀ ਇਹ ਕਿਸ ਤਰ੍ਹਾਂ ਹੋਣਾ ਆ, ਕੀ ਹੈਗਾ ਆ, ਇਹ ਕਿਹੜੀ UNO ਦੀ ਧਾਰਾ ਹੈਗੀ ਆ ਜਿਹਦੇ ਵਿੱਚ, ਜਾਂ ਯੂਨੈਸਕੋ ਦੀ ਆ ਜਿਹਦੇ ਅਧੀਨ ਅਸੀਂ ਕਰਵਾ ਸਕਦੇ ਹਾਂ। ਇਹ ਤਾਂ ਗੱਲ ਸਦਾ ਹੀ ਅਸੀਂ ਚਾਰਟਰ ਆਫ ਰਾਈਟ ਜਿਹੜਾ UNO ਦਾ ਉਹਦੇ ਵਿੱਚ ਪੜਿਆ ਹੈਗਾ ਆ ਵੀ ਹਰ ਇੱਕ ਬੰਦੇ ਨੂੰ ਆਜ਼ਾਦੀ ਦਾ ਹੱਕ ਹੈਗਾ ਆ, ਪਰ ਹਾਊ ਟੂ ਡੂ ਇਟ, ਜਿੱਦਾਂ ਪੰਨੂ ਸਾਹਿਬ ਨੇ ਪਹਿਲੇ ਦਿਨ ਵੀ ਅਨਾਊਂਸ ਕੀਤਾ ਸੀ, ਮੈਂ ਉਸ ਦਿਨ ਵੀ ਉੱਥੇ ਜਾ ਸੀਗਾ, ਉਹਨਾਂ ਨੂੰ ਉਸ ਦਿਨ ਪੁੱਛਿਆ ਸੀ, ਬਦਕਿਸਮਤੀ ਆ ਮੈਂ ਕੱਲ ਉੱਥੇ ਨਹੀਂ ਪਹੁੰਚ ਸਕਿਆ, ਤੇ ਉਹ ਗੱਲ ਜਾਣਨੀ ਚਾਹੁੰਦੇ ਆ ਵੀ ਜਾਣ ਕੇ ਜਿਹੜਾ ਹੱਕ ਆ ਉਹ ਤਾਂ ਜ਼ਰੂਰ ਲਿਖਿਆ ਆ UNO ਦੇ ਚਾਰਟਰ ਆਫ ਰਾਈਟ ਚ, ਪਰ ਕਿੱਦਾਂ ਕਰਨਾ ਹੈਗਾ ਆ? ਹੁਣ ਜਿਹੜੀਆਂ ਉਦਾਹਰਨਾਂ ਇਹ ਦਿੰਦੇ ਹੈਗੇ ਆ, ਕਤਲੋਨੀਆ ਹੋ ਗਿਆ, ਕੋਸੋਵੋ ਹੋ ਗਿਆ, ਕੁਰਦਿਸਤਾਨ ਹੋ ਗਿਆ, ਕ੍ਰੀਮੀਆ ਜਾਂ ਆਪਣੇ ਕਿਊਬੈਕ ਆ ਜਾਂ ਆਇਰਲੈਂਡ ਆ ਜਾਂ ਹੋਰ ਜਿੱਥੇ ਵੀ ਜਿਹੜੇ ਆ ਜਿਹੜੇ ਇਹੋ ਰੈਫਰੈਂਡਮ ਹੋਏ ਹੈਗੇ ਆ ਉਹਨਾਂ ਦੀਆਂ ਉਦਾਹਰਨਾਂ ਦਿੰਦੇ ਆ। ਪਰ ਉਹਦੇ ਵਿੱਚ ਜਿੱਦਾਂ ਮੇਰੀ ਜਿੱਦਾਂ ਤੁਸ਼ ਬੁੱਧੀ ਦੀ ਗੱਲ ਕਹਿ ਲਓ ਵੀ ਜਾਣ ਕੇ ਮੈਨੂੰ ਇਹ ਸਮਝ ਨਹੀਂ ਆ ਰਿਹਾ ਵੀ ਮੈਨੂੰ ਜਿੱਦਾਂ ਲੱਗਦਾ ਜੋ ਮੈਂ ਅੱਜ ਤੇ ਪੜਿਆ ਉਹ ਜਿਹੜੀਆਂ ਦੂਜਿਆਂ ਬਾਈ ਦਾ ਦੂਜਾ ਕੀ ਨਾ ਪੀਪਲ ਨੋਮੀਨੇਟਡ ਬਾਈ ਦਾ ਪੀਪਲ ਹਨਾ ਜਿਹੜੇ ਹੈਗੇ ਆ ਜਿਹੜੇ ਉਹਨਾਂ ਨੇ ਜਦੋਂ ਰੈਜੂਲੇਸ਼ਨ ਪਾਸ ਕਰ ਦਿੱਤੇ ਹੈਗੇ ਆ ਉਹ ਜਿੰਨੇ ਵੀ ਦੇਸ਼ਾਂ ਦੇ ਨਾਂ ਲੈਂਦੇ ਹੈਗੇ ਉਹਨਾਂ ਵਿੱਚ ਏਦਾਂ ਹੀ ਆ ਵੀ ਉਹ ਸਰਕਾਰਾਂ ਨੇ ਜਿਹੜੇ ਰੈਜੂਲੇਸ਼ਨ ਪਾਸ ਕਰ ਦਿੱਤੇ ਉਦੋਂ ਬਾਅਦ ਸਰਕਾਰਾਂ ਜਿਹੜੀਆਂ ਦੇਸ਼ ਦੀਆਂ ਭਾਵੇਂ ਦੀ ਵਿਰੋਧ ਵੀ ਕਰਦੀਆਂ ਰਹੀਆਂ ਪਰ ਉਹ ਲੀਗਲੀ ਜਿਹੜਾ ਉਹ ਦੂਜਾ ਬਾਈਂਡਿੰਗ ਜਿਹੜਾ ਜਿੱਦਾਂ ਹੁਣ ਇਹ ਕਹਿੰਦੇ ਨਾ ਨੋਨ ਬਾਈਂਡਿੰਗ ਉਹ ਲੀਗਲੀ ਬਾਈਂਡਿੰਗ ਡਾਕੂਮੈਂਟ ਹੋ ਜਾਂਦਾ ਹੈਗਾ ਆ। ਤੇ ਉਹ ਜਿੱਦਾਂ ਹਾਲੇ ਤਾਂ ਸਮਝ ਨਹੀਂ ਆਈ ਵੀ ਜਾਣੀ ਕਿ ਜਿਹੜਾ UNO ਦੇ ਵਿੱਚ ਜੋ ਚਾਰਟਰ ਆਫ ਰਾਈਟਸ ਹੈਗਾ ਆ ਵੀ ਪ੍ਰਭਜੋਤਪਾਲ ਸਿੰਘ ਜੀ ਤੁਸੀਂ ਚਿੰਤਕ ਹੋ ਉਹ ਇਸ ਤਰ੍ਹਾਂ ਜੀ ਕਿਉਂਕਿ ਉਹ ਧਾਰਨਾ ਵਾਲੇ ਲੋਕ ਅਸੈਂਬਲੀ ਚ ਬੈਠੇ ਸੀ, ਉਹ ਧਾਰਨਾ ਵਾਲੇ ਲੋਕਾਂ ਨੂੰ ਜਦ ਸਮਾਂ ਮਿਲਿਆ ਅਸੈਂਬਲੀ ਚ ਬੋਲਣ ਦਾ ਉਹਨਾਂ ਨੇ ਰੈਜੂਲੇਸ਼ਨ ਪਾਇਆ। ਹੁਣ ਜੇ ਉਹ ਧਾਰਨਾ ਵਾਲੇ ਲੋਕ ਪੰਜਾਬ ਦੀ ਅਸੈਂਬਲੀ ਚ ਬੈਠੇ ਨੇ ਉਹ ਕਿੱਥੋਂ ਇਸ ਗੱਲ ਨੂੰ ਰੈਜੂਲੇਸ਼ਨ ਕਿਵੇਂ ਪਾ ਦੇਣਗੇ? ਫਰਕ ਇਹ ਆ, ਹਾਂ ਇਹੀ ਫਰਕ ਆ ਬਸ।
ਮੈਂ ਬਿਲਕੁਲ ਤੁਹਾਨੂੰ ਸਹਿਮਤ ਹਾਂ ਸਿੰਘ ਸਾਹਿਬ ਇਸ ਗੱਲ ਤੇ, ਮੈਂ ਵਿਰੋਧ ਨਹੀਂ ਕਰਦਾ, ਪਰ ਇਹ ਹੈ ਵੀ ਹੁਣ ਆਪਾਂ ਸ਼ੁਰੂ ਕਿੱਥੋਂ ਕਰਨਾ, ਹੁਣ ਆਪਾਂ ਸ਼ੁਰੂ ਕਿੱਥੋਂ ਕਰਨਾ। ਤੁਸੀਂ ਖਾਲਿਸਤਾਨ ਦੇ ਸਮਰਥਕ ਹੋ, ਮਾਨ ਦਲ ਦੇ ਤੁਸੀਂ ਅਹਿਮ ਮੈਂਬਰ ਹੋ ਪਹਿਲੇ ਦਿਨ ਤੋਂ, ਉਹਦੇ ਹਿਸਾਬ ਨਾਲ ਮਾਨ ਸਾਹਿਬ ਵੀ ਇਹੀ ਕਹਿ ਰਹੇ ਨੇ, ਮੈਂ ਭਾਰਤੀ ਸੰਵਿਧਾਨ ਦੇ ਥੱਲੇ ਆਪਣੀ ਗੱਲ ਕਰਨੀ ਚਾਹੁੰਦਾ, ਇਹ ਠੀਕ ਆ ਨਹੀਂ ਗੱਲ ਮੇਰੀ? ਸਿੰਘ ਸਾਹਿਬ ਦੇਖੋ, ਜਿੱਦਾਂ ਇਹਨਾਂ ਦੀ ਮੈਂ ਪੰਨੂ ਸਾਹਿਬ ਹੋਣਾ ਦੇ ਵੀ ਕਈ ਵਾਰੀ ਬਿਆਨ ਸੁਣਦਾ ਹੈਗਾ, ਇਹ ਜਦੋਂ ਇਹ ਗੱਲ ਕਰਦੇ ਆ ਤਾਂ ਉੱਥੇ ਗੱਲ ਕਰਦੇ ਆ ਵੀ ਅਸੀਂ ਦੂਜਾ ਕਿ ਇਹਨਾਂ ਚਾਰਟਰ ਆਫ ਰਾਈਟ ਦੇ ਅਧੀਨ ਜਾਂ ਹੋਰ ਜਿਹੜੇ ਆ ਜੋ ਵੀ ਸਾਨੂੰ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਹੈਗੇ ਉਹਨਾਂ ਦੇ ਅਧੀਨ ਅਸੀਂ ਆਹ ਕੰਮ ਕਰ ਰਹੇ ਹਾਂ। ਹੁਣ ਜਿਹੜਾ ਉੱਥੇ ਭਾਰਤ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਦੀ ਮਜਬੂਰੀ ਆ, ਉਹ ਸੰਵਿਧਾਨ ਤੋਂ ਬਾਹਰ ਨਹੀਂ ਜਾ ਸਕਦੇ। ਜਿੱਦਾਂ ਆਪਾਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਜੇ ਆਪਾਂ ਆਊਟ ਆਫ ਲਾਅ ਜਾ ਕੇ ਕੋਈ ਵੀ ਕੰਮ ਕਰਦੇ ਹਾਂ ਤੇ ਉਹ ਅਨਲਾਫੁਲ ਹੋ ਜਾਂਦਾ, ਗਵਰਨਮੈਂਟ ਨੂੰ ਇੱਕ ਚਾਂਸ ਮਿਲ ਜਾਂਦਾ ਤੁਹਾਨੂੰ ਬਿਲਕੁਲ ਬਿਨਾਂ। ਜਿੱਦਾਂ ਆਪਣੇ ਸਾਡੇ ਬਹੁਤ ਸਾਰੇ ਰਾਈਟਾਂ ਦੇ ਵਿੱਚ ਡੱਕੇ ਹੋ ਬੈਠੇ ਆ। ਬਿਲਕੁਲ ਰਾਈਟ ਹੈ, ਬਿਲਕੁਲ ਰਾਈਟ ਹੋ ਤੁਸੀਂ, ਪਰ ਜੇ ਤੁਹਾਡੀ ਬਹੁਤਾਤ ਉੱਥੇ ਹੋਈ ਨਹੀਂ ਅਸੈਂਬਲੀ ਚ, ਰੈਜੋਲੂਸ਼ਨ ਤੁਸੀਂ ਪਾ ਨਾ ਸਕੇ, ਫਿਰ ਉਹਦਾ ਕਿੱਥੋਂ ਸਟਾਰਟ ਕਰੋਗੇ ਤੁਸੀਂ? ਵੈਸੇ ਤਾਂ ਇਹਦਾ ਜਵਾਬ ਤਾਂ ਪੰਨੂ ਸਾਹਿਬ ਹੀ ਦੇ ਸਕਦੇ ਨੇ, ਆਪਾਂ ਦੋਨੇ ਡਿਸਕਸ਼ਨ ਕਰਦੇ ਹਾਂ। ਹਾਂਜੀ ਬਿਲਕੁਲ, ਆਪਾਂ ਡਿਸਕਸ਼ਨ ਨਹੀਂ ਕਰਦੇ ਉਹ। ਮੈਂ ਜਿੱਦਾਂ ਇਹ ਮੈਂ ਹੁਣ ਤਾਈਂ ਜਿੰਨੀ ਵੀ ਗੱਲ ਕਹੀ, ਜੇ ਕਿਤੇ ਲੱਗਾ ਹੋਵੇ ਮੈਂ ਵਿਰੋਧ ਕਰਦਾ ਤਾਂ ਮਾਫ਼ੀ ਚਾਹੁੰਦਾ। ਮੈਂ ਇਹ ਵੀ ਸਾਰਥਕਤਾ ਹੋਈ, ਮੈਂ ਉਹ ਗੱਲ ਸਮਝ ਰਿਹਾ ਤੁਹਾਡੀ। ਥੈਂਕ ਯੂ ਹਾਂਜੀ ਸੰਧੂ ਸਾਹਿਬ। ਲਾਈਨ ਹੋਰ ਗਿੱਲ ਸਾਹਿਬ, ਟੂ ਬੀ ਵੈਰੀ ਫਰੈਂਕ, ਆਈ ਐਮ ਅਗੇਂਸਟ, ਮੈਂ ਖਿਲਾਫ ਹੈਗਾ ਬਿਲਕੁਲ ਆ ਜਿਹੜੀ ਵੀ ਸਾਰੀ ਜਿਹੜੀ ਹੈ। ਹਾਂਜੀ ਮੈਂ 79 ਤੋਂ ਮੈਂ ਸਾਰਾ ਕੁਛ, ਹਾਂਜੀ 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 ਮੈਂ 79 ਤੋਂ ਇਹ ਸਾਰਾ ਕੁਛ ਵੇਖ ਰਿਹਾ। ਉਦੋਂ ਮੈਂ 14 ਸਾਲ ਦਾ ਸੀ 79 ਦੇ ਵਿੱਚ, ਜੋ ਸਾਰਾ ਕੁਛ ਜੋ ਪੰਜਾਬ ਚ ਹੋਇਆ 79 ਤੋਂ ਸ਼ੁਰੂ ਹੋਇਆ ਉਹ ਸਾਰਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ, ਸਭ ਕੁਛ ਵੇਖਿਆ। ਉਦੋਂ ਜਗਜੀਤ ਸਿੰਘ ਚੌਹਾਨ ਵਰਗੇ, ਗੰਗਾ ਸਿੰਘ ਢਿੱਲੋਂ ਵਰਗੇ, ਆਹ ਖਾਲਿਸਤਾਨ ਦੀ ਮੂਵਮੈਂਟ ਫੌਰਨ ਤੋਂ ਸ਼ੁਰੂ ਹੋਈ, ਅੱਗ ਉੱਥੋਂ ਤੱਕ ਪਹੁੰਚੀ, ਆਪ ਲੋਕੀ ਇੱਥੇ ਐਸ਼ ਕਰ ਗਏ ਸਾਰੇ, ਮਰਵਾ ਤੇ ਉੱਥੋਂ ਦੇ। ਹੁਣ ਵੀ ਹੋਣਾ ਏਦਾਂ ਹੀ ਹੈ, ਕੱਖ ਨੀ ਹੋਣਾ, ਬਸ ਇੱਥੇ ਪੈਸੇ ਇਕੱਠੇ ਕਰਨੇ ਆ, ਲੀਡਰੀਆਂ ਚਮਕਾਉਣੀਆਂ, ਹੋਰ ਕੁਛ ਨੀ ਹੋਣਾ। ਜਦੋਂ ਉੱਥੋਂ ਦੇ ਲੋਕੀ ਨੀ ਮੰਗਦੇ, ਹਾਉ ਕੈਨ ਯੂ ਫੋਰਸ ਦੈਮ? ਠੀਕ ਹੈ, ਉਸ ਤੋਂ ਵੈਲਿਡ ਹੈ। ਹਾਂਜੀ ਦੂਸਰੀ ਗੱਲ ਇਹ ਹੈ, ਕਹਿੰਦੇ ਜੀ ਸੰਵਿਧਾਨ ਦੀ ਕਾਪੀ ਸਾੜ ਵੀ ਅਸੀਂ ਪਤਾ ਨੀ ਕਿਹੜੀ ਮੱਲ ਮਾਰ ਲਈ। ਦੇਖੋ ਗਿੱਲ ਸਾਹਿਬ, ਮੈਂ ਇੱਥੇ ਬੈਠਾ ਬ੍ਰਾਜ਼ੀਲ ਦਾ ਸੰਵਿਧਾਨ ਸਾੜੀ ਜਾਵਾਂ, ਡਜ਼ਨਟ ਮੈਟਰ, ਤੁਸੀਂ ਤਾਂ ਉੱਥੋਂ ਦੇ ਸਿਟੀਜ਼ਨ ਨਹੀਂ ਹੈਗੇ, ਤੁਸੀਂ ਇਹ ਸੰਵਿਧਾਨ ਸਾੜ ਕੇ ਕੀ ਕਰਨਾ? ਠੀਕ ਹੈ ਜੀ, ਸੋ ਇਹ ਤਾਂ ਐਵੇਂ ਹੀ ਮਤਲਬ ਕਿ ਖ਼ਬਰਾਂ ਚ ਆਉਣ ਦੀ ਗੱਲ ਹੈਗੀ ਆ। ਹੋਰ ਗੱਲ ਮੈਂ ਦੱਸਦਾ ਫਿਰ, ਇਹ ਜਿੰਨੇ ਵੀ ਲੋਕ ਸੀਗੇ ਗਏ ਉੱਥੇ, ਜਾਂ ਜਿੰਨੇ ਵੀ ਮੈਂ ਕਹਿੰਦਾ ਏਅਰ ਤੇ ਵੀ ਆਉਣਗੇ, ਕਿਉਂ ਆਪਦੇ ਜਵਾਕਾਂ ਨੂੰ ਨਾਲ ਲੈ ਕੇ ਗਏ ਸੀ? ਨੋ, ਆਪਦੇ ਬੱਚਿਆਂ ਨੂੰ ਉਸ ਚੀਜ਼ ਤੋਂ ਦੂਰ ਰੱਖਣਗੇ ਸਾਰੇ, ਉੱਥੋਂ ਵਾਲਿਆਂ ਨੂੰ ਮਰਵਾ ਦਿਓ ਜੋ ਹੁੰਦਾ ਆਇਆ ਤੇ ਜੋ ਹੋਣਾ। ਸੋ ਇਸ ਕਰਕੇ ਆਈ ਐਮ ਟੋਟਲੀ ਅਗੇਂਸਟ। ਥੈਂਕ ਯੂ, ਥੈਂਕ ਯੂ ਸੰਧੂ ਸਾਹਿਬ, ਥੈਂਕ ਯੂ। ਇੰਦਰਜੀਤ ਸਿੰਘ ਜੀ, ਨੰਬਰ 5, ਲਾਈਨ ਨੰਬਰ 5, ਸਰਬਜੀਤ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਜਿਹੜੇ ਮੇਰੇ ਤੋਂ ਪਹਿਲੇ ਕਲ ਰਹਾ ਇਹ ਆਪਣੀ ਗੱਲਾਂ ਦਾ ਆਪ ਹੀ ਤੁਸੀਂ ਜਵਾਬ ਦੇ ਰਹੇ ਆ। ਗੱਲ ਇਹ ਆ ਵੀ ਜਿਹੜਾ ਮੈਨੂੰ ਕੱਲ ਇਕੱਠ ਹੋਇਆ ਨਾ ਬੈਂਕਟ ਹਾਲ ਦੇ ਵਿੱਚ, ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਆ ਵੀ ਜਦੋਂ ਉਹਨਾਂ ਨੇ ਓਪਨ ਲਈ ਜਿੰਨੇ ਵੀ ਉਹ ਪਹਿਲਾਂ ਇੱਥੇ ਰੇਡੀਓ ਤੇ ਮੀਡੀਆ ਤੇ ਆਏ, ਉਹਨਾਂ ਨੇ ਇਹ ਕਿਹਾ ਸੀ ਵੀ ਉੱਥੇ ਤੁਸੀਂ ਆਓ, ਜੇ ਤੁਹਾਡਾ ਕੋਈ ਵੀ ਸਵਾਲ ਆ ਉਹਦਾ ਅਸੀਂ ਜਵਾਬ ਦੇਵਾਂਗੇ। ਉਹਨਾਂ ਨੇ ਦੋਨਾਂ ਨੇ, ਜਗਿੰਦਰ ਸਿੰਘ ਗਰੇਵਾਲ ਨੇ ਤੇ ਪੰਨੂ ਸਾਹਿਬ ਨੇ, ਦੋਨਾਂ ਨੇ ਸਾਰਾ ਪ੍ਰੋਗਰਾਮ ਸਮਾਪਤ ਕਰਕੇ ਐਂਡ ਤੇ ਉਹ ਦੋਨੇ ਸਟੇਜ ਤੇ ਖੜ ਗਏ। ਬੜੇ ਵਧੀਆ ਮਾਹੌਲ ਦੇ ਵਿੱਚ ਤੁਸੀਂ ਉੱਥੇ ਗਏ ਸੀਗੇ, ਕਿਸੇ ਦੀ ਕੋਈ ਹੁੱਲੜਬਾਜ਼ੀ ਨਹੀਂ ਸੀ। ਉਹਨਾਂ ਨੇ ਕਿਹਾ ਵੀ ਜੇ ਕਿਸੇ ਦਾ ਵੀ ਕੋਈ ਸਵਾਲ ਹੈਗਾ ਉਹ ਪੁੱਛੋ, ਪੁੱਛ ਲਓ। ਜੇ 2000 ਬੰਦੇ ਦੇ ਵਿੱਚੋਂ ਇੱਕ ਵੀ ਬੰਦਾ ਉੱਠ ਕੇ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ, ਉਹਨੇ ਉਡੀਕਿਆ, ਖੜੇ ਰਹੇ 2-4 ਮਿੰਟ, ਕਿਸੇ ਕੋਈ ਨਹੀਂ ਬੋਲਿਆ, ਉਹ ਤੋਂ ਬਾਅਦ ਉਹਨਾਂ ਨੇ ਸਮਾਪਤੀ ਕਰਤੀ ਸਟੇਜ ਦੀ, ਹਨਾ। ਜਿਹੜੇ ਬੰਦੇ ਬਾਲਾ ਕੋਈ ਭੁਲੇਖਾ ਆਇਆ ਜਾਂ ਕੁਛ ਹੈਗਾ, ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਸੀ, ਉੱਥੇ ਸਵਾਲ ਕਰਨੇ ਚਾਹੀਦੇ ਸੀਗੇ, ਫੇਸ ਟੂ ਫੇਸ ਵਾਲਾ ਜਵਾਬ ਦਿੰਦਾ। ਜੇ ਹੁਣ ਆਪਾਂ ਕਿਸੇ ਪਾਸੇ ਤੁਰਨਾ ਹੀ ਨੀਗਾ, ਆਪਾਂ ਇਹੀ ਡਰੀ ਜਾਣਾ ਜੀ ਆਹ ਹੋ ਗਿਆ ਹੋ ਗਿਆ, ਫੇਰ ਤਾਂ ਕੌਮ ਦਾ ਕੁਛ ਨੀ ਬਣਨਾ।
ਜਿਹੜੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਆਹ ਹੋ ਗਿਆ ਗੱਲਾਂ ਉਹ ਕਰਦੇ ਆ ਜੀ ਜਿਹਨਾਂ ਨੇ ਵਾਕਈ ਉੱਥੇ ਡਾਊਟ ਪੂਰਾ ਕੀਤਾ ਪਹਿਲਾਂ, ਮੈਂ ਤਾਂ ਹੁਣ ਓਪਨਲੀ ਕਹਿੰਦਾ ਆ ਜਿਹਨਾਂ ਨੇ ਕੋਲ ਦੀ ਜੁਦੀ ਵਿਅਕਤੀਆਂ ਵਿੱਚ ਲੋਕੀ ਗੱਲਾਂ ਨੀ ਸੀ ਕਰਦੇ ਵੀ ਭਾਈ ਇਹ ਬੰਦਾ ਗੌਰਮੈਂਟ ਦਾ ਡਾਊਟ ਕਰਦੇ ਖੜਦੇ ਨੀ ਸੀ, ਉਹ ਆ ਕੇ ਇੱਥੇ ਆ ਕੇ ਸਾਨੂੰ ਦੱਸ ਰਹੇ ਸੀ ਪੰਜਾਬ ਅਸੀਂ ਦੇਖ ਕੇ ਆਏ ਹਾਂ ਉੱਥੇ ਆਹ ਹੋ ਜਾਊ ਆਹ ਹੋ ਜਾਊ, ਤੇ ਜਦੋਂ ਇਹਨਾਂ ਦੇ ਚਹੇਤਿਆਂ ਨੇ ਸੰਵਿਧਾਨ ਨੂੰ ਅੱਗ ਲਾਈ ਸੀ ਉਹ ਗੱਲ ਕਿਉਂ ਨੀ ਕਰਦੀ ਇੱਥੇ ਆ ਕੇ, ਅੱਜ ਪੰਨੂ ਹੁਣੀ ਕਹਿਤਾ ਵੀ ਸਾਨੂੰ ਸੰਵਿਧਾਨ ਇਹ ਤਾਂ ਸੰਵਿਧਾਨ ਦੇ ਵਿੱਚ ਦਿੱਲੀ ਚ ਸਾਨੂੰ ਨਹੀਂ ਲੁਇਆ ਗਿਆ ਸਾਨੂੰ ਨਹੀਂ ਧਾਇਆ ਗਿਆ ਸਾਡੀ ਬੇਪਤੀ ਨਹੀਂ ਕੀਤੀ ਗਈ ਫਿਰ ਤਾਂ ਸੰਵਿਧਾਨ ਹੈਗਾ ਠੀਕ, ਜੇ ਉੱਥੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਜਲੀਲ ਕੀਤਾ ਗਿਆ ਮੈਂ ਨੀ ਮੰਨਦਾ ਸੰਵਿਧਾਨ ਨੂੰ, ਗੁਲਾਮ ਆ ਗੁਲਾਮੀ ਦੀਆਂ ਪਰਿਭਾਸ਼ਾ ਪੂਰੀਆਂ ਖਦਰੀਆਂ ਉਤਰੀਆਂ, ਸਾਰਾ ਕੰਟਰੀ ਨੇ ਤੁਹਾਡੇ ਨਾਲ ਤੁਰ ਪੈਣਾ, ਯੂਐਨਓ ਵੀ ਹੋਊਗੀ ਤੁਹਾਡੇ ਨਾਲ, ਕੀ ਕਰ ਪਾਉਂਗੇ? ਮੈਂ ਇਹ ਗੱਲ ਕਹਿਣਾ ਬੰਦੇ ਤੇ ਕੀੜੀ ਦਾ ਕੋਈ ਮੁਕਾਬਲਾ ਨਹੀਂ ਹੈਗਾ, ਸੋ ਕੀੜੀਆਂ ਦੇ ਵਿੱਚ ਤਾਂ ਅਸੀਂ ਆਪਣੇ ਆਪ ਨੂੰ ਜੋ ਮਰਜ਼ੀ ਕਰੀ ਜਾਵੇ ਪਰ ਜਦੋਂ ਪੰਗਾ ਪੈਣਾ ਵੱਡੇ ਨਾਲ ਅਗਲੇ ਨੇ ਮੱਥਾ ਦੇਣਾ, ਹਰ ਇੱਕ ਚੀਜ਼ ਨੂੰ ਸੋਚ ਕੇ ਪੰਨੂ ਸਾਹਿਬ ਨੇ ਆਲਰੇਡੀ ਮਨ ਬਣਾਇਆ ਆ, ਚਲੋ ਠੀਕ ਆ ਹੁਣ ਮੰਨਣਾ ਨੀ ਉਹਨਾਂ ਨੇ, ਪਰ ਇੰਨਾ ਵੀ ਹੁਣ ਦੰਦੀ ਵੱਢ ਕੇ ਜ਼ਰੂਰ ਆਇਓ, ਨਹੀਂ ਤਾਂ ਨੀਟੂ ਸ਼ਟਰ ਵਾਲੇ ਤੋਂ ਵੱਧ ਹੋਰ ਗੱਲ ਕੋਈ ਨੀ ਹੋਣੀ ਵੀ ਇਹ ਕੋਣ ਬੰਦਾ ਉਹ ਜੀ ਇੱਥੇ ਕਾਪੀਆਂ ਪਾੜ ਕੇ ਇੱਥੇ ਬੈਠ ਗਿਆ, ਹੁਣ ਪੂਰੀ ਦੰਦੀ ਵੱਢਣੀ ਚਾਹੀਦੀ ਅਗਲੇ ਨੂੰ ਪਤਾ ਵੀ ਲੱਗੇ ਇਹ ਤਾਂ ਮੈਨੂੰ ਪਤਾ ਕੁਛ ਡੈਮੇਜ ਨੀ ਕਰ ਸਕਣਾ ਪਰ ਇੰਨਾ ਕੁ ਹੋਵੇ ਵੀ ਉਹਨਾਂ ਨੂੰ ਕੁਛ ਹੋਇਆ ਆ, ਨਹੀਂ ਤਾਂ ਫਿਰ ਆਈ ਡੋਂਟ ਨੋ ਫਿਰ ਤਾਂ ਇਹ ਕਹਾਂਗੇ ਪੈਸੇ ਇਕੱਠੇ ਕਰਨ ਤੋਂ ਵੱਧ ਕੁਛ ਨਹੀਂ ਕਰ ਸਕਦਾ। ਇੱਕ ਇਹ ਗੱਲ ਜਿਹੜੀ ਨਾ ਬਹੁਤ ਜ਼ੋਰ ਨਾਲ ਕੀਤੀ ਜਾਂਦੀ ਹੈ ਵੀ ਪੈਸੇ ਇਕੱਠੇ ਕਰ ਦੇਣ, 3 ਘੰਟੇ ਦੇ ਸਮਾਗਮ ਦੇ ਵਿੱਚ ਇੱਕ ਵਾਰ ਵੀ ਨਹੀਂ ਕਿਹਾ ਗਿਆ ਵੀ ਭਾਈ ਸਾਨੂੰ ਮਾਇਕ ਸਹਾਇਤਾ ਦਿਓ, ਇੱਕ ਵਾਰ ਵੀ, ਮੈਂ ਉਹਦਾ ਗਵਾਹ, ਔਰ ਮੈਂ $5 ਕਦੇ ਜੇਬ ਚੋਂ ਨਹੀਂ ਦਿੱਤੇ, ਬਹੁਤਾਤ ਨੇ ਦਿੱਤੇ ਨਹੀਂ, ਨਾ ਬਹੁਤਾਤ ਤੋਂ ਰਜਿਸਟਰਡ ਹੋਣਾ। ਹਾਂ ਉਹ ਸਾਡਾ ਇੱਕ ਚੱਲਿਆ ਹੋਇਆ ਕੰਮ ਆ ਵੀ ਪੈਸੇ ਇਕੱਠੇ ਕਰਨੇ ਨੇ ਤੇ ਪ੍ਰਧਾਨਗੀ, ਮੈਂ ਜਵਾਬ ਤਾਂ ਪੰਨੂ ਨਹੀਂ ਖੁਦ ਦੇਣਗੇ ਪਰ ਜਿਹੜੇ ਵਕੀਲ ਇੱਥੇ ਨੇ ਸਰੀ ਦੇ ਇਮੀਗ੍ਰੇਸ਼ਨ ਕੰਸਲਟੈਂਟਾਂ ਦੇ ਕੋਲ $2 million ਹੈ, ਜਿਹਦੇ ਕੋਲ ਵਕੀਲੀ ਦੀ ਪੜ੍ਹਾਈ ਹੈ ਤੇ ਉਹ ਸਾਲ ਦਾ $2-4 ਲੱਖ ਬਣਾ ਸਕਦਾ ਈਜ਼ੀ, ਬਲਦੀ ਦੇ ਬੂਥੇ ਆਉਣਾ ਸੌਖਾ ਨਹੀਂ। ਨੰਬਰ ਇੱਕ ਕੇਸ ਆ ਜਿਹੜਾ ਕੇਸ ਦੀ ਸ਼ੁਰੂਆਤ ਜਤਿੰਦਰ ਕਹਿੰਦਾ ਗਰੇਵਾਲ ਕਹਿੰਦਾ ਅਸੀਂ ਯੂਨਾਈਟਿਡ ਨੇਸ਼ਨ ਚ ਗਏ ਜਦ ਅਸੀਂ ਕਿਹਾ ਸਾਡੇ ਨਾਲ ਧੱਕਾ ਹੁੰਦਾ ਸਾਡਾ 1.5 ਲੱਖ ਬੰਦਾ ਮਾਰਤਾ, ਉਹ ਕਹਿੰਦੇ ਲਿਆਓ ਦੱਸੋ ਕਿੱਥੇ ਮਾਰਤਾ ਅਸੀਂ ਤਾਂ ਸਾਨੂੰ ਤਾਂ ਪਤਾ ਨਹੀਂ ਕਦ ਤੁਹਾਡਾ ਬੰਦਾ 1.5 ਲੱਖ ਮਾਰਿਆ ਕਰੋ ਪਰੂਫ, ਉਸ ਦਿਨ ਤੋਂ ਕਹਿੰਦੇ ਇਹ ਸਾਡੀ ਗੱਲ ਸ਼ੁਰੂ ਹੋਈ, ਜਦ ਅਸੀਂ ਦਿਖਾਇਆ ਹੀ ਕੁਛ ਨਹੀਂ ਅਸੀਂ ਫੇਲ ਹੋ ਗਏ ਦੱਸਣ ਤੇ ਤਾਂ ਉਸ ਦੇ ਕਰਕੇ ਹੀ ਇਹ ਸ਼ੁਰੂਆਤ ਕੀਤੀ, ਇਹ ਵੀ ਉਹਨਾਂ ਨੇ ਜਵਾਬ ਦਿੱਤਾ ਜਿਹੜਾ ਸੈਮ ਹੁਣੀ ਕਹਿ ਕੇ ਗਏ ਨੇ ਵੀ ਕੇਸ ਤਾਂ ਰਖਾਓ, ਉਹਨਾਂ ਦੇ ਕਹਿਣ ਮੁਤਾਬਕ ਇਹ ਕੇਸ ਦੀ ਸ਼ੁਰੂਆਤ ਹੈ। ਮੈਂ ਉਹਨਾਂ ਦੇ ਬਿਹਾਫ ਤੇ ਜਵਾਬ ਦੇ ਰਿਹਾ ਕਿਉਂਕਿ ਮੈਂ ਕੱਲ੍ਹ ਸੁਣਿਆ ਇਹੀ ਗੱਲ ਵੀ 1.5 ਲੱਖ ਜਦ ਅਸੀਂ ਯੂਨਾਈਟਿਡ ਨੇਸ਼ਨ ਕਿਹਾ ਸਾਡਾ ਫੇਕ ਇਨਕਾਊਂਟਰ ਚ ਭੈਣ ਭਾਈ ਮਾਰ ਦਿੱਤੇ, ਬੱਚੇ ਮਾਰਤੇ, ਮਾਮਾ ਸਾਡੀਆਂ ਰੇਪ ਹੋ ਗਈਆਂ ਚਰਸਤਿਆਂ ਦੇ ਵਿੱਚ, ਉੱਜੜ ਗਏ ਅਸੀਂ ਉਸ ਜਗ੍ਹਾ ਤੋਂ, ਉੱਥੋਂ 2-2 ਲੱਖ ਸਾਲ ਦਾ ਭੱਜ ਕੇ ਅਸੀਂ ਆ ਰਹੇ, ਸਾਡੇ 19-19 ਸਾਲ ਦੀਆਂ ਬਾਲੜੀਆਂ ਵਿਆਹ ਕਰਾ ਕੇ IELTS ਦੇ ਨਾਲ ਬੰਦਿਆਂ ਦੇ ਨਾਲ ਆ ਰਹੀਆਂ ਉੱਥੇ, ਜਿਹਨਾਂ ਨੂੰ ਹਲੇ ਰਹਿਣਾ ਨਾ ਸਹਿਣਾ ਨਾ ਤੁਰਨਾ ਨਾ ਫਿਰਨਾ ਇਸ ਜੱਗ ਤੇ ਆਉਂਦਾ, ਜਿਸ ਜਗ੍ਹਾ ਦੇ ਵਿੱਚ ਅਸੀਂ 20 ਵਰ੍ਹਿਆਂ ਦੀ ਸਕੀ ਭੈਣ ਨੂੰ ਖੂਹ ਤੇ ਰੋਟੀ ਨਹੀਂ ਸੀ ਲੈ ਕੇ ਜਾਣ ਦਿੰਦੇ, ਉਹ ਧੀਆਂ ਇੱਥੇ ਤੁਰੀਆਂ ਫਿਰਦੀਆਂ ਤੇ 21-21 ਸਾਲ ਦੀ ਉਮਰ ਚ ਉਹ ਪ੍ਰੈਗਨੈਂਟ ਹੋ ਕੇ ਬੱਚਿਆਂ ਨੂੰ ਜਨਮ ਦੇ ਰਹੀਆਂ, ਵੀ ਪਿੱਛੇ ਜਿਹਨਾਂ ਨਾਲ ਵਿਆਹ ਕੇ ਕਰਾਈ ਆ ਕੇ ਆਈਆਂ ਉਹ ਆ ਜਾਣੇ, ਇਹ ਅਸੀਂ ਕੇਸ ਪੁੱਟ ਨਹੀਂ ਕਰ ਸਕੇ। ਇਹ ਬਹੁਤ ਵੈਲਿਡ ਤੁਹਾਡੀ ਸੈਮ ਜੀ ਗੱਲ ਹੈ ਪਰ ਉਹ ਕੇਸ ਪੁੱਟ ਹੀ ਕਰ ਰਹੇ ਨੇ, ਜਿਹੜਾ ਗਰੇਵਾਲ ਉਹਨਾਂ ਨੇ ਇਸ ਗੱਲ ਦਾ ਵੀ ਜਵਾਬ ਦਿੱਤਾ। ਦਿਲ ਸਾਹਿਬ ਤੁਸੀਂ ਇਹ ਤੇ ਲਾਈਨ ਨੰਬਰ 2 ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਦੇਖੋ ਹੁਣ ਕਈ ਦਿਨ ਤੁਸੀਂ ਕਾਫੀ ਦੱਸਤਾ ਇਤਿਹਾਸ ਤਾਂ ਮੈਂ ਉਹ ਤਾਂ ਨਹੀਂ ਰਿਪੀਟ ਕਰਦਾ, ਤੇ ਦੇਖੋ ਸਾਰੇ ਢੰਗ ਤਰੀਕੇ ਆ ਆਪਾਂ ਵੇਖ ਲਿਆ, ਮੈਨੂੰ ਨੀ ਸਮਝ ਆਉਂਦਾ ਵੀ ਹੁਣ ਹੋਰ ਕਿਹੜਾ ਢੰਗ ਤਰੀਕਾ ਵਰਤੇ ਕੋਈ ਬੰਦਾ ਗੱਲ ਕਰਨ ਦਾ। ਹਥਿਆਰਬੰਦ ਮੈਂ ਨੀ ਕਹਿੰਦਾ ਕੌਣ ਗਲਤ ਸੀਗਾ ਕੌਣ ਸਹੀ ਸੀਗਾ, ਹੁਣ ਮਸਲਾ ਹੈਗਾ ਉਹ ਇਕੱਲਾ ਸਿੱਖਾਂ ਦਾ ਨੀ ਪੰਜਾਬੀ ਸਿਵਲਾਈਜੇਸ਼ਨ ਦਾ ਆ, ਉਹਦੇ ਵਿੱਚ ਇੱਕ ਸੀਗਾ ਵੀ ਅਸੀਂ ਇਸ ਤਰੀਕੇ ਵੋਟਾਂ ਪਾ ਕੇ, ਹੁਣ ਇੱਕ ਸਟੇਟ ਕਹਿ ਰਹੀ ਆ ਵੀ ਅਸੀਂ ਨਹੀਂ ਵੋਟਾਂ ਪੈਣ ਦੇਣੀਆਂ, ਮੰਨ ਲਓ ਸਟੇਟ ਕਹਿ ਰਹੇ ਆ, ਮੰਨ ਲਓ ਇਸ ਤਰ੍ਹਾਂ ਬਿਹੇਵ ਕੀਤਾ ਜਾ ਰਿਹਾ ਵੀ ਜਿੱਦਾਂ ਰੈਫਰੈਂਡਮ ਵਾਲੇ ਸਟੇਟ ਹੋਣ ਤੇ ਦੂਜੇ ਪੀੜਤ ਹੋਣ, ਹੁਣ ਮੈਨੂੰ ਨੀ ਸਮਝ ਆਉਂਦੀ ਵੀ ਅਸੀਂ ਉੱਦਾਂ ਗੱਲ ਕਰਦੇ ਹਾਂ ਵੀ ਸਾਡੇ ਕੋਲ ਵਿਗਿਆਨਕ ਸੋਚ ਆ ਸਾਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਆ ਤੇ ਇਸ ਤਰ੍ਹਾਂ ਨੀਤੀ ਕਾ
ਹੁਣ ਸੰਵਿਧਾਨ ਨੂੰ ਤੁਸੀਂ ਧਰਮ ਗ੍ਰੰਥਾਂ ਦੇ ਨਾਲ ਰਲਾਉਣ ਲੱਗ ਪਏ, ਇੱਛਤਕ ਮਾਨਸਿਕਤਾ ਚਲ ਗਈ। ਜਿਹੜੇ ਧਰਮ ਗ੍ਰੰਥ ਆ ਉਹ ਕਿਸੇ ਦੇ ਥੋਪੇ ਨਹੀਂ ਜਾਂਦੇ, ਉਹ ਸਾਰੀ ਦੁਨੀਆਂ 'ਚ ਵੱਸਦੇ ਲੋਕ, ਬਾਈਬਲ ਨੂੰ ਮੰਨਣ ਵਾਲੇ ਸਾਰੀ ਦੁਨੀਆਂ 'ਚ ਹੋ ਸਕਦੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਾਰੀ ਦੁਨੀਆਂ 'ਚ ਹੋ ਸਕਦੇ, ਕੁਰਾਨ ਗੀਤਾ ਨੂੰ ਮੰਨਣ ਵਾਲੇ ਸਾਰੀ ਦੁਨੀਆਂ 'ਚ ਹੋ ਸਕਦੇ ਆ, ਪਰ ਸੰਵਿਧਾਨ ਨੂੰ ਮੰਨਣ ਵਾਲੇ ਸਾਰੀ ਦੁਨੀਆਂ 'ਚ ਨਹੀਂ ਹੁੰਦੇ। ਇੱਕ ਖਾਸ ਖਿੱਤੇ ਦੇ ਲੋਕਾਂ 'ਤੇ ਥੋਪਿਆ ਜਾਂਦਾ ਹੁੰਦਾ, ਜਦੋਂ ਉਹਨਾਂ 'ਤੇ ਨਹੀਂ ਹੁੰਦਾ ਉਹਨੂੰ ਇਹ ਅਜਿਹੀ ਮਾਨਸਿਕਤਾ ਜਿਹੜੀ ਆ ਤਾਂ ਅਸੀਂ ਬਹੁਤ ਅਗਾਂਹ ਵਧੂ। ਮੇਰੇ ਕਹਿੰਦਾ ਘੱਟੋ ਘੱਟ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ, ਵੀ ਪਹਿਲੀ ਗੱਲ ਤਾਂ ਸੰਵਿਧਾਨ ਨੂੰ ਕਦੇ ਉਹਨਾਂ ਦੇ ਨਾਲ ਕਦੇ ਰਲਾਈਏ ਨਾ। ਡਾਕਟਰ ਭੀਮ ਰਾਓ ਅੰਬੇਦਕਰ ਹੋਣੀ 1927 ਦੇ ਵਿੱਚ ਮਨੂ ਸਿਮਰਤੀ ਸਾੜੀ ਸੀਗੀ, ਉਹ ਨਾਲੇ ਮਨੂ ਸਿਮਰਤੀ ਇਸ ਕਰਕੇ ਸਾੜੀ ਕਿਉਂਕਿ ਉਹ ਸੰਵਿਧਾਨ ਵਾਂਗ ਲੋਕਾਂ ਦੇ ਮਨਾਂ ਦੇ ਉੱਤੇ ਘਰ ਕਰ ਚੁੱਕੀ ਸੀਗੀ। ਲੋਕ ਇਹ ਸਮਝਦੇ ਹੈਗੇ ਵੀ ਜਿੱਦਾਂ ਇਹ ਕੋਈ ਇਲਾਹੀ ਹੁਕਮ ਹੁੰਦਾ ਵੀ ਮਨੂ ਸਿਮਰਤੀ, ਕਿਉਂਕਿ ਹਾਲਾਂਕਿ ਉਹਨੂੰ ਵੀ ਮੰਨਣ ਵਾਲੇ, ਮੈਂ ਨੀ ਕਹਿੰਦਾ ਵੀ ਨਹੀਂ ਮੰਨਣ ਵਾਲੇ ਹੋ ਸਕਦੇ ਆ, ਪਰ ਉਹ ਸਾੜ ਦਿੱਤੀ ਫਿਰ ਉਹਨਾਂ ਨੇ ਖੁਦ ਇਹ ਗੱਲ ਕਹੀ। ਹੁਣ ਦੇਖੋ ਜਿਹਨਾਂ ਨੇ ਮੰਨਣਾ ਮੰਨੀ ਜਾਵੇ, ਹੁਣ ਜਿਹਨਾਂ ਨੂੰ ਤੁਸੀਂ ਰੈਫਰੈਂਡਮ ਤੱਕ ਦਾ ਅਲਾਓ ਨਹੀਂ ਕਰਦੇ ਉਹ ਤੁਹਾਡੇ ਸੰਵਿਧਾਨ ਨੂੰ ਕਿਉਂ ਮੰਨਣ? ਇਸ ਤਰੀਕੇ ਨਾਲ ਇਹ ਰੋਣ ਪਿੱਟਣ ਦਾ ਤਰੀਕਾ ਬੜਾ ਮੇਰੇ ਖਿਆਲ ਨਾਲ ਵਧੀਆ ਨਹੀਂ ਹੁੰਦਾ। ਜਾਂ ਤਾਂ ਤੁਸੀਂ ਇਹ ਕਹੋ ਵੀ ਭਾਈ ਉਹ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹੈ, ਗੱਲ ਕਰਨ ਲਈ ਉਹ ਨਹੀਂ ਤਿਆਰ ਹੈਗੇ, ਪੈਸੇ ਲੁੱਟ ਲੂਗੇ, ਇੱਦਾਂ ਲੁੱਟਦੇ ਲੁੱਟੀ ਜਾਵੇ, ਹਰ ਕੋਈ ਲੁੱਟਦਾ ਆ, ਇਹ ਕੋਈ ਨਵੇਂ ਆਉਣੇ ਲੁੱਟਣ ਵਾਲੇ ਜੇ ਲੁੱਟ ਕੇ ਲੈ ਗਏ ਤਾਂ ਉਹਨਾਂ ਕੀ ਫਰਕ ਪੈ ਜੂਗਾ? ਮੇਰੇ ਖਿਆਲ ਦੇ ਨਾਲ ਉੱਥੇ ਮਸਲਾ ਹੁਣ ਜਾਂ ਤਾਂ ਤੁਸੀਂ ਹੱਲ ਉਹਦਾ ਦੱਸੋ ਵੀ ਤੁਸੀਂ ਕਹੋ ਵੀ ਭਾਰਤ ਵਿੱਚ ਸਾਰੀਆਂ ਕੌਮਾਂ ਵਧੀਆ ਇਨਸਾਫ ਮਿਲ ਰਿਹਾ ਇਹਦੇ ਕਰਕੇ ਆ, ਅੱਜ ਉੱਥੇ ਕੋਈ ਸ਼ਹੀਨ ਬਾਗ 'ਚ ਬੈਠਾ ਆ, ਕੋਈ ਕੁਛ ਲੱਗਾ ਕਰਨ, ਕੋਈ ਕੁਛ, ਮੈਨੂੰ ਸਮਝ ਨਹੀਂ ਆਉਂਦੀ ਵੀ ਦੱਸੋ ਵੀ ਲੋਕ ਕਰਨ ਤਾਂ ਕਰਨ ਜੀ। ਇਹ ਜਿਹੜੀ ਇੱਕ ਮਾਨਸਿਕਤਾ ਆ ਨਾ, ਮੈਨੂੰ ਲੱਗਦਾ ਵੀ ਮਾਡਰਨਿਟੀ ਦੇ ਵਿੱਚ ਉਹ ਧਰਮ ਗ੍ਰੰਥਾਂ ਦੀ ਬਜਾਏ ਹੁਣ ਸੰਵਿਧਾਨ ਨੂੰ ਪੂਜਣ ਲੱਗ ਪਈ ਆ। ਹੁਣ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਮੈਂ ਕੈਨੇਡਾ ਦਾ ਠੀਕ ਹੈ ਇਨਸਾਫ ਦਿੰਦਾ, ਕੈਨੇਡਾ ਦੇ ਸੰਵਿਧਾਨ ਦੀ ਰਿਸਪੈਕਟ ਕਰਦੇ ਹਾਂ, ਜੇ ਕੈਨੇਡਾ ਦਾ ਇਨਸਾਫ ਕਿਸੇ ਨੂੰ ਨਹੀਂ ਨਾ, ਮੇਰੇ ਵੱਲੋਂ ਕੈਨੇਡਾ ਦੇ ਕੋਲੋਂ 50 ਟੁਕੜੇ ਹੋਏ, ਹੁਣ ਮੈਂ ਕੈਨੇਡਾ ਦੇ ਸੰਵਿਧਾਨ ਜਾਂ ਕੈਨੇਡਾ ਤੋਂ ਕੀ ਲੈਣਾ ਆ? ਕੈਨੇਡਾ ਦਾ ਅਸੀਂ ਉਹਨਾਂ ਚਿਰ ਸਤਿਕਾਰ ਹੈ ਜਿੰਨਾ ਚਿਰ ਉਹ ਚੀਜ਼ ਦਾ ਇਨਸਾਫ ਆ ਵਿਦ ਇਨ ਦਾ ਕੰਟਰੀ ਘੱਟੋ ਘੱਟ। ਹੁਣ ਇੰਡੀਆ ਨੂੰ ਲੋਕਾਂ ਬਾਹਰੋਂ ਤਾਂ ਨਹੀਂ ਖਤਰਾ ਹੋਊਗਾ, ਵਿਦ ਇਨ ਦਾ ਕੰਟਰੀ ਉਹ 6 ਮਹੀਨੇ ਹੋਊਗਾ ਕਿ ਜੰਮੂ ਕਸ਼ਮੀਰ ਨੂੰ ਉੱਥੇ ਤੁਹਾਡੇ ਸਾਹਮਣੇ ਹੁਣ ਉਹਨੇ 2G ਚਲਾਇਆ ਹੈਗਾ, ਦਿਹਾੜੀ ਜੀ ਬੰਦ ਫੇਰ ਕਰ ਦਿੱਤਾ ਇੰਟਰਨੈਟ, ਤੇ ਘੱਟੋ ਘੱਟ ਕੋਈ ਦਲੀਲ ਤਾਂ ਦੇਵੋ ਬਈ ਇਸ ਤਰੀਕੇ ਨਾਲ ਡਰਾਈ ਜਾਣਾ ਵੀ ਤੁਸੀਂ ਗੁਲਾਮ ਮਰ ਜਾਣਾ ਉੱਥੇ ਲੁੱਟ ਲੈਣਾ, ਉੱਦਾਂ ਵੀ ਤਵੇ ਹੁਣ ਅੰਨਾ ਹਜ਼ਾਰ ਯਾਰ ਕੇ ਮਰੀਆਂ ਜ਼ਮੀਰਾਂ ਵੀ ਤਾਂ ਉੱਥੇ ਬੈਠੀਆਂ ਹੀ ਆ, ਵੀ ਉਹਦਾ ਲਾਸ਼ਾਂ ਨੂੰ ਕੀਤਰੀਆਂ ਫਿਰਤੀਆਂ ਨੂੰ ਕਰਨਾ ਆ? ਘੱਟੋ ਘੱਟ ਕੋਈ ਦਲੀਲ ਬੰਦਾ ਦੇਵੇ ਵੀ ਨਹੀਂ ਆਹ ਢੰਗ ਤਰੀਕਾ ਸਹੀ ਨਹੀਂ, ਤੁਸੀਂ ਇਸ ਤਰ੍ਹਾਂ ਕਰ ਲਓ। ਅੱਛਾ ਅੱਗੇ ਜੀ ਸਮਾਂ ਨਹੀਂ ਸਹੀ ਆ, ਸਮਾਂ ਹੁਣ ਕਿਸੇ ਤੋਂ ਮੂਰਤ ਕਿਸੇ ਨੇ ਕਢਾਉਣਾ, ਹਰ ਬੰਦਾ ਆਪਣਾ ਢੰਗ ਤਰੀਕਾ ਵਰਤਦਾ, ਜਿਹਨੇ ਜਿਸ ਤਰੀਕੇ ਨਾਲ ਵਰਤਣਾ ਠੀਕ ਹੈ, ਜੇ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਰੋਕ ਲੈਣ। ਮੈਨੂੰ ਲੱਗਦਾ ਵੀ ਦੁਨੀਆਂ ਨੂੰ ਇਹ ਇਸ ਲਈ ਵਧੀਆ ਢੰਗ ਤਰੀਕਾ ਦੱਸਣ ਦਾ ਤਾਂ ਇਹਨਾਂ ਨੇ ਇਹ ਢੰਗ ਤਰੀਕਾ ਅਪਣਾ ਲਿਆ, ਤੁਸੀਂ ਵੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਰੋਕ ਲਓ, ਜੇ ਤੁਸੀਂ ਨਹੀਂ ਰੋਕ ਸਕਦੇ ਉਹ ਤੁਸੀਂ ਉਹਨਾਂ ਨੂੰ ਰੈਫਰੈਂਡਮ ਦੇ ਆਗਿਆ ਨਹੀਂ ਦਿੰਦੇ, ਉਹ ਤੁਹਾਡੇ ਸੰਵਿਧਾਨ ਨੂੰ ਕਿਉਂ ਮੰਨਣ? ਤੁਸੀਂ ਕਿਸੇ ਨੂੰ ਹੁਣ ਘਰ ਦੇ ਵਿੱਚ ਅਸੀਂ ਕਿਸੇ ਨੂੰ ਸਲਾਹ ਦਿੰਦੇ ਹਾਂ ਪਤੀ ਪਤਨੀ ਦੀ ਨਹੀਂ ਬਣਦੀ ਕਹਿ ਦਿੰਦੇ ਹਾਂ ਡਿਵੋਰਸ ਕਰ ਲਓ, ਪਰਿਵਾਰ ਦੀ ਨਹੀਂ ਬਣਦੀ ਕਹਿ ਦਿੰਦੇ ਅੱਡ ਅੱਡ ਹੋ ਜਾਓ, ਇੱਥੇ ਅਸੀਂ ਸਲਾਹ ਦੇਣ ਲੱਗੇ ਵੀ ਇਹ ਕੀ ਕਰਨ ਲੱਗੇ ਹੋ ਆ? ਕਹੀ ਜਾਣਾ ਸੀ ਵਿਗਿਆਨਕ ਸੋਚ ਆ, ਮੈਂ ਉੱਦਾਂ ਜੀ ਰੈਫਰੈਂਡਮ ਦੇ ਨਾਲ ਆ ਕਿਉਂਕਿ ਉਹ ਸੰਵਿਧਾਨ ਨੂੰ ਅੱਗ ਲਾਉਣ ਲੱਗੇ ਇਸ ਕਰਕੇ ਮੈਂ ਨਹੀਂ, ਫਿਰ ਤੁਹਾਡੀ ਕਿਹੜੀ ਵਿਗਿਆਨਕ ਸੋਚ ਆ ਕਿ ਲੱਡੂ ਜਾਂ ਕਾਗਜ਼ ਨੂੰ ਤੁਸੀਂ ਪੂਜਣ ਲੱਗੇ ਹੋ ਆ? ਸੋਰੀ ਟੂ ਸੇ, ਮੈਨੂੰ ਕਹਿਣਾ ਨਹੀਂ ਚਾਹੀਦਾ, ਘੱਟੋ ਘੱਟ ਆਪਣੀ ਇਹ ਜਿਹੜੀ ਹੈ ਨਾ ਮਖੌਟੇ ਜੇ ਬਣਾ ਕੇ ਕਦੇ ਉੱਧਰ ਖੜ ਗਏ ਕਦੇ ਉੱਧਰ ਖੜ ਗਏ, ਅਖੇ ਜੀ ਇਹ ਕੋਈ ਨੈਤਿਕ ਕੰਮ ਨੀ, ਉਹ ਲੋਕਾਂ ਦੇ ਗਲਾਂ ਚ ਸਾਨੂੰ ਤਾਂ 70 ਸਾਲ ਮੇਰੇ ਸੰਵਿਧਾਨ ਨੂੰ ਤਾਂ 35 ਸਾਲ ਉੱਚ ਸੰਵਿਧਾਨ ਨੇ ਝੰਡਾ ਚੜਾਇਆ ਹੈਗਾ, 53 ਝੂਲਦਾ ਸਾਡੀਆਂ ਅੱਖਾਂ ਵਧਾਉਂਦੇ ਜੀ ਦਾ, ਮੈਂ ਸਿੱਖਾਂ ਦੇ ਮਸਲੇ ਤੋਂ ਨੀ ਗੱਲ ਕਰ ਰਿਹਾ, ਇਹ ਪੰਜਾਬੀ ਸਿਵਲਾਈਜੇਸ਼ਨ ਦਾ ਮਸਲਾ ਆ, ਉੱਥੇ ਦਰਿਆਵਾਂ ਦਾ ਉੱਥੇ ਪਾਣੀਆਂ ਦਾ ਸਾਰਾ ਕੁਛ ਇਹ ਸਮਝਣ ਦੀ ਲੋੜ ਆ ਵੀ ਠੀਕ ਹੈ ਜੋ ਦਲੀਲ ਹੈਗੀ ਤਾਂ ਗੱਲ ਕਰੋ, ਨਹੀਂ ਤਾਂ ਬਿਨਾਂ ਗੱਲ ਤੋਂ ਰੋਣ ਪਿੱਟਣ ਤਾਂ ਫਿਰ ਮੇਰੇ ਖਿਆਲ ਨਾਲ ਹੁਣ ਇਹ ਰੋਣ ਪਿੱਟਣਾ ਹੀ ਹੈ ਜਿਹੜੀ ਤੁਸੀਂ ਅਗਲੇ ਦੇ ਨਾਲ ਬੈਠ ਕੇ ਵੀ ਟੇਬਲ ਤੇ ਗੱਲ ਕਰਨ ਤੋਂ ਭੱਜਦੇ ਆ। You're listening to 1550 AM KRPI Ferndale. The views expressed are not necessarily those of the staff, management, or ownership of this station. ਵਿਚਰਦੇ ਹੋਏ ਇੱਕ ਦੁਨੀਆ 'ਚ ਵਿਚਰਦੇ ਹੋਏ ਕਿਸੇ ਪਰਿਵਾਰ ਦਾ ਕੋਈ ਮੁਸ਼ਕਲ ਆ, ਉੱਥੇ ਪਰਿਵਾਰ ਦੇ ਅਹੁਦੇਦਾਰ ਅਸੀਂ ਬਣ ਕੇ ਕਹਿੰਦੇ ਭਾਈ ਅੱਡ ਹੋ ਜਾਓ ਜੇ ਨਹੀਂ ਬਣਦੀ ਤੁਹਾਡੀ। ਚਲੋ ਇੱਕ ਨੇਸ਼ਨ ਦੀ ਗੱਲ, ਇੱਕ ਪੰਜਾਬ ਦੇ ਖਿੱਤੇ ਦੀ ਗੱਲ ਹੈ। ਹੁਣ ਗੱਲ ਜੇ ਉਈਓ ਵਿਰੋਧ ਤਾਂ ਕਰਨੀ ਹੈ, ਉਹਨੂੰ ਤਾਂ ਨਹੀਂ ਹੈ ਵੀ ਆਟਾ ਗੁੰਦੀ ਦਾ ਸਿਰ ਹਿਲਦਾ, ਜਾਂ ਤਾਂ ਤਰਕ ਦੇ ਦਿਓ। ਉਹ ਮਰਵਾਤੇ ਜੀ, ਉਹ ਮਰ ਗਏ ਜੀ, ਉਹ ਪੈਸੇ ਇਕੱਠੇ ਕਰ ਰਹੇ ਜੀ, ਉਹ ਲੀਡਰੀ ਚਮਕਾਉਂਦੇ ਨੇ ਉੱਥੇ, ਤੁਸੀਂ ਗੱਲ ਹੁਣ ਤਾਂ ਮੈਂ ਪਹਿਲਾਂ ਕਿਹਾ ਸੀ ਵੀ ਦੋ ਭਰਾਵਾਂ ਨੇ, ਇੱਕ ਦੇਖਦਾ ਵੀ ਮੈਨੂੰ ਪਾਣੀ ਗਲਾਸ ਅੱਧਾ ਭਰਿਆ ਹੋਇਆ, ਇੱਕ ਅੱਧਾ ਖਾਲੀ ਦੇਖਦਾ। ਹੁਣ ਇਹ ਬਾਹਰ ਨਜ਼ਾਰਾ ਕਰ ਰਹੇ ਸੀ ਬੰਦੇ, ਉੱਥੇ ਹੋਰ ਵੀ ਇੱਕ ਪਾਰਟੀ ਖੜੀ ਸੀ ਜਿਹੜੇ ਕਹਿੰਦੇ ਸੀ ਉੱਥੇ ਦੇਸ਼ 'ਚ ਧੱਕਾ ਹੋ ਰਿਹਾ, ਤੇ ਇਹ ਰੈਫਰੈਂਡਮ ਵਾਲੇ ਵੀ ਸੀ, ਤੇ ਜਿਹੜੇ ਅੰਦਰ 26 ਜਨਵਰੀ ਦੇ ਵਿੱਚ ਗਣਤੰਤਰ ਦਿਵਸ ਤੇ ਝੰਡਾ ਚੜਾਉਣ ਗਏ ਸੀ, ਸਲੂਟ ਕਰਨ ਗਏ ਸੀ, ਉਹ ਵੀ ਗਏ ਹੋਏ ਸੀ। ਆਪਣੀ ਆਪਣੀ ਮਰਜ਼ੀ ਹੈ, ਕੋਈ ਕਿਸੇ ਨੂੰ ਰੋਕਦਾ ਨਹੀਂ, ਉਹ ਵੀ ਗਏ ਸੀ, ਕਿਸੇ ਨੇ ਕਿਸੇ ਨੂੰ ਰੋਕਿਆ, ਪੁਲਿਸ ਖੜੀ ਸੀ ਕਹਿੰਦੇ ਜਾਓ ਆਓ ਤੁਸੀਂ। ਮੋਦੀ
ਵੀ ਇਹ ਕਿਹੜੇ ਪਾਸਿਓਂ ਗਲਤ ਹੈ। ਜੇ ਇਹਦੀ ਸਾਰਥਕਤਾ ਕੋਈ ਨੀ, ਬਾਈਂਡਿੰਗ ਕੋਈ ਨੀ, ਇਹਦੀ ਕਿਸੇ ਨੇ ਸੁਣਨੀ ਨੀ, ਤਾਂ ਫਿਰ ਇਹਨੂੰ ਹੋ ਲੈਣ ਦਿਓ ਤੁਸੀਂ। ਇਹ ਜੇ ਪੰਜਾਬ ਚ ਨੀ ਹੋਊ, ਪੰਜਾਬ ਚ ਬਾਹਰ ਤਾਂ ਨੀ, ਇਹਦੇ ਕਰਕੇ ਪੰਜਾਬ ਨੀ ਮੱਚਣ ਲੱਗਿਆ। ਪੰਜਾਬ ਜਿਹੜਾ ਮੱਚਿਆ 74 ਤੋਂ ਲੈ ਕੇ ਉਹ 94 ਤੱਕ ਤੁਸੀਂ ਮੱਚਦਾ ਵੇਖਿਆ ਆਪਣੇ ਹੱਥੀਂ, ਬਹੁਤ ਕੁਛ ਵੇਖਿਆ, ਬਹੁਤ ਕੁਛ ਵੇਖਿਆ। ਜੇ ਬਹੁਤ ਕੁਛ ਪੰਜਾਬ ਉੱਜੜਦਾ ਵੇਖਿਆ ਹੋਵੇ ਤਾਂ ਪੰਜਾਬ ਦਾ ਦਰਦ ਚਾਹੀਦਾ ਪੰਜਾਬੀ ਬੋਲਣ ਵਾਲੇ। ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ। ਸਰ ਅਵਤਾਰ ਸਿੰਘ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਜੀ। ਦੇਖੋ ਬਹੁਤ ਸੈਂਸਿਟਿਵ ਇਸ਼ੂ ਆ, ਇਹਨੂੰ ਆਪਾਂ ਬਹੁਤ ਸਾਰੇ ਕਾਲਰ, ਮੈਂ ਇਹਨਾਂ ਦੀ ਭਾਵਨਾ ਰਿਸਪੈਕਟ ਕਰਦਾ, ਬਟ ਇਹ ਇੰਨਾ ਠੀਕ ਹੈ, ਗੁੱਸਾ ਵੀ ਆਉਂਦਾ ਕਿਉਂਕਿ ਇੱਕ ਹਿਸਟੋਰੀਕਲੀ ਇਹਦੀ ਇੰਪੋਰਟੈਂਸ ਆ, ਪਰ ਇਹਨੂੰ ਬਹੁਤ ਹੀ ਸ਼ਾਂਤ ਦਿਮਾਗ ਦੇ ਨਾਲ ਹਰ ਪਹਿਲੂ ਤੋਂ ਸੋਚਣ ਸਮਝਣ ਦੀ ਤਰਕ ਕਰਨ ਦੀ ਲੋੜ ਆ। ਦੇਖੋ ਸੰਵਿਧਾਨ ਨੂੰ ਸਾੜਨਾ ਜਾਂ ਨਹੀਂ ਸਾੜਨਾ, ਇਹ ਇਸ ਵਿਸ਼ਾ ਬਹੁਤ ਹੀ ਕੰਪਲੈਕਸ ਆ, ਕਿਉਂਕਿ ਜਦੋਂ ਸੰਵਿਧਾਨ ਬਣਿਆ ਸੀ ਤਾਂ ਡਾਕਟਰ ਬੀ ਆਰ ਅੰਬੇਦਕਰ ਦੀ ਖੁਦ ਆਈ ਵਿਲ ਬੀ ਦਾ ਫਸਟ ਪਰਸਨ ਟੂ ਬਰਨ ਦਿਸ ਕੌਨਸਟੀਟਿਊਸ਼ਨ ਇਫ ਇਫ ਇਟ ਡਸ ਨਾਟ ਸਰਵ ਦਾ ਪੀਪਲ ਆਫ ਇੰਡੀਆ, ਇਹਦੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਠੀਕ ਹੈ ਜੀ, ਸੋ ਟੈਕਨੀਕਲੀ ਉਸ ਤਰੀਕੇ ਨਹੀਂ ਹੁੰਦਾ, ਬਟ ਵੀ ਥਿੰਕ ਐਟ ਦ ਸੇਮ ਟਾਈਮ 395 ਦੇ ਵਿੱਚ ਆਰਟੀਕਲ ਦਾ 8 ਦੇ ਸਕੈਡਿਊਲ ਆ, ਸਾਰਿਆਂ ਨੂੰ ਕਿਸੇ ਚੀਜ਼ ਤੋਂ ਪਹਿਲਾਂ ਸਾਨੂੰ ਪ੍ਰੋਪਰਲੀ ਪੜ੍ਹਨਾ ਪੈਂਦਾ, ਪੜ੍ਹਨ ਤੋਂ ਬਾਅਦ ਫਿਰ ਸਾਨੂੰ ਉਹਦੇ ਵਿੱਚ ਅੰਗ ਲੱਭਣੇ ਪੈਂਦੇ ਆ ਕਿ ਆਹ ਜਿਹੜੀ ਡਿਸਕ੍ਰੀਮੀਨੇਟਰੀ ਲੈਂਗੁਏਜ ਆ, ਆਹ ਡਿਸਕ੍ਰੀਮੀਨੇਟਡ ਲੈਂਗੁਏਜ ਆ। ਇਹਦੇ ਲਈ ਉਹਨਾਂ ਨੇ ਕੱਲ੍ਹ, ਮੈਂ ਉੱਥੇ ਸੀਗਾ 3 ਘੰਟੇ, ਉਹਨਾਂ ਨੇ ਜਦੋਂ ਦੱਸਿਆ ਕਿ ਉਹਨਾਂ ਨੇ ਡੈਫੀਨੇਸ਼ਨ ਆਫ ਸਿੱਖ ਆ ਜਿਹੜੀ, ਉਹਦੇ ਵਿੱਚ ਉਹਨਾਂ ਨੇ ਹਿੰਦੂਇਜ਼ਮ ਦੇ ਨਾਲ ਕੰਸੀਡ ਕਰਕੇ ਦੱਸਿਆ ਤਾਂ ਠੀਕ, ਉਹਨਾਂ ਨੂੰ ਆਪੱਤੀ ਆ ਉਸ ਪਰਟੀਕੁਲਰ ਲਾਈਨ ਦੇ ਨਾਲ, ਉਹਦੇ ਵਿਰੁੱਧ ਕੰਮ ਕਰਨਾ ਚਾਹੀਦਾ ਐਜ਼ ਏ ਆਰਗਨਾਈਜੇਸ਼ਨ ਦੇ ਲੈਵਲ ਤੇ, ਕਿ ਯੈਸ ਸਿੱਖ ਆਰ ਏ ਡਿਫਰੈਂਟ ਆਈਡੈਂਟੀ, ਔਰ ਡਿਫਰੈਂਟ ਆਈਡੈਂਟੀ ਉਹਨਾਂ ਨੂੰ ਦੇਣੀ ਚਾਹੀਦੀ, ਔਰ ਇੱਕ ਕਾਨੂੰਨੀ ਮਸਲਾ ਆ, ਕਾਨੂੰਨੀ ਮਸਲੇ ਦੇ ਵਿੱਚ ਤੁਸੀਂ ਬਹੁਤ ਕੰਪਲੀਕੇਸ਼ਨ। ਦੂਸਰੀ ਗੱਲ ਆਈ ਆ ਅਗਰੀ ਲੈਂਡ ਸੋਸ਼ਲ ਪੁਆਇੰਟ ਆਫ ਵਿਊ ਤੋਂ, ਮੈਂ ਉੱਥੇ ਸੀਗਾ, ਮੈਂ 3 ਘੰਟੇ ਸੁਣਾ, ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤਾਂ ਜਤਿੰਦਰ ਸਿੰਘ ਗਰੇਵਾਲ ਉਹਨਾਂ ਦੀ ਸਪੀਚ ਤੋਂ ਬਣ ਗਏ, ਬਟ ਜਿਹੜੇ ਉਹਨਾਂ ਦੇ ਬਾਕੀ ਬੁਲਾ ਰਹੇ ਸੀ ਕਈ ਵਾਰ ਮੋਰ ਇਮੋਸ਼ਨਲ ਡਰਿਵਨ, ਲੋਜਿਕ ਡਰਿਵਨ ਨਹੀਂ ਸੀਗੇ, ਬਿਕੋਜ਼ ਕਈ ਬੰਦੇ ਨੇ ਚੀਜ਼ ਕੀਤਾ ਕਿ ਸਾਨੂੰ ਕੰਸਟੀਟਿਊਸ਼ਨ ਦੇ ਵਿੱਚ ਭੀਖ ਤੋਂ ਇਲਾਵਾ ਹੈ ਕੀ ਆ। ਦੇਖੋ ਦੈਟ ਵਰਡ ਇਟਸੈਲਫ ਇਟਸ ਵੈਰੀ ਇਨਫਲੂਐਂਸ਼ੀਅਲ ਵਰਡ, ਤੁਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਹਰਟ ਕਰ ਸਕਦੇ, ਕਿਉਂਕਿ ਜੇ ਤੁਸੀਂ ਉਹ ਵਰਡ ਯੂਜ਼ ਕਰਦੇ ਹੋ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜਿਹੜੀ ਉਹ ਚੀਜ਼ ਆ ਰਹੀ ਕਿੱਦਾਂ, ਫਿਰ ਤੁਹਾਨੂੰ ਅਸਾਈਨਮੈਂਟ ਕਮਿਸ਼ਨ ਕੋਲ ਜਾਣਾ ਪੈਣਾ, ਫਿਰ ਤੁਹਾਨੂੰ ਨਹਿਰੂ ਕਮੇਟੀ ਪੜ੍ਹਨੀ ਪੈਣੀ ਆ, ਨਹਿਰੂ ਕਮੇਟੀ ਨੇ ਜਿਹੜਾ ਡਰਾਫਟ ਤਿਆਰ ਕੀਤਾ ਸੀ ਕੌਨਸਟੀਟਿਊਸ਼ਨ ਉਹ ਪੜ੍ਹਨਾ ਪੈਣਾ, ਫਿਰ ਤੁਹਾਨੂੰ ਗੋਲ ਮਿਸ ਕਾਨਫਰੰਸ ਪਹਿਲੀ ਪੜ੍ਹਨੀ ਪੈਣੀ ਆ, ਫਿਰ ਤੁਹਾਨੂੰ ਗੋਲ ਮਿਸ ਕਾਨਫਰੰਸ ਦੂਜੀ ਪੜ੍ਹਨੀ ਪੈਣੀ ਆ, ਫਿਰ ਤੁਹਾਨੂੰ ਰੈਵੋਲੂਸ਼ਨਰੀ ਜਿਹੜਾ ਇੱਕ ਬਹੁਤ ਡਿਜ਼ਾਸਟਰ ਹੋਇਆ ਸੀਗਾ, ਫਿਰ ਤੁਹਾਨੂੰ ਟੂਰਨਾਮੈਂਟ ਪੜ੍ਹਨਾ ਪੈਣਾ। ਜੇ ਤੁਹਾਨੂੰ ਉਸ ਚੀਜ਼ ਦੀ ਸਮਝ ਆ, ਉਹ ਸਮਝ ਤੋਂ ਬਾਅਦ ਤੁਸੀਂ ਭੀਖ ਸਮਝ ਜੇ ਪੜ੍ਹਿਆ ਹੁੰਦਾ ਤਾਂ ਮੇਰੇ ਹਿਸਾਬ ਨਾਲ ਉਹ ਬੁਲਾਰਾ ਉਹ ਸ਼ਬਦ ਨਹੀਂ ਯੂਜ਼ ਕਰਦਾ, ਕਿਉਂਕਿ ਉੱਥੇ ਨਾ ਤਿੰਨ ਤਰ੍ਹਾਂ, ਇੱਕ ਬੁਲਾਰਾ ਨਾ ਜਤਿੰਦਰ ਸਿੰਘ ਗਰੇਵਾਲ ਦੀ ਵੈਰੀ ਵੈਲ ਪ੍ਰੈਜੈਂਟੇਸ਼ਨ, ਇੱਕੋ ਬੰਦਾ ਸੀ ਜਿਹੜਾ ਉੱਥੇ ਸਲਾਈਡ ਲੈ ਕੇ ਆਇਆ ਸੀ, ਪੇਪਰ ਲੈ ਕੇ ਆਇਆ ਸੀ, ਔਰ ਤਰਕ ਦੇ ਨਾਲ ਉਹਨੇ ਗੱਲ ਕੀਤੀ, ਔਰ ਮੈਂ ਰੈਫਰੈਂਡਮ ਕਮੇਟੀ ਉਸ ਪੁਆਇੰਟ ਆਫ ਵਿਊ ਤੋਂ ਠੀਕ ਆ, ਕਿਉਂਕਿ ਇੱਕ ਲੀਗਲ ਮੈਟਰ ਆ, ਉਹਦੇ ਵਿੱਚ ਰਾਈਟ ਸੈਟ ਆ, ਤੁਸੀਂ ਰੈਫਰੈਂਡਮ ਦੇ ਥਰੂ ਜਾ ਸਕਦੇ ਆ, ਐਂਡ ਉਹ ਜਾ ਰਹੇ ਆ, ਓਕੇ ਗੁਰ ਜਾਣਾ ਚਾਹੀਦਾ। ਦੂਜੀ ਗੱਲ, ਇਹ ਜਿਹੜੀ ਆਰਗਨਾਈਜੇਸ਼ਨ ਆ ਸਿੱਖ ਫੋਰ ਜਸਟਿਸ, ਦੇ ਆਰ ਨੋਟ ਰਿਪ੍ਰੈਜੈਂਟਿੰਗ ਆਲ ਦਾ ਸਿੱਖ ਸੋਸਾਇਟੀ, ਇਹ ਵੀ ਸਾਨੂੰ ਗੱਲ ਯਾਦ ਕਰੀ, ਇੱਕ ਵਿਚਾਰਧਾਰਾ ਸਿੱਖ ਆਈਡੀਓਲੋਜੀ ਦੀ, ਉਹ ਪੂਰੀ ਇਸ ਕਰਕੇ ਲੋਕੀ ਨਾ ਬੜੇ ਭਾਵਕ ਹੋ ਜਾਂਦੇ ਵੀ ਸ਼ਾਇਦ ਜਿਹੜੇ ਨਾਨ ਸਿੱਖ ਆ ਉਹ ਸੋਚਦੇ ਵੀ ਸ਼ਾਇਦ ਸਾਰੇ ਸਿੱਖਾਂ ਨੂੰ ਰਿਪ੍ਰੈਜੈਂਟ ਕਰਦੇ, ਨੋ, ਉਹਨਾਂ ਦੀ ਇੱਕ ਵਿਚਾਰਧਾਰਾ, ਉਹਦੇ ਵਿੱਚ ਡਿਫਰੈਂਟ ਆਈਡੀਓਲੋਜੀ ਆ, ਤੁਸੀਂ ਆਪਣੀ ਬੌਧਿਕ ਸਮਰੱਥਾ ਦੇ ਉਹਦੇ ਨਾਲ ਜੁੜਨਾ ਹੈ, ਆਪਣੀ ਬੌਧਿਕ ਸਮਰੱਥਾ ਨਾਲ ਉਹਦੇ ਵਿੱਚ ਵਿਰੋਧ ਕਰਨਾ। ਦੂਸਰੇ ਪਾਸੇ ਜਿਹੜੇ ਬੰਦੇ ਸੰਵਿਧਾਨ ਨੂੰ ਕਹਿੰਦੇ ਵੀ ਅਸੀਂ ਪੂਰਦੇ ਹਾਂ, ਉਹੀ ਗੱਲ ਆ, ਸੰਵਿਧਾਨ ਨੂੰ ਪੜ੍ਹੋ ਤਾਂ ਸਹੀ, ਇਹ ਇੱਕ ਮੈਟਰ ਉਹ ਆ ਜਿਨ੍ਹਾਂ ਨੇ ਸੰਵਿਧਾਨ ਨੂੰ ਪੜ੍ਹਿਆ ਆ, ਕਿਉਂਕਿ ਜਦੋਂ ਅੱਛਾ ਕਈਆਂ ਤਾਂ ਇਹ ਵੀ ਨਹੀਂ ਪਤਾ ਵੀ ਜਿਹੜਾ ਸੰਵਿਧਾਨ 1947 ਦੇ ਤੋਂ ਪਹਿਲਾਂ ਜਦੋਂ ਸਟਾਰਟ ਹੋਇਆ ਸੀ ਉਹ ਬੀ ਐਨ ਰਾਓ ਸੀਗਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਜਿਹੜਾ ਜੱਜ ਸੀ, ਉਹਨੇ ਪਹਿਲਾਂ ਖਰਦਾ ਤਿਆਰ ਕੀਤਾ ਸੀ, ਨਹਿਰੂ ਕਹਿੰਦਾ ਸੀ ਨਹੀਂ ਵੀ ਇਹਨੂੰ ਇਸ ਤਰ੍ਹਾਂ ਇੰਪਲੀਮੈਂਟ ਨਹੀਂ ਕਰਨਾ, ਇਹਨੂੰ ਸਕਰੂਟੀਨਾਈਜ਼ ਕਰਨ ਲਈ ਉਹਨਾਂ ਨੇ ਡਰਾਫਟਿੰਗ ਕਮੇਟੀ ਬਣਾਈ ਸੀ। ਡਰਾਫਟਿੰਗ ਕਮੇਟੀ ਦਾ ਜਿਹੜਾ ਚੇਅਰਮੈਨ ਸੀ ਅੰਬੇਦਕਰ ਸੀ, ਅਤੇ 7 ਮੈਂਬਰ ਸੀਗੇ, 7 ਮੈਂਬਰਾਂ ਬਾਰੇ ਸਾਨੂੰ ਨੌਲੇਜ ਹੈਗੀ ਆ ਵੀ ਕੌਣ ਕੌਣ ਸੀ, ਮੈਂ ਤਾਂ ਕੋਈ ਵੀ ਸਿੱਖ ਨਹੀਂ ਹੁੰਦਾ, ਠੀਕ ਜੀ। ਔਰ ਉਹਨਾਂ ਨੇ ਸਕਿਊਰਟੀਨਾਈਜ਼ ਕਰਨ ਤੋਂ ਬਾਅਦ ਤੁਸੀਂ ਹੱਥ ਵਾਲੀ ਗੱਲ ਇਹ ਦੇਖੋ ਵੀ ਬੀ ਆਰ ਅੰਬੇਦਕਰ ਨੇ 1951 ਜਦੋਂ ਰਿਜ਼ਾਈਨ ਕੀਤਾ, ਕਹਿੰਦੇ ਰਿਜ਼ਾਈਨ ਰੈਜ਼ਗਨੇਸ਼ਨ ਸਪੀਚ ਇਹ ਕਿਹਾ ਸੀ ਟੂ ਲੀਵ ਇਨਇਕੁਐਲਿਟੀ ਬਿਟਵੀਨ ਕਲਾਸ ਐਂਡ ਕਲਾਸ ਐਂਡ ਸੈਕਸ ਐਂਡ ਸੈਕਸ ਵਿਚ ਇਜ਼ ਦੀ ਸੋਲ ਆਫ ਦਾ ਹਿੰਦੂ ਸੋਸਾਇਟੀ ਐਂਡ ਟੂ ਗੋ ਔਨ ਪਾਸਿੰਗ ਦਾ ਲੈਜਿਸਲੇਸ਼ਨ ਰਿਲੇਟਿੰਗ ਟੂ ਇਕਨੋਮਿਕ ਪ੍ਰੋਬਲਮ ਇਸ ਟੂ ਮੇਕ ਪਾਰਟ ਆਫ ਆਵਰ ਕੰਸਟੀਟਿਊਸ਼ਨ ਐਂਡ ਟੂ ਬਿਲਡ ਅ ਪੈਲਸ ਔਨ ਅ ਹੀਪ ਡੰਗ, ਮਤਲਬ ਢੇਰ ਦੇ ਉੱਤੇ ਇੱਕ ਮਹਿਲ ਤਿਆਰ ਕਰਨਾ, ਉਹਦੀ ਰੈਜੂਲੇਸ਼ਨ ਸਪੀਚ ਦੇ ਵਿੱਚ ਆ
ਕਿਉਂਕਿ ਉਹ ਵੂਮਨ ਰਾਈਟ ਦੇ ਵਿੱਚ ਉਹ ਚਾਹੁੰਦਾ ਸੀ ਕਿ ਜਿਹੜੀਆਂ ਲੜਕੀਆਂ ਆ ਕੁੜੀਆਂ ਆ ਉਹਨਾਂ ਨੂੰ ਪਹਿਲਾਂ ਤਾਂ ਡਿਵੋਰਸ ਦਾ ਹੱਕ ਆਉਣਾ ਚਾਹੀਦਾ, ਜਿਹੜੀਆਂ ਵਿਧਵਾਵਾਂ ਜਾਂ ਕੁੜੀਆਂ ਉਹਨਾਂ ਨੂੰ ਪ੍ਰੋਪਰਟੀ ਦੇ ਰਾਈਟ ਹੋਣੇ ਚਾਹੀਦੇ ਸੀ, ਬਿਕੋਜ਼ ਰਾਈਟ ਵਿੰਗ ਆਈਡੋਲੋਜੀ ਹਿੰਦੂ ਮਤ ਵਾਲੇ ਕਹਿ ਰਹੇ ਸੀ ਕਿ ਨਹੀਂ ਇਹ ਨੀ ਪ੍ਰਾਪਤ ਕਰਦੇ ਤਾਂ ਸਾਡਾ ਹੈ ਹੀ ਨਹੀਂ, ਇਸ ਕਰਕੇ ਉਹਨੇ ਰਿਜ਼ਾਈਨ ਦਿੱਤਾ ਸੀ। ਬਟ ਹੌਲੀ ਹੌਲੀ ਇੰਪਰੂਵਮੈਂਟਸ ਹੋਈਆਂ, ਅਮੈਂਡਮੈਂਟਸ ਹੋਈਆਂ, ਪੀਪਲ ਅਵੇਕ ਹੋਏ। ਮੈਨੂੰ ਨਾ ਡਾਕਟਰ ਅੰਬੇਦਕਰ ਦੀ ਗੱਲ ਮਤਲਬ ਇਹ ਏਦਾਂ ਦੀ ਗੱਲ ਆ, ਜੇ ਸਾਡੇ ਸਮਾਜ ਨੂੰ ਸਮਝ ਆ ਜਾਵੇ ਨਾ ਤਾਂ ਇੱਥੇ 2020 ਰੈਫਰੈਂਡਮ ਕਰਕੇ ਕੁਛ ਪੰਗੇ ਪੈਣ, ਨਾ ਜਿਹੜੀਆਂ ਸਾਡੇ ਸਮਾਜ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਵੀ ਹੱਲ ਹੋ ਸਕਦੀ। ਉਹਦੀ 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 ਵਰਡਿੰਗ ਸੀਗੀ ਇਨਫੋਰਸ ਮਾਰ 1948 ਪਾਰਲੀਮੈਂਟ ਦੀ ਸਪੀਚ ਉਹਨੇ ਕਿਹਾ ਕਹਿੰਦਾ ਡੈਮੋਕਰੈਟਿਕ ਮੋਰੈਲਿਟੀ ਇਜ਼ ਨੋਟ ਏ ਨੈਚੁਰਲ ਸੈਂਟੀਮੈਂਟ, ਜਿੱਦਾਂ ਕਾਮ ਕ੍ਰੋਧ ਮੋਹ ਲੋਭ ਆ ਜੀ ਕੋਈ ਹੁੰਦਾ ਜਿੱਦਾਂ ਉੱਥੇ ਗੱਲ ਕਰ ਰਹੇ ਸੀ 8 ਸਾਲ ਦੀ ਬੱਚੇ ਨੂੰ ਗੁੱਸਾ ਆ ਰਿਹਾ, ਡੈਮੋਕਰੈਟਿਕ ਮੋਰੈਲਿਟੀ ਨੈਚੁਰਲ ਸੈਂਟੀਮੈਂਟ ਨਹੀਂ ਹੈਗਾ, ਇਟ ਹੈਜ਼ ਟੂ ਬੀ ਕਲਟੀਵੇਟਡ। ਜਿੱਦਾਂ ਤੁਸੀਂ ਜ਼ਮੀਨ ਦੇ ਵਿੱਚ ਘਾਹ ਕਣਕ ਪਾਉਂਦੇ ਆ ਉਹਨੂੰ ਪੈਦਾ ਕਰਨਾ, ਇੱਕ ਟਾਈਮ ਕਰਕੇ ਕਣਕ ਕੱਟਦੇ ਫਿਰ ਰੋਟੀ ਖਾਂਦੇ ਆ, ਇੱਦਾਂ ਡੈਮੋਕਰੇਸੀ ਤੁਹਾਡੇ ਅੰਦਰ ਪੈਦਾ ਕੀਤੀ ਜਾਂਦੀ ਆ, ਫਿਰ ਉਹਨੂੰ ਵਧਾਇਆ ਜਾਂਦਾ, ਫਿਰ ਤੁਹਾਡੀ ਡੈਮੋਕਰੇਟਿਕ ਸੋਚ ਵੱਧਦੀ ਆ। ਠੀਕ ਹੈ ਜੀ, ਅਸੀਂ ਉਸ ਪੁਆਇੰਟ ਆਫ ਵਿਊ ਤੋਂ ਬਹੁਤ ਵੀਕ ਆ, ਬਹੁਤ ਹੀ ਜ਼ਿਆਦਾ ਵੀਕ ਆ। ਜੇ ਤੁਸੀਂ ਪੰਜਾਬ ਦਾ ਭਲਾ ਅਸੀਂ ਕਰਨਾ ਵੀ ਚਾਹੁੰਦਾ, ਪਹਿਲਾਂ ਡੈਮੋਕਰੇਸੀ ਆਪਣੇ ਘਰ ਦੇ ਵਿੱਚ ਲੈ ਕੇ ਆਓ, ਡੈਮੋਕਰੇਸੀ ਬਾਰੇ ਸਿੱਖੋ, ਡੈਮੋਕਰੇਸੀ ਹੈ ਕੀ ਆ। ਇੱਕ ਦੇਸ਼ ਬਦਲਣ ਦੇ ਨਾਲ ਸਮਾਜ ਨਹੀਂ ਬਦਲ ਜਾਂਦਾ, ਜਿਹੜੇ ਕਿਉਂਕਿ ਇੱਕ ਪਿੰਡ ਦੇ ਤੁਸੀਂ ਬਣਤਰ ਵੀ ਦੇਖੋ ਨਾ ਸਰ, 13,000 ਪਿੰਡ, ਇੱਕ ਪਿੰਡ ਦੀ ਬਣਤਰ ਦੇਖੋ, ਇੱਕ ਪਿੰਡ ਦੀ ਬਣਤਰ ਦੇ ਵਿੱਚ ਡੈਮੋਕਰੇਸੀ ਦੇਖ ਲਓ, ਤੁਸੀਂ ਉੱਥੇ ਵੱਖਰੇ ਵੱਖਰੇ ਕਮਿਊਨਿਟੀ ਦੇ ਵੱਖਰਾ ਵੱਖਰਾ ਇੱਕ ਏਰੀਆ ਆ, ਵੱਖਰੇ ਵੱਖਰੇ ਏਰੀਆ, ਵੱਖਰੇ ਵੱਖਰੇ ਤਰ੍ਹਾਂ ਦੀ ਕਮਿਊਨਿਟੀ ਰਹਿੰਦੇ ਆ। ਔਰ ਹਾਸੇ ਵਾਲੀ ਗੱਲ ਆ, ਦੇ ਡੋਂਟ ਸੋਸ਼ਲਾਈਜ਼, ਸੋਸ਼ਲਾਈਜ਼ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਕੰਮ ਕਰਨ ਜਾਂਦਾ, ਸੋਸ਼ਲਾਈਜ਼ ਦਾ ਮਤਲਬ ਵੈਨ ਯੂ ਡਿਵੈਲਪ ਰਿਲੇਸ਼ਨਸ਼ਿਪ, ਰਿਲੇਸ਼ਨਸ਼ਿਪ ਇਨ ਟਰਮਸ ਆਫ ਜੋ ਫੈਮਿਲੀ ਰਿਲੇਸ਼ਨਸ਼ਿਪ ਬਣਦੇ ਆ, ਉਹ ਰਿਲੇਸ਼ਨਸ਼ਿਪ ਦੇ ਆਰ ਨਾਟ ਦੇ ਆਰ। ਤੁਸੀਂ ਉਹ ਜਿਹੜੀ ਆਰਗਨਾਈਜੇਸ਼ਨ ਸਟਰਕਚਰ ਵਾ ਜਿਹੜੀ ਉਹ ਬਣ ਚੁੱਕੀ ਹੈ ਉਹਨੂੰ ਕਿੱਦਾਂ ਖਤਮ ਕਰੋਗੇ? ਠੀਕ ਹੈ ਜੀ, ਆਈ ਡੋਂਟ ਨੋ ਉਹ ਜਿਹੜੀ ਡੈਮੋਕਰੈਟਿਕ ਮੋਡੈਲਿਟੀ ਆ ਉਹ ਕਿੱਥੋਂ ਲੈ ਕੇ ਆਉਂਗੇ? ਇਸ ਕਰਕੇ ਜਿਹੜਾ ਨਾ ਇਹ ਇਨਵੈਸਟਮੈਂਟ ਜਿਹੜੀ ਮੈਂ ਮੇਰੇ ਆਪਣੇ ਪਰਸਨਲ ਵਿਚਾਰ ਆ, ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ, ਕਿ ਇੱਕੋ ਇੱਕ ਰਾਸਤਾ ਆ ਆਰਗਨਾਈਜੇਸ਼ਨ ਜਿਹੜੀ ਇਹਨਾਂ ਦੀ ਸਟਰਕਚਰ ਆ ਉਹਦੇ ਵਿੱਚ ਅਕਾਲੀ ਦਲ, ਜੇ ਅਕਾਲੀ ਦਲ ਜਿਹੜੀ ਆਪਣੇ ਸ਼੍ਰੋਮਣੀ ਗੁਰਦੁਆਰਾ ਪੰਥਕ ਕਮੇਟੀ ਹੈ, ਜੇ ਟੈਕਨੀਕਲੀ ਜੇ ਇਹ ਉੱਥੇ ਕਬਜ਼ਾ ਕਰਨ, ਕਬਜ਼ਾ ਮਿਲੇ ਉੱਥੇ ਡੈਮੋਕਰੈਟਿਕ ਪ੍ਰੋਸੈਸ ਦੇ ਨਾਲ ਉੱਥੇ ਆਪਣੀ ਕਰ ਲੈਣ, ਕਿਉਂਕਿ ਜਿਹੜੇ ਜਿਹਨਾਂ ਨੂੰ ਸਿੱਖ ਹਿਸਟਰੀ ਬਾਰੇ ਪਤਾ ਆ ਉਹਨਾਂ ਨੂੰ ਤਖ਼ਤਾਂ ਦੀ ਇੰਪੋਰਟੈਂਸ ਪਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਕੱਪੜੇ ਲਵਾ ਕੇ ਕੋਟੇ ਮਾਰਨ ਤੱਕ ਦੀ ਨੌਬਤ ਆ ਗਈ ਸੀਗੀ, ਦੈਟ ਵਾਸ ਪਾਵਰ ਆਫ ਦਾ ਤਖ਼ਤ। ਜੇ ਉੱਥੇ ਆ ਜਾਣ ਔਰ ਉਹ ਚੀਜ਼ ਨੂੰ ਜੇ ਸਿੱਖ ਕਮਿਊਨਿਟੀ ਜੋੜ ਲਵੇ, ਉੱਥੋਂ ਡੈਮੋਕਰੈਟਿਕ ਪ੍ਰੋਸੈਸ ਸਟਾਰਟ ਹੋ ਜਾਵੇ, ਔਰ ਜਿਹਨਾਂ ਯੋਧਿਆਂ ਦੀ ਅਸੀਂ ਗੱਲਾਂ ਕਰਦੇ ਜੇ ਕਿਤੇ ਉਹ ਉੱਥੇ ਕੈਪਚਰ ਹੋ ਜਾਵੇ, ਮੈਂ ਤੁਹਾਨੂੰ ਲਿਖ ਕੇ ਕਰ ਦਿੰਦਾ ਕਿ ਡੈਫੀਨੇਟ 2020 ਇਸ ਤਰ੍ਹਾਂ ਦੀ ਚੀਜ਼ ਬਣਾਉਣ ਦੀ ਲੋੜ ਨਹੀਂ, ਉਹ ਦੈਟ ਵੁੱਡ ਬੀ ਦਾ ਰੈਵੋਲੂਸ਼ਨ, ਬਿਕੋਜ਼ ਉਹ ਜਿਹੜੀ ਨਾ ਸੈਂਟੀਮੈਂਟਲੀ ਜਿਹੜੀ ਸਾਡੀ ਉਹਦੇ ਨਾਲ ਜੁੜੀ ਹੈ, ਜਦੋਂ ਉੱਥੋਂ ਤੁਹਾਨੂੰ ਰਾਈਟ ਡਾਇਰੈਕਸ਼ਨ ਮਿਲਣਾ ਆਪਣੀਆਂ, ਰਾਈਟ ਸੋਚ ਮਿਲਣਾ ਆਪਣੀਆਂ, ਡੈਮੋਕਰੈਟਿਕ ਇੰਸਟੀਚਿਊਟ ਬਣਨਾ ਆਪਣੀਆਂ, ਤਾਂ ਮੇਰੇ ਹਿਸਾਬ ਨਾਲ ਜਿਹੜਾ ਪੰਜਾਬ ਦਾ ਨਾਮ ਟੋਣ ਲਈ ਲੋਕਲ ਲੈਵਲ ਤੇ ਪਰ ਵਰਲਡ ਲੈਵਲ ਤੇ ਵੀ ਬਹੁਤ ਵੱਡਾ ਨਾਂ ਹੋਊਗਾ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸਰ। ਧੰਨਵਾਦ ਜੀ ਅਵਤਾਰ ਸਿੰਘ। ਦੂਸਰੇ ਅਵਤਾਰ ਸਿੰਘ ਜੀ, ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਆਪਾਂ ਇਹਦੇ ਖਾਲਿਸਤਾਨ ਦੇ ਹੱਕ ਚ ਵੀ ਆ ਬਹੁਤ ਕੁਛ ਗੁਆਇਆ, ਵੀ ਆਪਾਂ ਆਲਮੋਸਟ ਸੇਮ ਇਸ ਪੈਨ ਦੇ ਵਿਚ ਆਪਾਂ ਸਭ ਕੁਛ ਦੇਖਿਆ ਵੀ ਗੁਆਇਆ, ਵੀ ਯਾਰ ਦੋਸਤ ਵੀ ਸ਼ਹੀਦ ਕਰਾਇਆ ਵਾ, ਪਿੰਡਾਂ ਚੋ ਵੀ ਹੈਗੇ ਪਰਿਵਾਰਾਂ ਦੇ ਪਰਿਵਾਰ ਬੈਠੇ ਜਿਹਨਾਂ ਦੇ ਵਿੱਚ ਕੋਈ ਵੀ ਨਹੀਂ ਰਿਹਾ, ਸਾਰੇ ਸ਼ਹੀਦ ਹੋ ਗਏ ਨਾ ਉਹਦੇ। ਪਰ ਜਿੱਥੋਂ ਤਾਈ ਗੱਲ ਇਹ ਆ ਬਈ, ਜਿੰਨੇ ਕਿਸੇ ਨੇ ਇਹ ਲਹਿਰ ਨੂੰ ਚੱਕਣਾ ਨਾ, ਉਹਨੂੰ ਇਹਨੂੰ ਬੜਾ ਡੀਪਲੀ ਸਟੱਡੀ ਕਰਨਾ ਚਾਹੀਦਾ ਬਈ, ਰੈਵੋਲਿਊਸ਼ਨ ਤਾਈ ਕਿੱਦਾਂ ਚੱਲ ਸੀ। ਇਹ ਇੰਨੀ ਛੋਟੀ ਲਿਫਾਫੇਬਾਜ਼ੀ ਨਹੀਂ ਹੈਗੀ ਜਿੰਨੀ ਛੋਟੀ ਲਿਫਾਫੇਬਾਜ਼ੀ ਨਾਲ ਆਪਾਂ ਕਹੀਏ ਵੀ ਰੈਫਰੈਂਡਮ ਹੋ ਲੈਣ ਦੇਣਾ। ਰੈਫਰੈਂਡਮ ਹੋ ਲੈਣ ਦੇਣਾ ਤਾਂ ਬਹੁਤ ਦੂਰ ਦੀ ਗੱਲ ਆ, ਆਪਣੇ ਕੋਲ ਤਾਂ ਗੂਗਲ ਵਾਲਿਆਂ ਨੇ ਐਪ ਬੰਦ ਕਰਾਈ, ਹਾਲ ਤਾਈ ਗੂਗਲ ਵਾਲਿਆਂ ਨੂੰ ਕਨਵਿੰਸ ਨਹੀਂ ਕਰ ਸਕੇ ਭਾਈ ਉਹ ਐਪ ਖੋਲ ਦੋ ਦੁਬਾਰਾ। ਠੀਕ ਹੈ, ਨੰਬਰ 2 ਤੇ ਜੇ ਆਪਾਂ ਇਹ ਕੰਮ ਕਰਨਾ ਨਾ, ਫਿਰ ਜਿਹੜੇ ਬੰਦੇ ਉੱਥੋਂ ਇਨਵੋਲਵ ਹੋਣੇ ਜਿਹਨਾਂ ਨੂੰ ਰੀਅਲ ਹੀਟ ਮਿਲਣੀ ਆ, ਉਹਨਾਂ ਦੀ ਕੇਅਰ ਕਰਨ ਦਾ ਪਹਿਲਾਂ ਪ੍ਰੀ ਪਲੈਨਡ ਸਟਰਕਚਰ ਹੋਣਾ ਚਾਹੀਦਾ ਭਾਈ, ਅਸੀਂ ਜਿਹੜਾ ਬੰਦਾ ਅੰਦਰ ਆਊਗਾ ਉਹਦੀ ਪੈਰਵਾਈ ਵੀ ਕਰਾਂਗੇ, ਉਹਦੇ ਪਿੱਛੇ ਵੀ ਉਹਦੇ ਘਰਦਿਆਂ ਦੀ ਵੀ ਆਪਾਂ ਟੇਕ ਕੇਅਰ ਕਰਾਂਗੇ। ਇਹ ਨਹੀਂ ਵੀ ਆਪਾਂ ਇਮੋਸ਼ਨਲੀ ਬਲੈਕਮੇਲ ਕਰਕੇ ਹੁਣ ਉੱਥੋਂ ਜਵਾਕਾਂ ਨੂੰ ਫਿਰ ਮੁੜ ਕੇ ਜਿਹੜਾ ਆਪਣਾ ਆਪਣੇ ਟਾਈਮ ਤੇ ਹੋਇਆ ਉਹ ਹੀ ਦੁਬਾਰਾ ਹੋਵੇ ਵੀ ਜਿਹੜੇ ਹੁਣ ਉੱਥੇ ਬੈਠੇ ਆ। ਹੁਣ ਉਹ ਮੁੰਡੇ ਜਿਹੜੇ ਨਵੇਂ ਸ਼ਹਿਰ ਲੱਗ ਗਏ ਤੇ ਜਿਹਨਾਂ ਨੂੰ ਸਜ਼ਾ ਹੋਈ ਆ, ਮੇਰੀ ਮਹੀਨਾ ਕੁ ਪਹਿਲਾਂ ਨਵਕਿਰਨ ਨਾਲ ਗੱਲ ਹੁੰਦੀ, ਕਿਸੇ ਨੇ ਉਹਨਾਂ ਨੂੰ ਕੋਈ ਫੋਲੋ ਨਹੀਂ ਕਰ ਰਿਹਾ, ਕਿਸੇ ਨੇ ਦੁੱਖੀ ਨਹੀਂ ਦਿੱਤੀ, ਕੋਈ ਵਕੀਲ ਨਹੀਂ ਕੀਤਾ, ਕਿਸੇ ਨੇ ਵੀ ਚਲੋ ਉਹਨਾਂ ਦਾ ਕੇਸ ਹੀ ਕਿਸੇ ਹਾਈ ਮਤਲਬ ਕਿਸੇ ਪੈਰਵਾਈ ਚ ਪਾਇਆ ਜਾ ਸਕੇ। ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਫਿਰ ਇਹ ਨਹੀਂ ਹੁੰਦਾ, ਇਹ ਤਾਂ ਬਹੁਤ ਸੁਪਰਫੀਸ਼ੀਅਲ ਚੀਜ਼ਾਂ, ਇਹ ਤਾਂ ਪਹਿਲੀ ਗੱਲ ਤਾਂ ਹੋ ਹੀ ਨਹੀਂ ਸਕਦਾ, ਟੈਕਨੀਕਲੀ ਪੋਸੀਬਲ ਨਹੀਂ ਨਾ।
ਨੰਬਰ 2 ਤੇ ਆਪਾਂ ਇਮੋਸ਼ਨਲੀ ਬਲੈਕਮੇਲ ਕਰਕੇ ਉੱਥੇ ਲੋਕਾਂ ਦੇ ਉੱਤੇ ਇੰਨਾ ਅਤਿਆਚਾਰ ਕਰਾਉਣਾ, ਇਹ ਜਾਂ ਤਾਂ ਇਹਨਾਂ ਨੂੰ ਕਹੋ ਵੀ ਉੱਥੇ ਆਪਣੇ ਉੱਥੇ ਇੱਦਾਂ ਦੇ ਚਾਹੀਦੇ ਆ ਭਾਈ, ਠੀਕ ਹੈ, ਜਿਹੜਾ ਬੰਦਾ ਜਿਹੜਾ ਬੱਚਾ ਕਿਸੇ ਦਾ, ਕਿਉਂਕਿ ਉੱਥੇ ਇਮੋਸ਼ਨਲੀ ਬਲੈਕਮੇਲ ਹੋਣਾ ਲੋਕਾਂ ਨੇ। ਮੈਂ ਜੇ ਮੈਂ ਹੋਵਾਂ ਮੈਂ ਵੀ ਉੱਥੇ ਹੋਊਂਗਾ ਜੇ ਮੇਰੇ ਬੱਚੇ ਹੋਣ ਤੋਂ ਬਿਨਾਂ। ਡਾਕਟਰ ਸਾਹਿਬ ਇੱਕ ਸ਼ਬਦ ਮੈਨੂੰ ਡਿਫਾਈਨ ਕਰਿਓ, ਇਮੋਸ਼ਨਲ ਬਲੈਕਮੇਲ ਕੀ ਆ, ਇਹ ਹਿਸਟਰੀ ਦੱਸਣਾ। ਇਮੋਸ਼ਨਲ ਬਲੈਕਮੇਲ ਇਹ ਆ ਵੀ ਆਪਾਂ ਅਗਲੇ ਇਮੋਸ਼ਨਲ ਬਲੈਕਮੇਲ ਇਹ ਆ ਵੀ ਆਪਾਂ ਅਗਲੇ ਨੂੰ ਇਮੋਸ਼ਨਲੀ ਆਪਣੇ ਨਾਲ ਅਟੈਚ ਕਰ ਲਿਆ ਹੈ ਨਾ, ਆਪਾਂ ਇੱਥੇ ਬੈਠੇ ਆ। ਜ਼ਿਆਦਾ ਜੇ ਜੇ ਮੈਂ ਇਹ ਫੋਰਸ ਲੀਡ ਕਰਦਾ ਹੋਵਾਂ, ਮੈਂ ਇਹ ਕਹੂੰਗਾ ਭਾਈ ਜੇ ਜੇ ਆਪਾਂ ਨਾ ਹੋਊ, ਜੇ ਤੁਸੀਂ ਅੰਦਰ ਜਾਓਗੇ, ਮੈਂ ਵੀ ਇੱਕ ਦਿਨ ਉੱਥੇ ਆ ਕੇ ਜਿੱਦਾਂ ਇਹ ਤੋਂ ਗਦਰੀ ਬਾਬਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ, ਮੈਂ ਵੀ ਜਾਊਂਗਾ, ਮੈਂ ਵੀ ਆਊਂਗਾ। ਬਾਕੀ ਇਹ ਨੀ ਮੈਂ ਕਹਿੰਦਾ ਖਾਲਿਸਤਾਨ ਬਣ ਜਾਣਾ, ਇਸ ਕਰਕੇ ਨੀ ਬਣਨਾ ਵੀ ਪੰਨੂ ਸਾਹਿਬ ਕਰ ਰਹੇ ਆ। ਖਾਲਿਸਤਾਨ ਇੰਡੀਆ ਦੀ ਇੰਨੀ ਖਸਤਾ ਹਾਲਤ ਚੁੱਕੀ ਵਾ ਵੀ ਇੰਡੀਆ ਹੀ ਕਈ ਉਹਦੇ ਇੰਡੀਆ ਦੇ ਛੋਟੇ ਛੋਟੇ ਪਾਰਟ ਬਣ ਜਾਣੇ ਆ। ਇਸ ਕਰਕੇ ਆਪਾਂ ਨੂੰ ਚਾਹੀਦਾ ਹੁਣ ਜਿੱਦਾਂ ਯੂਰਪ ਦੇ ਵਿੱਚ ਅੱਜ 641 MPs ਵੱਲੋਂ ਬਿੱਲ ਲਿਆਂਦਾ ਜਾ ਰਿਹਾ ਇੰਡੀਆ ਦੇ ਅਗੇਂਸਟ, ਆਪਾਂ ਉਹਨਾਂ ਚੀਜ਼ਾਂ ਨੂੰ ਸਪੋਰਟ ਕਰੀਏ ਤਾਂ ਕਿ ਜਿਹੜਾ ਇੰਡੀਆ ਇੰਨਾ ਕੁ ਵੀਕ ਹੋ ਜਾਏ, ਇੰਡੀਆ ਦਾ ਫੈਡਰਲ ਸਟਰਕਚਰ ਇੰਨਾ ਵੀਕ ਹੋ ਜਾਏ ਬਈ ਉਹ ਆਪਣੇ ਆਪ ਹੀ ਖਿੰਡ ਪੁਣ ਜਾਵੇ, ਆਪਣਾ ਆਪਣਾ ਖਿੱਤਾ ਆਪਾਂ ਨੂੰ ਆਪ ਹੀ ਮਿਲ ਜਾਣਾ ਹਨਾ। ਉਧਰ ਨੂੰ ਆਪਾਂ ਜੇ ਕੋਈ ਵੀ ਚੀਜ਼ ਕਰਨੀ ਉਹ ਤੋਂ ਪਹਿਲਾਂ ਜਿਹੜੀ ਇੱਕ ਨੌਲੇਜ, ਇਹ ਨੀ ਵੀ ਤੁਸੀਂ ਕਰ ਲਿਆ ਵੀ ਆਹ ਆਪਾਂ ਰੈਫਰੈਂਡਮ ਕਰਾ ਲੈਣਾ, ਜਿਹੜੀਆਂ ਪੁਰਾਣੀਆਂ ਹੋਈਆਂ ਰੈਵੋਲਿਊਸ਼ਨ ਲੋਕਾਂ ਨੇ ਲਈਆਂ ਆਜ਼ਾਦੀਆਂ ਉਹਨੂੰ ਸਟੱਡੀ ਕਰਨ ਦੀ ਲੋੜ ਆ। ਬਾਕੀ ਜਿੱਥੋਂ ਤੱਕ ਹੈਗਾ ਸੰਵਿਧਾਨ ਦੀ, ਕਿਸੇ ਦੀ ਕੋਈ ਵੈਲਿਊ ਨੀ, ਸੰਵਿਧਾਨ ਇੱਕ ਡਾਕੂਮੈਂਟ ਆ ਜਿਹੜਾ ਸਦਾ ਹੀ ਚੇਂਜੇਬਲ ਰਿਹਾ, ਸਦਾ ਹੀ ਚੇਂਜੇਬਲ ਰਹਿਣਾ। ਹੁਣ ਆਪਣਾ ਕੈਨੇਡਾ ਦਾ ਸੰਵਿਧਾਨ ਵੀ ਹੈਗਾ ਹੀ ਆ, ਕਹਿੰਦਾ ਵੀ ਤੁਸੀਂ ਕਿਸੇ ਨਾਲ ਧਾਰਮਿਕ ਪੱਖ ਤੇ ਨਹੀਂ ਕਰ ਸਕਦੇ, ਕਿਊਬਕ ਵਾਲਿਆਂ ਨੇ ਕੀਤਾ। ਇਹ ਸੰਵਿਧਾਨ ਦੀ ਕਿਸੇ ਦੀ ਕੋਈ ਵੈਲਿਊ ਨੀ ਹੁੰਦੀ, ਸੰਵਿਧਾਨ ਕਿਸੇ ਦਾ ਕੋਈ ਫਿਕਸ ਡਾਕੂਮੈਂਟ ਨਹੀਂ। ਸੰਵਿਧਾਨ ਦੇ ਵਿੱਚ ਟਾਈਮ ਟੂ ਟਾਈਮ ਚੇਂਜਸ ਵੀ ਆਉਂਦੀਆਂ ਰਹਿੰਦੀਆਂ, ਸਾਰੇ ਸੰਵਿਧਾਨ ਅਮੈਂਡਮੈਂਟ ਹੋਏ ਆ, ਇੰਡੀਆ ਦਾ ਵੀ ਹੋਇਆ ਹੋਊਗਾ, ਉਹ ਗਾਂਹ ਵੀ ਹੋਈ ਜਾਣਾ, ਉਹਦੀ ਤਾਂ ਕੋਈ ਵੈਲਿਊ ਨੀ ਕਿਸੇ ਪਾਸੇ ਵੀ, ਜਿਹੜਾ ਸੰਵਿਧਾਨ ਦੀ ਤਾਂ ਨਾ ਕੈਨੇਡਾ ਦੇ ਸੰਵਿਧਾਨ ਦੀ ਕੋਈ ਵੈਲਿਊ ਆ ਨਾ ਕਿਸੇ ਦੇ, ਕਿਉਂਕਿ ਇਹ ਤਾਂ ਹਰ ਇੱਕ ਹੁਣ ਆਪਾਂ ਦੇਖਿਆ ਕਿਊਬਕ ਵਾਲਾ ਕੀ ਕਰ ਲਿਆ, ਕਿਸੇ ਨੇ ਵੀ ਨੀ ਕੁਛ ਵੀ ਨੀ ਹੋਇਆ। ਉਹਦੇ ਵਿੱਚ ਉਹਨੇ ਇੱਕ ਕਲੌਜ਼ ਪਾਈ ਹੁੰਦੀ ਹੈ ਜਿਹਦੇ ਅਗੇਂਸਟ ਤੁਸੀਂ ਮਤਲਬ ਮੈਜੋਰਿਟੀ ਮਿਨੋਰਟੀ ਦੇ ਅਗੇਂਸਟ ਜਾਂ ਜੋ ਵੀ ਹੈਗਾ ਕਰ ਸਕਦੀ ਆ। ਬਾਕੀ ਇਹ ਹੈ ਜੇ ਤੁਸੀਂ ਇਹ ਕੰਮ ਕਰਨਾ ਨਾ, ਪਹਿਲੋਂ ਮੇਰੀ ਇਹ ਰਿਕੁਐਸਟ ਹੈ, ਕਿਉਂਕਿ ਮੈਂ ਤਾਂ ਮੇਰਾ ਚਾਚਾ ਜਸਵਿੰਦਰ ਜੰਡੀ, ਅਸੀਂ ਕਈ ਲੋਕਾਂ ਨੂੰ ਉਹਦਾ ਮੈਨੂੰ 5 ਮਹੀਨੇ ਚ ਇੱਕ ਅੱਧੇ ਵਜੇ ਫੋਨ ਆਊਗਾ, ਡਾਕਟਰ ਯਾਰ ਇੰਨੇ ਕੁ ਪੈਸੇ ਭੇਜੀ ਆਪਾਂ ਫਲਾਨੇ ਨੂੰ ਭੇਜਣੇ, ਤਾਂ ਮੇਰਾ ਦੋਸਤ ਹੈ ਦਵਿੰਦਰ ਸੰਧੂ। ਇਸ ਕਰਕੇ ਇਹ ਜ਼ਰੂਰ ਕਰਿਓ ਬਈ ਜੇ ਕਰਨਾ ਨਾ, ਉਹਦਾ ਪਿੱਛੇ ਜ਼ਰੂਰ ਖਿਆਲ ਰੱਖਿਓ ਬਈ ਜਿਹੜੇ ਤੁਸੀਂ ਮਾਵਾਂ ਦੇ ਪੁੱਤ ਉੱਥੇ ਅੰਦਰ ਕਰਾਉਣੇ ਆ ਨਾ, ਉਹਨਾਂ ਘਰਦਿਆਂ ਦੇ ਪਿੱਛੇ ਕੋਈ ਉਹਨਾਂ ਨੂੰ ਰੋਟੀ ਦੇਣ ਵਾਲਾ ਜ਼ਰੂਰ ਰੱਖ ਲਿਓ, ਭਾਵੇਂ ਤੁਸੀਂ ਹੋਵੋ ਭਾਵੇਂ ਮਤਲਬ ਆਪਾਂ ਸਾਰੇ ਹੀ ਹੋਈਏ, ਤਾਂ ਇਹ ਬਹੁਤ ਜ਼ਰੂਰੀ ਆ। ਬਾਕੀ ਜਿਹੜੀ ਬਾਕੀ ਹੋਣਾ ਨਹੀਂ ਹੋਣਾ ਉਹ ਬਹੁਤ ਜ਼ਰੂਰੀ ਗੱਲ, ਪਰ ਇਹਦੇ ਸੇਕ ਬਹੁਤ ਲੋਕ ਬਹੁਤ ਬੱਚਿਆਂ ਨੂੰ ਲੱਗਣਾ, ਆਪਣੇ ਟਾਈਮ ਵਾਂਗ ਲੱਗਣਾ ਜਿੱਦਾਂ ਆਪਣੇ ਟਾਈਮ ਤੇ ਲੱਗਦਾ ਰਿਹਾ, ਇਸ ਕਰਕੇ ਉਹਦੀ ਮਤਲਬ ਉਹਦੀ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਆਸਪੈਕਟ ਨੂੰ ਮੋਹਰੇ ਲਿਆਉਣਾ, ਇਹ ਤੋਂ ਪਹਿਲਾਂ ਕਿ ਆਪਾਂ ਉੱਧਰ ਨੂੰ ਕਰੀਏ, ਕਿਉਂਕਿ ਇਹ ਨੀ ਹੈਗਾ ਉੱਥੇ ਦਾ ਸਿਸਟਮ ਹੈ, ਉਹਦੇ ਚ ਉਹਨੇ ਅਰੈਸਟ ਵੀ ਕਰਨੇ ਆ, ਕੇਸ ਵੀ ਪੈਣੇ ਅੱਗੇ ਉਹਨਾਂ ਨੂੰ, ਖਾਲਿਸਤਾਨ ਦਾ ਮਟੀਰੀਅਲ ਲੱਭਣ ਕਰਕੇ ਉਹਨਾਂ ਨੂੰ ਉਮਰ ਕੈਦ ਹੋ ਗਈ ਨਾ ਤਿੰਨਾਂ ਬੰਦਿਆਂ ਨੂੰ, ਬਿਲਕੁਲ ਕਿਸੇ ਨੇ ਉਹਦੇ ਕੁਛ ਨੀ ਕਰਦਾ, ਕੋਈ ਨੀ ਕੁਛ ਵੀ ਕਰਦਾ, ਠੀਕ ਹੈ। ਇਸ ਕਰਕੇ ਜਦੋਂ ਤੁਸੀਂ ਕਿਤੇ ਪੰਨੂ ਸਾਹਿਬ ਮੈਂ ਆਪ ਹੀ ਹੋਊਗਾ ਗੱਲ ਕਰੂੰ, ਜਾਂ ਕਿਤੇ ਰੇਡੀਓ ਤੇ ਲਾਓ ਵੀ ਨੀ ਟੂ ਟਾਕ ਟੂ ਦੈਮ ਅਬਾਊਟ ਇਟ, ਇਹ ਏਦਾਂ ਨੀ ਮਤਲਬ ਮੈਂ ਖਾਲਿਸਤਾਨ ਦਾ ਹਾਮੀ ਆ, ਕਿਉਂਕਿ ਮੇਰੇ ਬਹੁਤ ਕਲੋਜ਼ ਫਰੈਂਡ, ਮੈਂ ਕਈ ਵਾਰੀ ਇਕੱਲਾ ਬੈਠਾ ਹੀ ਸੋਚਦਾ ਹੁੰਦਾ ਵੀ ਦਰਸ਼ਪ੍ਰੀਤ ਪ੍ਰੀਤਮ ਸਿੰਘੋਂ ਡਾਕਟਰ ਬਿਰਕ ਕੀ ਕਰ ਲਿਆ ਸ਼ਹੀਦੀਆਂ ਪ੍ਰਾਪਤ ਕਰਕੇ, ਸਾਡੇ ਨਾਲ ਕਲਾਸ ਵਾਲੋ ਸਾਡੇ ਸੀਗੇ ਹਨਾ, ਮਤਲਬ ਸਾਰੇ ਹੀ ਸ਼ਹੀਦ ਹੋ ਗਏ, ਘਰਾਂ ਦੇ ਪਿੱਛੇ ਕੁਛ ਨੀ ਰਹਿ ਗਿਆ, ਤਾਂ ਮਤਲਬ ਉਹ ਜੇ ਹੁਣ ਆਪਾਂ ਪਿੱਛੇ ਨੀ ਕਿਸੇ ਦਾ ਕੁਛ ਕਰ ਸਕਾਂਗੇ ਫਿਰ ਇਹਨਾਂ ਚੀਜ਼ਾਂ ਦਾ ਫਾਇਦਾ ਨੀ, ਫਿਰ ਆਪਾਂ ਵੀ ਬਾਰੀ ਸਪੋਰਟ ਨੀ ਕਰਨੀ ਚਾਹੀਦੀ ਜੇ ਉਹ ਇਸ ਮੁੱਦੇ ਤੇ ਪਹਿਲਾਂ ਇਹਦਾ ਪ੍ਰੀਐਮਟਿਵਲੀ ਪਿੱਛੇ ਅਰੇਂਜਮੈਂਟ ਨਹੀਂ ਕਰਦੇ। ਥੈਂਕ ਯੂ, ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਡਾਕਟਰ ਜੰਡੀ ਗੱਲਬਾਤ ਕਰੇ। ਸਰ ਅਮਰਜੀਤ ਸਿੰਘ ਜੀ ਲਾਈਨ ਨੰਬਰ 5। ਸਰਦਾਰ ਹਰਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਾਰੇ ਕਾਲਰ ਨੇ ਆਪਣੀ ਆਪਣੀ ਗੱਲ ਕੀਤੀ ਹੈ, ਬਹੁਤ ਸਹਿਣੀ ਸਹਿਣੀਆਂ ਗੱਲਾਂ ਕੀਤੀਆਂ ਨੇ, ਗੱਲਾਂ ਠੀਕ ਨੇ ਜੀ। ਦੇਖੋ ਦੂਸਰੀ ਗੱਲ ਇਹ ਹੈਗੀ ਆ ਵੀ ਮੈਂ ਆਪਣੇ ਮੁਤਾਬਕ ਗੱਲ ਕਰਦਾ ਵੀ ਜਿੱਦਾਂ ਕੱਲ ਰੈਫਰੈਂਡਮ ਦਾ ਮਤਲਬ ਉੱਥੇ ਸਾਰਿਆਂ ਲੋਕਾਂ ਨੂੰ ਕਿਹਾ ਹੋਇਆ ਸੀਗਾ ਵੀ ਉਹ ਜ਼ਰੂਰੀ ਨਹੀਂ ਸੀਗਾ ਵੀ ਉਹ ਸਾਰੇ ਹੀ ਉਹ ਕੋਈ ਜਾਂ ਸਰਟੀਫਿਕੇਟ ਲੈਣ ਗਏ ਸੀ ਜਾਂ ਦੇਣ ਗਏ ਸੀ, ਉਹ ਤੇ ਇੱਕ ਦੇਖਣ ਗਏ ਸੀ ਜਿਹੜੇ ਤਰੀਕੇ ਨਾਲ ਉਹਨਾਂ ਨੇ ਗੱਲ ਚਾਲੂ ਕੀਤੀ ਆ ਵੀ ਕਿਸ ਤਰ੍ਹਾਂ ਹੈਗੀ ਆ, ਕੀ ਕਹਿ ਰਹੇ ਨੇ, ਕੀ ਕਰ ਰਹੇ ਨੇ। ਸੋ ਮੈਨੂੰ ਵੀ ਜਾਣ ਦਾ ਉੱਥੇ ਮੌਕਾ ਮਿਲਿਆ, ਦੇਖਿਆ ਵੀ ਕੀ ਗੱਲ ਹੈਗੀ ਆ। ਸੋ ਜਿਹੜਾ ਉਹਨਾਂ ਦਾ ਤਰੀਕਾ ਸੀ ਦੱਸਣ ਦਾ ਉਹ ਮੈਨੂੰ ਬਹੁਤ ਵਧੀਆ ਲੱਗਿਆ ਹੈਗਾ ਵੀ ਦੇਖੋ ਉਹਨਾਂ ਨੇ ਬਿਲਕੁਲ ਇਹ ਗੱਲ ਤਾਂ ਕਹੀ ਨਹੀਂ ਹੈਗੀ ਵੀ ਕੋਈ ਵੀ ਵਿਅਕਤੀ ਉੱਥੇ ਲੜੇ ਭਿੜੇ, ਜੋ ਵੀ ਜਿਹੜਾ ਤਰੀਕਾ ਹੈਗਾ ਆਈਡੀਆ ਹੈਗਾ ਵਧੀਆ ਤਰੀਕੇ ਦੇ ਨਾਲ ਵੀ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ।
ਬਈ ਉਸ ਤਰੀਕੇ ਨਾਲ ਸਰਕਾਰਾਂ ਦਾ ਵੀ ਨਾ ਹੋਵੇ ਤੇ ਕਿਸੇ ਇਨਸਾਨ ਦਾ ਉਹ ਵੀ ਨੁਕਸਾਨ ਨਾ ਹੋਵੇ। ਸੋ ਦੇਖਣ ਗਏ ਸੀਗੇ, ਸੋ ਉਹ ਦੇਖਿਆ ਵੀ ਕਿਸ ਤਰ੍ਹਾਂ ਹੈਗਾ। ਬੜਾ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਹੈਗਾ, ਕਿਸੇ ਨੂੰ ਇਹ ਗੱਲ ਨਹੀਂ ਕਹੀ ਹੈਗੀ। ਇੱਕ ਮੇਰੇ ਵੀਰ ਨੇ ਗੱਲ ਕਹੀ ਸੀਗੀ ਬਈ ਉੱਥੇ, ਮੈਂ ਪੁੱਛਣਾ ਚਾਹੁੰਦਾ ਵੀ ਮੈਂ ਉਸ ਵੀਰ ਨੂੰ ਬਈ ਉੱਥੇ ਬੱਚੇ ਵੀ ਗਏ ਸੀ, ਉੱਥੇ ਪਰਿਵਾਰ ਲੈ ਕੇ ਗਏ ਸੀ, ਉਹ ਵੀਰ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਵੀਰ ਜੀ ਤੁਹਾਨੂੰ ਵੀ ਜਾਣਾ ਚਾਹੀਦਾ ਉੱਥੇ, ਮਨਾਹੀ ਤੇ ਕਿਸੇ ਦੀ ਹੈ ਨਹੀਂ, ਉੱਥੇ ਬੱਚੇ ਅਸੀਂ ਆਪ ਖੁਦ ਮੈਂ ਵੀ ਵੇਖੇ ਨੇ, ਛੋਟੇ ਛੋਟੇ ਬੱਚੇ ਉੱਥੇ ਗਏ ਹੋਏ ਸਨ। ਸੋ ਉੱਥੇ ਕਿਸੇ ਤੇ ਕੋਈ ਲਾਗੂ ਨਹੀਂ ਸੀ ਹੈਗਾ ਵੀ ਖਾਲਿਸਤਾਨੀ ਆਣ ਜਾਂ ਦੂਸਰੇ ਨਾ ਆਣ ਜਾਂ ਆਹ ਆਣ ਜਾਂ ਉਹ ਆਣ, ਉੱਥੇ ਤੇ ਸਿਰਫ ਇਹ ਵੇਖਣ ਗਏ ਸੀ ਅਸੀਂ ਵੀ ਵੇਖੀਏ ਤੇ ਸਹੀ ਵੀ ਕੀ ਗੱਲ ਹੋ ਰਿਹਾ। ਮੈਂ ਕਹਿੰਦਾ ਵੀ ਇੰਨਾ ਵਧੀਆ ਤਰੀਕਾ, ਜਿਹੜੇ ਤਰੀਕੇ ਨਾਲ ਉਹਨਾਂ ਨੇ ਸਮਝਾਇਆ ਸੀ, ਜਿਹੜੇ ਜਿਹੜੇ ਤਰੀਕੇ ਨਾਲ ਆਇਆ ਸੀ, ਕਿਸੇ ਦਾ ਕੋਈ ਨੁਕਸਾਨ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਜੋ ਕੋਈ ਆਪਣੇ ਆਪ ਚ ਕੋਈ ਕਰਦਾ ਨੁਕਸਾਨ ਆਪਣਾ ਕਰਦਾ ਤੇ ਉਹ ਆਪਣਾ ਨੁਕਸਾਨ, ਪਰ ਹਾਂ ਇਹ ਗੱਲ ਜ਼ਰੂਰ ਹੈ ਜਿੱਦਾਂ ਹੁਣ ਡਾਕਟਰ ਸਾਹਿਬ ਹੋਣਾ ਨੇ ਇੱਥੇ ਦੱਸਿਆ ਵੀ ਦੇਖੋ ਉਹਨਾਂ ਲੋਕਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ ਜਿਹੜੇ ਲੋਕ ਬਿਨਾਂ ਮਤਲਬ ਛੋਟੀ ਛੋਟੀਆਂ ਗੱਲਾਂ ਤੋਂ ਉਹਨਾਂ ਨੂੰ ਉਮਰ ਕੈਦ ਹੀ ਹੁੰਦੀ ਹੈ, ਤੇ ਉਹ ਲੋਕ ਵੀ ਹੈਗੇ ਨੇ ਜਿਹੜੇ ਲੋਕਾਂ ਨੇ ਏਡਾ ਏਡਾ ਨੁਕਸਾਨ ਕੀਤਾ ਉਹ ਤੁਰੇ ਫਿਰਦੇ ਨੇ, ਜਿਹਨਾਂ ਲੋਕਾਂ ਨੇ 50-50 ਲੋਕ ਮਾਰ ਦਿੱਤੇ ਨੇ। ਦੂਸਰੀ ਗੱਲ ਇਹ ਵੀ ਦੇਖੋ ਉੱਥੇ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂ ਹੈਗਾ, ਸਵਾਲ ਤੇ ਹੈਗਾ ਬਈ ਉੱਥੇ ਲੋਕ ਉੱਥੇ ਜੋ ਕੁਛ ਹੋਇਆ ਸਮੇਂ ਦੇ ਵਿੱਚ ਉਹ ਬਹੁਤ ਮਾੜਾ ਗੱਲ ਹੋਈ ਆ, ਭਾਵੇਂ ਉਹਦੇ ਵਿੱਚ ਕੋਈ ਵੀ ਮਾਰਿਆ ਗਿਆ। ਸੋ ਗੱਲ ਇਹ ਹੈਗੀ ਆ ਵੀ ਇਸ ਚੀਜ਼ ਨੂੰ ਸਮਝਣਾ, ਉੱਥੇ ਜਾਣਾ ਜਾਂ ਇਸ ਗੱਲ ਨੂੰ ਗਾਂਹ ਸਟੱਡੀ ਕਰਨੀ, ਉਹ ਇੱਕ ਬਹੁਤ ਚੰਗੀ ਗੱਲ ਹੈਗੀ ਆ। ਅਸੀਂ ਆਪਣੇ ਹਵਾ ਦੇ ਵਿੱਚ ਡਾਂਗਾ ਮਾਰਨ ਵਾਲੀਆਂ ਗੱਲਾਂ ਜੀ, ਉੱਥੇ ਪੈਸੇ ਇਕੱਠੇ ਹੋ ਗਏ, ਉੱਥੇ ਪੱਠੇ ਪੈਸੇ ਉਹ ਯਾਰੋ ਅਸੀਂ ਦੰਦੇ ਦਾ ਦਮੜਾ ਨਹੀਂ, ਉੱਥੇ ਨਾ ਤੇ ਮੈਂ ਕੋਈ ਦਿੱਤਾ ਹੈਗਾ ਤੇ ਐਵੇਂ ਇਹ ਗੱਲਾਂ ਹਵਾ ਚ ਇੱਕ ਗੱਲ। ਦੂਜੀ ਗੱਲ ਮੈਂ ਕਹਾਂਗਾ ਵੀ ਉੱਥੇ ਜਿਹੜੇ ਦੇਖੋ ਜਿਹੜੇ ਲੋਕ ਇਹ ਕੰਮ ਕਰਦੇ, ਦੇਖੋ ਉੱਥੇ ਟਿਕਟਾਂ ਵੀ ਲੱਗਦੀਆਂ ਨੇ, ਉੱਥੇ ਲੋਕ ਪੈਸਾ ਲੱਗ ਕੇ ਹੀ ਆਉਣਾ, ਉੱਦਾਂ ਤੋਂ ਕੋਈ ਆਉਂਦਾ ਨਹੀਂ। ਜੇ ਉਹਨਾਂ ਨੇ ਉਹਨਾਂ ਗੱਲਾਂ ਵਾਸਤੇ ਥੋੜੇ ਬਹੁਤੇ ਜਾਂ ਪੈਸੇ ਆਪਣੀ ਮਰਜ਼ੀ ਨਾਲ ਦੇ ਤੇ ਕਿਸੇ ਨੇ $2-5, ਮੈਂ ਕਹਾਂਗਾ ਵੀ ਇਹ ਨਹੀਂ ਕਿਸੇ ਦੀਆਂ ਜਾਇਦਾਦਾਂ ਲਵਾ ਲਈਆਂ ਭੁਲੇਖੇ ਨਾਲ, ਫਿਰ ਤੇ ਗੱਲ ਆਪਾਂ ਕਹੀਏ। ਸੋ ਇਹੋ ਜਿਹੀਆਂ ਗੱਲਾਂ ਕਰ ਲਈਆਂ, ਮੇਰਾ ਖਿਆਲ ਕੋਈ ਪੜ੍ਹਾਈ ਵਾਲੀਆਂ ਗੱਲਾਂ ਨਹੀਂ ਹੈਗੀਆਂ, ਬੇਕੂਫੀਆਂ ਗੱਲਾਂ ਹੈਗੀਆਂ, ਏਦਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ। ਸੋ ਸਮਝਦਾਰੀ ਨਾਲ ਸਾਨੂੰ ਕੰਮ ਲੈਣਾ ਚਾਹੀਦਾ। ਇਹ ਬਹੁਤ ਵਧੀਆ ਤਰੀਕਾ ਉਹਨਾਂ ਨੇ ਕਿਹਾ, ਦੇਖੋ ਕਿਸੇ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ, ਨਾ ਕੋਈ ਸਰਕਾਰਾਂ ਦਾ ਨਾ ਕਿਸੇ ਦਾ, ਬੜੇ ਵਧੀਆ ਤਰੀਕੇ ਨਾਲ ਵੇ ਜੋ ਹੈ ਦੁਨੀਆਂ ਦੇ ਉੱਤੇ ਚੱਲ ਰਿਹਾ ਉਹ ਡੈਮੋਕਰੇਸੀ ਤਰੀਕੇ ਨਾਲ ਹੀ ਹੋਣਾ ਚਾਹੀਦਾ। ਥੈਂਕ ਯੂ ਜੀ। ਥੈਂਕ ਯੂ ਜੀ। ਸੁਰੰਤ ਲੋਚੀ ਜੀ ਆਖਰੀ ਕਾਲਰੋਂ, ਤੁਸੀਂ ਲਾਈਨ ਨੰਬਰ 2। ਜਲ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸੁਰ ਸਾਹਿਬ। ਜਲ ਸਾਹਿਬ ਕੱਲ ਜਿਹੜਾ ਉਹਨਾਂ ਨੇ ਪ੍ਰੋਗਰਾਮ ਕਰੇ ਦਿੱਤਾ ਨਾ ਜੀ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਕੱਲੀ ਕੱਲੀ ਗੱਲ ਉਹਨਾਂ ਨੇ। ਗੱਲ ਜੇ ਆਪਾਂ ਸ਼ੁਰੂ ਕਰੀਏ ਜਿੱਦਾਂ ਇਹ ਹੈ ਕਿ ਪੰਜਾਬੀ ਨੇ ਜਿਹੜੇ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਰਾਜ ਰਿਹਾ ਉਹਦੇ ਵਾਰਸ ਨੇ, ਉਹਨਾਂ ਨੇ ਉਹ ਸਵਾਦ ਚੱਕਿਆ ਜਿਹੜਾ ਜਿਹਦੇ ਚ ਸਾਰਿਆਂ ਨੂੰ ਜਸਟਿਸ ਮਿਲਦਾ ਰਿਹਾ, ਇਨਸਾਫ਼ ਮਿਲਦਾ ਰਿਹਾ ਤੇ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ, ਸਾਰੇ ਧਰਮਾਂ ਦੇ ਲੋਕ ਖੁਸ਼ ਰਹੇ। ਉਸ ਤੋਂ ਬਾਅਦ ਚਲੋ ਅਨਫੋਰਚੁਨੇਟਲੀ ਰਾਜ ਚਲਾ ਗਿਆ ਤੇ ਉਹ ਜੇ ਉਸ ਦੁਆਰਾ ਉਸ ਤਰ੍ਹਾਂ ਦਾ ਜਿਹੜਾ ਇੱਕ ਰਾਜ ਪ੍ਰਬੰਧ ਹੈ ਉਹਦੀ ਖਾਹਿਸ਼ ਕਰਨਾ ਕਿ ਉਹ ਲੋਕਾਂ ਦਾ ਹੱਕ ਨਹੀਂ ਹੈ। ਜੇ ਉਹਨਾਂ ਦਾ ਲੋਕਾਂ ਦਾ ਹੱਕ ਹੈ, ਉਹਨਾਂ ਨੇ ਕੁਰਬਾਨੀਆਂ ਕੀਤੀਆਂ ਦੁਆਰਾ ਆਜ਼ਾਦ ਕਰਾਇਆ, ਉਹਨਾਂ ਨੂੰ ਇਹ ਭਰੋਸਾ ਦਵਾਇਆ ਗਿਆ ਕਿ ਹਾਂ ਤੁਸੀਂ ਜਿੱਦਾਂ ਦਾ ਤੁਹਾਡਾ ਰਾਜ ਪ੍ਰਬੰਧ ਸੀਗਾ ਉਦਾਂ ਦਾ ਤੁਹਾਨੂੰ ਰਾਜ ਪ੍ਰਬੰਧ ਅਸੀਂ ਦਿਆਂਗੇ, ਤੁਹਾਨੂੰ ਪੂਰੀ ਆਜ਼ਾਦੀ ਦਾ ਨਿੱਘ ਮਾਨਣ ਦਿਆਂਗੇ। ਪਰ ਹੋਇਆ ਕੀ? ਹੋਇਆ ਇਹੀ ਕਿ 47 ਤੋਂ ਬਾਅਦ ਜੋ ਜੋ ਧੱਕੇ ਹੋਏ ਉਸ ਤੋਂ ਬਾਅਦ ਆਵਾਜ਼ ਉਠਾਈ ਗਈ ਉਹਨਾਂ ਨੂੰ, ਆਵਾਜ਼ ਨੂੰ ਦੱਬਣ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ। ਉਸ ਤੋਂ ਬਾਅਦ ਦਿੱਲੀ ਹੋਈ ਤੇ ਉਹ ਵੀ ਸਾਰਾ ਕੁਛ ਜਿਹੜਾ ਹੋਇਆ ਉਹ ਇਸੇ ਸੰਵਿਧਾਨ ਦੇ ਤਹਿਤ ਹੀ ਹੋਇਆ। ਜਿਹੜਾ ਸੰਵਿਧਾਨ ਪ੍ਰੋਟੈਕਟ ਨਹੀਂ ਕਰ ਸਕਿਆ, ਜਿਹੜਾ ਸੰਵਿਧਾਨ ਸਜਾਵਾਂ ਨਹੀਂ ਦੇ ਸਕਿਆ, ਜੇ ਉਸ ਸੰਵਿਧਾਨ ਨੂੰ ਕੋਈ ਬੰਦਾ ਨਹੀਂ ਮੰਨਦਾ, ਜਿਹਨੂੰ ਜਸਟਿਸ ਨਹੀਂ ਮਿਲਿਆ, ਉਹ ਤਾਂ ਕਹੂਗਾ ਮੈਂ ਕਿਉਂ ਸੰਵਿਧਾਨ ਨੂੰ ਮੰਨਾਂ ਇਸ ਨੂੰ। ਤੇ ਜਿਹੜੇ ਬੰਦੇ ਇਸ ਗੱਲ ਤੇ ਉਹ ਕਰਦੇ ਨੇ ਉਹ ਠੀਕ ਹੈ, ਉਹ ਮੰਨਦੇ ਨੇ ਤਾਂ ਉਹ ਮੰਨੀ ਜਾਣ, ਪਰ ਜਿਹੜੇ ਬੰਦਿਆਂ ਨੂੰ ਨਹੀਂ ਇਨਸਾਫ ਮਿਲਿਆ ਉਹ ਕਿੱਦਾਂ ਮੰਨਣਗੇ? ਦੂਸਰੀ ਗੱਲ ਇਹ ਹੈ ਕਿ ਜੇ ਦੁਨੀਆਂ ਦਾ ਇੱਕ ਏਦਾਂ ਦਾ ਇਸ ਟਾਈਮ UNO ਨੇ ਕੋਈ ਤੁਹਾਨੂੰ ਉਹ ਦਿੱਤਾ ਹੋਇਆ ਪ੍ਰੋਵੀਜ਼ਨ ਦਿੱਤਾ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਬਗੈਰ ਕਿਸੇ ਹਥਿਆਰ ਤੋਂ ਅਮਨ ਸ਼ਾਂਤੀ ਦੇ ਨਾਲ ਲੋਕਾਂ ਨੂੰ ਦੱਸ ਸਕਦੇ ਹੋ, ਉਹ ਤਰੀਕਾ ਉਹ ਅਪਣਾ ਰਹੇ ਨੇ। ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਦੱਸ ਰਹੇ ਨੇ ਕਿ ਵੀ ਇਹ ਤਰੀਕਾ ਹੈਗਾ। ਇਹ ਏਦਾਂ ਦੀਆਂ ਗੱਲਾਂ ਕਰਨੀਆਂ ਜੀ, ਇਹ ਏਦਾਂ ਕਿੱਦਾਂ ਹੋਜੂਗਾ ਜਾਂ ਕਿਵੇਂ ਹੋਜੂਗਾ? ਜਦੋਂ ਅਸੀਂ ਲੜਾਈ ਲੜ ਰਹੇ ਸੀਗੇ ਉਦੋਂ ਸਾਨੂੰ ਕੋਈ ਪਤਾ ਸੀਗਾ ਕਿ ਅਸੀਂ
ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਬੰਦੇ ਕਹਿੰਦੇ ਨੇ ਕਿ ਬਈ ਇੱਥੇ ਆਜ਼ਾਦੀ ਉੱਥੇ ਜਾ ਕੇ ਮੰਗਣ ਵੀ ਅਸੀਂ ਜਾ ਬਾਹਰ ਜਾ ਕੇ ਸਾਨੂੰ ਆਵਾਜ਼ ਉਠਾਉਣੀ ਪਏਗੀ ਇਸ ਟਾਈਮ ਉਹ ਠੀਕ ਹੈ ਕਿ ਸਾਨੂੰ ਉੱਥੇ ਕੁਰਬਾਨੀਆਂ ਕਰਨੀਆਂ ਪਈਆਂ ਜੇ ਉਹ ਬੰਦਿਆਂ ਨੇ ਕੁਰਬਾਨੀਆਂ ਕੀਤੀਆਂ ਸਾਡੇ ਨਾਲ ਇਨਜਸਟਿਸ ਹੋਇਆ ਤਾਂ ਅਸੀਂ ਅੱਜ ਬਾਹਰਲੇ ਦੇਸ਼ਾਂ ਦੇ ਵਿੱਚ 50 ਦੇਸ਼ਾਂ ਦੇ ਵਿੱਚ ਤਕਰੀਬਨ ਪੰਜਾਬੀ ਐਸਟੈਬਲਿਸ਼ ਹੋਏ ਹੋਏ ਨੇ ਜੇ ਹੁਣ ਉਹ ਬਾਹਰ ਰਹਿ ਕੇ ਨਹੀਂ ਗੱਲ ਕਰ ਸਕਦੇ ਕਿ ਉੱਥੇ ਸਾਡੇ ਲੋਕਾਂ ਨਾਲ ਧੱਕਾ ਹੋ ਰਿਹਾ ਸਾਡੇ ਭੈਣ ਭਰਾਵਾਂ ਨਾਲ ਧੱਕਾ ਹੋ ਰਿਹਾ ਤੇ ਫਿਰ ਉਹ ਕਦੋਂ ਕਰਨਗੇ ਜਿਹੜੇ ਬੰਦੇ ਕਰ ਰਹੇ ਨੇ ਉਹਨਾਂ ਦੇ ਇਹ ਇਲਜ਼ਾਮ ਲਾਉਣਾ ਜੀ ਉਹ ਪੈਸੇ ਲੈ ਗਏ ਪੈਸੇ ਤਾਂ ਜਦੋਂ ਤੋਂ ਇਹ ਚੱਲ ਰਿਹਾ ਹੈਗਾ ਆਪਣਾ 47 ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਰਾਜ ਪ੍ਰਬੰਧ ਆਏ ਨੇ ਉੱਥੇ ਬਥੇਰਾ ਲੁੱਟਿਆ ਗਿਆ 2.5 ਲੱਖ ਕਰੋੜ ਦਾ ਇਸ ਟਾਈਮ ਪੰਜਾਬ ਨੂੰ ਕਰਜ਼ਈ ਕਰਿਆ ਪਿਆ ਉਹ ਪੈਸੇ ਕਿੱਥੇ ਜਾ ਰਹੇ ਨੇ ਐਸ ਜੀ ਪੀ ਸੀ ਦਾ ਜਿਹੜਾ ਪੈਸੇ ਦਾ ਜਿਹੜਾ ਬਜਟ ਹੈ ਉਹਦਾ 11 ਅਰਬ ਦਾ ਉਹ ਪੈਸਾ ਕਿੱਥੇ ਜਾ ਰਿਹਾ ਇਹ ਚੀਜ਼ਾਂ ਸਿਰਫ ਇਹਨਾਂ ਬੰਦਿਆਂ ਨੂੰ ਹੀ ਪੈਸੇ ਇੱਥੇ ਕਿਉਂ ਨਜ਼ਰ ਆ ਰਹੇ ਨੇ ਕਿ ਵੀ ਇਹ ਪੈਸਾ ਪੈਸੇ ਵਾਸਤੇ ਕੰਮ ਕਰ ਰਹੇ ਨੇ ਜਿਹੜਾ ਜਿਹੜਾ ਕੰਮ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਜਾਂ ਕਿਸੇ ਨੇ ਨਹੀਂ ਕੀਤਾ ਇੱਕ ਹਾਈ ਲੈਵਲ ਤੇ ਵਰਲਡ ਲੈਵਲ ਤੇ ਇੱਕ ਕਿਸ ਤਰ੍ਹਾਂ ਉਹ ਯੂਐਨਓ ਦੇ ਵਿੱਚ ਇੱਕ ਕੇਸ ਨੂੰ ਪ੍ਰਜੈਂਟ ਕਰ ਰਹੇ ਨੇ ਉਹਨਾਂ ਨੂੰ ਸਪੋਰਟ ਕਰਨ ਦੀ ਬਜਾਏ ਜਿਹੜੀਆਂ ਟੰਗਾਂ ਖਿੱਚਣ ਵਾਲੇ ਨੇ ਉਹ ਬੰਦਿਆਂ ਨੂੰ ਘੱਟੋ ਘੱਟ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਉੱਥੇ ਜੋ ਇਸ ਟਾਈਮ ਇੰਡੀਆ ਦੇ ਵਿੱਚ ਇਕੱਲੇ ਪੰਜਾਬ ਨੂੰ ਛੱਡ ਦੋ ਜਿਹੜੇ ਜੇ ਕੋਈ ਭਾਰਤੀ ਵੀ ਹੈ ਨਾ ਜਿਹੜਾ ਕਹਿੰਦਾ ਕਿ ਉੱਥੇ ਮੈਂ ਭਾਰਤੀ ਹਾਂ ਜੀ ਉਹ ਕਿੱਦਾਂ ਇੱਥੇ ਆਪਦਾ ਸਿਰ ਚੱਕ ਕੇ ਕਹਿ ਸਕਦਾ ਲੋਕਾਂ ਨੂੰ ਜਿੱਥੇ ਏਦਾਂ ਦੇ ਉੱਥੇ ਅੱਤਿਆਚਾਰ ਹੋ ਰਹੇ ਨੇ ਬਲਾਤਕਾਰ ਹੋ ਰਹੇ ਨੇ ਹਰੇਕ ਜਗ੍ਹਾ ਤੇ ਕੁੱਟਿਆ ਜਾ ਰਿਹਾ ਧਰਮ ਦੇ ਨਾਂ ਤੇ ਉਹ ਕਿੱਦਾਂ ਸਿਰ ਚੱਕ ਕੇ ਦੁਨੀਆਂ ਦੇ ਜਿਹੜੇ ਵਰਲਡ ਦੇ ਦੇਸ਼ਾਂ ਦੇ ਵਿੱਚ ਜਿਹੜੇ ਜਿੱਥੇ ਆਨੰਦ ਮਾਣ ਰਿਹਾ ਉਹ ਜਿੱਥੇ ਡੈਮੋਕ੍ਰੇਟਿਕ ਸਿਸਟਮ ਹੈ ਉੱਥੇ ਕਹਿ ਰਹੇ ਨੇ ਜੀ ਅਸੀਂ ਭਾਰਤੀ ਹਾਂ ਇਸ ਕਰਕੇ ਇਹਨਾਂ ਬੰਦਿਆਂ ਨੂੰ ਇਹ ਚਾਹੀਦਾ ਕਿ ਜੇ ਤੁਸੀਂ ਨਹੀਂ ਕੁਛ ਕਰ ਸਕਦੇ ਉਹਨਾਂ ਦੀ ਗੱਲ ਸੁਣੋ ਜੇ ਜਿੰਨੀ ਤੁਸੀਂ ਸਪੋਰਟ ਕਰ ਸਕਦੇ ਹੋ ਸਪੋਰਟ ਕਰੋ ਉਹਨਾਂ ਨੂੰ ਕਿਸੇ ਪਾਸੇ ਗੱਲ ਲਾਉਣ ਦਿਓ ਇਹ ਵੀਰਾਂ ਨੂੰ ਇਹ ਚਾਹੀਦਾ ਜਿਹੜੇ ਬੰਦੇ ਮੁਖਾਲਫਤ ਕਰ ਰਹੇ ਨੇ ਕੁਛ ਇਹ ਹੈ ਕਿ ਵੈਸੇ ਬੜੀ ਲੜਾਈ ਲੜਦੇ ਆ ਰਹੇ ਨੇ ਕੁਛ ਰਾਜਨੀਤਿਕ ਪਾਰਟੀਆਂ ਏਦਾਂ ਦੀਆਂ ਵੀ ਨੇ ਪਰ ਉਹ ਪਤਾ ਨੀ ਉਹ ਕਹਿੰਦੇ ਨੇ ਸਿਹਰਾ ਨਾ ਕਿਸੇ ਸਿਰ ਤੇ ਬੰਨਿਆ ਜਾਵੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਸਿਹਰਿਆਂ ਨੂੰ ਛੱਡ ਦਿਓ ਬਹੁਤ ਲੜਾਈ ਲੜ ਲਈ ਹੁਣ ਇਹ ਹੈ ਕਿ ਇਹਨੂੰ ਕਿਸੇ ਪਾਸੇ ਲੱਗਣ ਦਿਓ ਗੱਲ ਨੂੰ ਥੈਂਕ ਯੂ ਜੀ ਥੈਂਕ ਯੂ ਜੀ ਅਖੀਰ ਦੇ ਵਿੱਚ ਇੱਕ ਇਨਸਾਨੀ ਸੁਭਾਅ ਹੈ ਇਨਸਾਨੀ ਕੋਸ਼ਿਸ਼ ਹੈ ਹੱਕ ਦੇ ਵਿੱਚ ਵਿਰੋਧ ਦੇ ਵਿੱਚ ਇੱਕ ਸਰਵ ਸ਼ਕਤੀਮਾਨ ਹੈ ਜਿਹੜਾ ਇਸ ਨੂੰ ਕਰਨ ਦੇ ਕਾਬਲ ਹੈ ਜਿਹੜਾ ਕੁਛ ਉਹਨੂੰ ਭਾਵੇ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾਹੋ ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹੋ ਹੀ ਕੁਡ ਅਪੋਇੰਟ ਏ ਵਰਮ ਐਜ਼ ਅ ਕਿੰਗ ਐਂਡ ਰਿਡਿਊਸਡ ਐਨੀ ਆਰਮੀ ਟੂ ਐਸ਼ਸ ਅਖੀਰ ਚ ਗੱਲ ਇਹੀ ਕਹਿਣੀ ਬਣਦੀ ਹੈ ਵਪਾਰਕ ਸੰਦੇਸ਼ ਆ ਕੇ ਬਾਬਾ ਦੀਪ ਸਿੰਘ ਸ਼ਹੀਦ ਬਾਰੇ ਤੇ ਉਬਰ ਦੇ ਡਰਾਈਵਰਾਂ ਨੂੰ ਸਰੀ ਚ ਮਿਲਦੀਆਂ ਟਿਕਟਾਂ ਬਾਰੇ ਜਿੰਨਾ ਕੁ ਸਮਾਂ ਮਿਲਿਆ ਗੱਲਬਾਤ ਕਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਸੰਧੂ ਪਰਿਵਾਰ ਦੇ ਵਿੱਚ ਜਿਹੜੇ ਸੂਰਜਵੰਸ਼ੀ ਜੱਟ ਕੈਪਸੀਅਨ ਸਾਗਰ ਦੇ ਕੋਲੋਂ ਅਜ਼ਲਾਂ ਪਹਿਲਾਂ ਉਸ ਜਗ੍ਹਾ ਤੇ ਧਰਤੀ ਤੇ ਗਏ ਸੰਧੂ ਪਰਿਵਾਰ ਦੇ ਵਿੱਚ 1627 ਜਨਵਰੀ ਨੂੰ ਹੋਇਆ ਪਰਿਵਾਰ ਦਸਮ ਪਿਤਾ ਦੇ ਕੋਲ ਅਨੰਦਪੁਰ ਸਾਹਿਬ ਪਹਿਲਾਂ ਹੀ ਜਾਂਦਾ ਸੀ ਆਪਣਾ ਦਸਵੰਧ ਤੇ ਸੰਗਤ ਸੇਵਾ ਕਰਨ ਲਈ ਤੇ ਛੋਟੀ ਉਮਰ ਦੇ ਵਿੱਚ ਹੀ ਬਾਬਾ ਦੀਪ ਸਿੰਘ ਹੋਣੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਗਏ ਦੀਪੇ ਤੋਂ ਪਏ ਬਾਬਾ ਦੀਪ ਸਿੰਘ ਦਾ ਜਿਹੜਾ ਸਫ਼ਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅੰਮ੍ਰਿਤ ਛਕਿਆ ਉਸ ਤੋਂ ਬਾਅਦ ਕਿਲ੍ਹਾ ਜਦ ਛੱਡਿਆ ਗਿਆ ਤਾਂ ਸੂਬਾ ਮੁਲਤਾਨ ਦੀ ਰਿਆਸਤ ਪੈਂਦੇ ਖਿਦਰਾਣੇ ਦੀ ਢਾਬ ਤੇ ਅਖੀਰ ਆ ਕੇ ਜਿਹੜਾ ਦਮਦਮਾ ਸਾਹਿਬ ਗੁਰੂ ਸਾਹਿਬ ਨੇ ਕਬਰ ਕਸੇ ਖੋਲੇ ਤਾਂ ਸਾਡੀ ਬੀੜ ਜਿਹੜੀ ਹੈ ਉਸਦੀ ਲਿਖਾਈ ਬਾਬਾ ਦੀਪ ਸਿੰਘ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਪੁਰਾ ਨੇ ਉੱਥੇ ਸੇਵਾ ਕੀਤੀ ਹੈ ਬਾਬਾ ਦੀਪ ਸਿੰਘ ਹੋਰਾਂ ਨੇ ਬਹੁਤ ਸਮਾਂ ਦਮਦਮਾ ਸਾਹਿਬ ਬਤੀਤ ਕੀਤਾ ਅਖੀਰ ਜਦ ਜਹਾਨ ਖਾਨ ਨੇ ਨਿਹੰਗ ਬਾਬਾ ਗੁਰਬਖਸ਼ ਸਿੰਘ ਦੀ ਸ਼ਹੀਦ ਕਰਕੇ ਉਸ ਅੰਮ੍ਰਿਤ ਸਰੋਵਰ ਦੇ ਵਿੱਚ
ਕੂੜਾ ਕਰਕਟ ਸਿੱਟ ਦਿੱਤਾ ਤੇ ਰਾਮਗੜ੍ਹ ਦਾ ਕਿੱਚਾ ਜਿਹੜਾ ਕਿਲ੍ਹਾ ਉਹ ਢਾ ਦਿੱਤਾ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ ਤਾਂ ਫਿਰ ਬਾਬਾ ਜੀ ਨੂੰ ਜਦ ਉੱਥੇ ਪਤਾ ਲੱਗਿਆ ਤਾਂ ਉੱਥੋਂ ਜਥਾ ਲੈ ਕੇ ਤੁਰੇ ਜੱਗਾ ਬਾਹਵਣੀ ਵਾਲਾ ਨਹੀਂ ਆ ਬਿਜੂ ਕੇ ਗੁਰੂ ਚੌਂਤਰਾ ਫੂਲ ਮਰਾਜ ਦਰਾਜ ਪੁੱਛੋਂ ਗੋਬਿੰਦਪੁਰਾ ਦੱਖੀ ਜੰਗਲ ਚ ਹੁੰਦਾ ਹੈ ਜਥਾ ਫਿਰੋਜ਼ਪੁਰ ਖੇਮਕਰਨ ਤਰਨ ਤਰਨ ਆ ਕੇ ਬੈਠਿਆ ਜਹਾਨ ਖਾਨ ਵੱਲੋਂ ਉਸਦੇ ਸਿਰੇ ਦੇ ਜਿਹੜੇ ਸੈਨਾਪਤੀ ਹਾਜੀ ਅਤੇ ਖਾਂ ਕਾਸਮ ਖਾਂ ਪੱਟੀ ਵਾਲਾ ਮੀਰ ਨਿਮਤੁੱਲਾ ਸਈਦ ਸਾਬਰ ਅਲੀ ਅਮੀਰ ਜਾਨ ਖਾਨ ਪੰਜ ਹਜ਼ਾਰੀ ਯੂਬ ਖਾਨ ਨਮਾਨ ਖਾਨ ਯਕੂਬ ਖਾਨ ਜ਼ਬਰਦਸਤ ਖਾਂ ਰਸਤਮ ਖਾਂ ਇਹਨਾਂ ਦੇ ਨਾਲ ਤੇ 75 ਸਾਲ ਦੀ ਉਮਰ ਦੇ ਵਿੱਚ ਖੰਡੇ ਨਾਲ ਜਾਂ ਲਾਈਨ ਵਾਹ ਕੇ ਯੋਧਿਆਂ ਨੂੰ ਡੰਡਾਸੇ ਟੱਕੂਆਂ ਤੇ ਰਫਲਾਂ ਕਿਸੇ ਕੋਲ ਵੀ ਨਹੀਂ ਸੀ ਮੋਢਿਆਂ ਤੇ ਡਾਂਗਾ ਸੀ ਲਾਈਨ ਟੱਪ ਕੇ ਜਦ ਫਿਰ ਉਸ ਤੋਂ ਬਾਅਦ ਸ਼ਹੀਦੀ ਹੈ ਅਮਾਨ ਖਾਂ ਦੇ ਨਾਲ ਇੱਕੋ ਵਾਰ ਦੋਨਾਂ ਤੇ ਵਾਰ ਹੋਇਆ ਤੇ ਸੀਸ ਜਿਹੜਾ ਧੜ ਤੋਂ ਵੱਖ ਹੁੰਦਾ ਇਹਦੇ ਤੇ ਬੜੀਆਂ ਤਰਕ ਇਹਦੇ ਤੇ ਹੁੰਦੇ ਨੇ ਤਰਕ ਦੀ ਗੱਲ ਜਿਹੜੀ ਫਿਜ਼ੀਕਲੀ ਤੁਸੀਂ ਕਰ ਸਕਦੇ ਹੋ ਪਰ ਜਦ 75 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਤੁਰੇ ਹੈ ਦਮਦਮਾ ਸਾਹਿਬ ਤੋਂ ਤਾਂ ਉਸੇ ਸਮੇਂ ਹੀ ਜਿਹੜਾ ਸੀਸ ਤਲੀ ਤੇ ਆ ਪਤਾ ਹੀ ਸੀ ਗਾਂ ਕੀ ਹੋਣਾ ਤੇ ਉਸ ਤੋਂ ਬਾਅਦ ਦੋ ਰਾਇਆਂ ਨੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਦੇ ਸ਼ਹੀਦੀ ਸਥਾਨ ਹੈ ਤੇ ਕੁਝ ਕਹਿੰਦੇ ਨੇ ਪ੍ਰਕਰਮਾਂ ਦੇ ਵਿੱਚ ਸ਼ਹੀਦੀ ਹੈ ਪਰ ਸ਼ਹੀਦੀ ਹੋਈ ਹੈ ਇਹਦੇ ਵਿੱਚ ਬਹੁਤ ਸਿੰਘ ਜਿਹੜੇ ਨਾਲ ਧਰਮ ਸਿੰਘ ਵਿਵੇਕ ਸਰ ਕੌਰ ਸਿੰਘ ਮੰਨਾ ਸਿੰਘ ਬਸੰਤ ਸਿੰਘ ਵੀਰ ਸਿੰਘ ਮੰਗਨੀ ਹੀਰਾ ਸਿੰਘ ਗੰਡਾ ਸਿੰਘ ਨਿਹਾਲ ਸਿੰਘ ਲਹਿਣਾ ਸਿੰਘ ਗੋਪਾਲ ਸਿੰਘ ਰਣਾ ਸਿੰਘ ਭਾਗ ਸਿੰਘ ਸੱਜਣ ਸਿੰਘ ਅਗਰ ਸਿੰਘ ਬਹਾਦਰ ਸਿੰਘ ਇਹ ਸਾਰੇ ਯੋਧੇ ਜਿਹੜੇ ਸ਼ਹੀਦ ਹੋਏ ਨੇ ਦਿਆਲ ਸਿੰਘ ਦੇ ਹੱਥੋਂ ਅਮੀਰ ਖਾਨ ਮਾਰਿਆ ਗਿਆ ਬਾਬਾ ਦੀਪ ਸਿੰਘ ਹੱਥੋਂ ਯਕੂਬ ਖਾਨ ਮੀਰ ਨਿਆਮਤੁੱਲਾ ਤੇ ਅਮਾਨ ਖਾਨ ਸੈਦ ਸਾਬਰ ਅਲੀ ਤੇ ਸਰ ਹੀਰਾ ਸਿੰਘ ਆਪਸ ਵਿੱਚ ਲੜ ਕੇ ਸ਼ਹੀਦ ਹੋਏ ਸਰ ਬਲਵੰਤ ਸਿੰਘ ਨੇ ਜ਼ਬਰਦਸਤ ਖਾਂ ਨੂੰ ਚੱਕਰ ਨਾਲ ਮਾਰਿਆ ਰੁਸਤਮ ਖਾਂ ਤੇ ਬਲਵੰਤ ਸਿੰਘ ਸਾਂਝੇ ਵਾਰ ਨਾਲ ਸ਼ਹੀਦ ਹੋਏ ਗੋਲਗੜ੍ਹ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਲਾਸ਼ਾਂ ਦੇ ਢੇਰ ਜਿਹੜੇ ਨੇ ਉਹ ਉਸ ਸਮੇਂ ਦੇ ਜਿੰਨੇ ਵੀ ਲੇਖਕ ਨੇ ਕਨਿੰਗਮ ਵੀ ਲਿਖਦਾ ਤੇ ਪੰਗੂ ਵੀ ਲਿਖਦਾ ਰਤਨ ਸਿੰਘ ਉਹਨਾਂ ਨੇ ਲਿਖਿਆ ਮਹਾਨ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਦੀ ਸਾਰੀ ਜ਼ਿੰਦਗੀ ਜਿਹੜੀ ਸੰਤਤਾਈ ਦੇ ਵਿੱਚ ਰਹੀ ਇੱਕ ਰੂਪ ਨਹੀਂ ਹੈ ਮੀਰੀ ਤੇ ਪੀਰੀ ਦਾ ਕੌਨਸੈਪਟ ਆ ਛੇਵੇਂ ਪਾਤਸ਼ਾਹ ਦਿੱਤਾ ਹੋਇਆ ਇਹਦੇ ਵਿੱਚ ਹੀ ਕਹਾਣੀ ਇਕੱਲੀ ਭਗਤੀ ਨੂੰ ਕੀ ਕਰਨਾ ਹੈ ਜੇ ਭਗਤੀ ਨੂੰ ਕੋਈ ਤੱਤੀ ਤਵੀ ਤੇ ਸਾੜ ਦੇਵੇ ਫਿਰ ਸ਼ਕਤੀ ਉਹਦੀ ਜ਼ਰੂਰੀ ਹੈ ਇਸੇ ਕੌਨਸੈਪਟ ਦੇ ਚੱਲਦਿਆਂ ਬਾਬਾ ਦੀਪ ਸਿੰਘ ਸ਼ਹੀਦ ਹੋਣਾ ਨੇ ਸ਼ਹੀਦੀ ਦਿੱਤੀ 75 ਵਰਿਆਂ ਦੀ ਉਮਰ ਦੇ ਵਿੱਚ ਜਹਾਨ ਖਾਨ ਵੱਲੋਂ ਦਰਬਾਰ ਸਾਹਿਬ ਦੀ ਜਿਹੜੀ ਬੇਹੁਰਮਤੀ ਕਰਨ ਦੀ ਕੋਸ਼ਿਸ਼ ਸੀ ਤਾਂ ਇਸ ਤੋਂ ਬਾਅਦ ਉਹ ਜਿਹੜੇ ਲੋਕ ਉੱਥੇ ਸੀ ਆਲੇ ਦੁਆਲੇ ਖਲਕਤ ਸੀ ਉਹਨਾਂ ਨੇ ਵੇਖਿਆ ਤੇ ਇਸ ਤਰ੍ਹਾਂ ਵੀ ਹੁੰਦਾ ਕੱਲ ਨੂੰ 18ਵੀਂ ਸਦੀ ਦੇ ਜਿਹੜਾ ਛੋਟੇ ਘੱਲੂਘਾਰੇ ਦੀ ਗੱਲ ਮੈਂ ਕਰਾਂਗਾ ਦੂਸਰੀ ਗੱਲ ਜਿਹੜੀ ਮੈਂ ਕਰਨੀ ਹੈ ਅੱਜ ਉਹ ਇਹ ਹੈ ਕਿ ਸਦੀ ਦੇ ਵਿੱਚ ਇਹ ਗੱਲ ਅਸਲੇ ਤੇ ਇਹ ਵਿਸ਼ੇ ਦਾ ਧਿਆਨ ਇਹ ਵੱਡਾ ਇਹਨੂੰ ਮੈਂ ਕੱਲ੍ਹ ਤੇ ਲੈ ਕੇ ਜਾਵਾਂਗਾ ਪਰ ਗੱਲ ਇੱਕ ਕਹਿੰਦਾ ਵੀ ਉਬਰ ਓਪਰੇਟ ਕਰਨੀ ਸ਼ੁਰੂ ਕੀਤੀ ਉਬਰ ਕਸਟਮਰ ਬਣ ਕੇ ਬਾਈਲਾ ਆਫੀਸਰ ਨੇ ਸੱਦਿਆ ਤੇ ਉਸਨੂੰ ਕਿਹਾ ਵੀ ਬਿਨਾਂ ਲਾਇਸੈਂਸ ਤੋਂ ਤੂੰ ਇੱਥੇ ਓਪਰੇਟ ਨਹੀਂ ਕਰਦਾ ਬਿਜ਼ਨਸ ਲਾਇਸੈਂਸ ਚਾਹੀਦਾ ਸੂਬੇ ਦੇ ਮੁੱਖ ਮੰਤਰੀ ਨੇ ਸਾਰੇ ਸੂਬੇ 'ਚ ਉਬਰ ਅਲਾਓ ਕੀਤੀ ਹੈ ਤੇ ਮੇਅਰ ਡਗਨ ਕਲਮ ਨੇ ਇਹ ਗੱਲ ਕਹੀ ਹੈ ਵੀ ਮੈਂ ਹਾਲੇ ਤੱਕ ਸਿਟੀ ਲਾਇਸੈਂਸ ਨਹੀਂ ਦਿੱਤਾ ਇੱਥੇ ਉਬਰ ਓਪਰੇਟ ਨਹੀਂ ਕਰ ਸਕਦੀ ਇਹਦੇ ਤੇ ਕਨੈਕਟ ਸਰੀ ਵਾਲੇ ਜਿਹੜਾ ਕੌਂਸਲਰ ਨੇ ਹੁੰਦਲ ਹੋਣੀ ਉਹਨਾਂ ਨੇ ਅੱਜ ਸਵੇਰੇ CKNW ਤੇ ਵੀ ਗੱਲ ਕੀਤੀ ਕਹਿੰਦਾ ਮੈਂ $500 ਜਿਹੜਾ ਫਾਈਨ ਆ ਉਹ ਮੈਂ ਦਊਂਗਾ ਜਿਹਨੂੰ ਵੀ ਹੋਇਆ ਪਰ ਉਬਰ ਇੱਥੇ ਚੱਲਣੀ ਚਾਹੀਦੀ ਹੈ ਮੈਂ ਟੈਕਸੀ ਵਾਲਿਆਂ ਨਾਲ ਵੀ ਜਿਹੜਾ ਮੇਰੀ ਹਮਦਰਦੀ ਹੈ ਜਿਹੜੇ ਬਹੁਤ ਚਿਰਾਂ ਦੇ ਲੋਕਾਂ ਨੂੰ ਸਰਵ ਕਰ ਰਹੇ ਨੇ ਪਰ ਟੈਕਨੋਲੋਜੀ ਹੈ ਇਨੋਵੇਸ਼ਨ ਹੈ ਰੁਕਣੀ ਨਹੀਂ ਇਹ ਆਉਣੀ ਹੈ ਸਾਰੀ ਦੁਨੀਆਂ ਦੇ ਵਿੱਚ ਹੈ ਤੇ ਸਰੀ 'ਚ ਵੀ ਉਬਰ ਆਉਣੀ ਤੇ ਇਹਦੇ ਤੇ ਰਲਮਾ ਮਿਲਮਾ ਹੰਗਾਰਾ ਲੋਕਾਂ ਦਾ ਲੋਕ ਇਸ ਗੱਲ ਤੇ ਕਿ ਟੈਕਸੀ ਵਾਲਿਆਂ ਨੇ ਨਗਮ ਕਲਮ ਦੀ ਮਦਦ ਕੀਤੀ ਹੈ ਯੰਗਸਟਰ ਨੂੰ ਜਿਹੜੇ ਹੁਣ ਉਬਰ ਚਾਹੀਦੀ ਹੈ ਸੋਸ਼ਲ ਮੀਡੀਆ ਤੇ ਉਬਰ ਦੇ ਨਾਂ ਤੇ ਜਿਹਨਾਂ ਨੇ ਨਾ ਟੈਕਸੀ ਲਈ ਹੈ ਨਾ ਕਦੇ ਉਬਰ ਲੈਣੀ ਆ ਉਹ ਵਧਾਈਆਂ ਦੇਈ ਜਾਂਦੇ ਆ ਭਾਈਚਾਰੇ ਦੇ ਵਿੱਚ ਭਾਈਚਾਰੇ ਨੂੰ
ਦਾ ਉਜਾੜਾ ਦੇਖ ਕੇ ਭਾਈਚਾਰਾ ਕਿਉਂ ਖੁਸ਼ ਹੁੰਦਾ, ਇਹ ਗੱਲ ਦੀ ਸਮਝ ਨਹੀਂ ਆਉਂਦੀ। ਇਹ ਗੱਲ ਬਿਲਕੁਲ ਠੀਕ ਹੈ ਕਿ ਸਾਡੀ ਆਪਸੀ ਫੁੱਟ ਕਰਕੇ ਅਸੀਂ ਉਬਰ ਨੂੰ ਰੋਕ ਨਾ ਸਕੇ। ਜਿਹੜੇ ਸੋ ਕਾਲਡ ਡਾਊਨ ਟਾਊਨ ਵਾਲੇ ਨੇ ਉਹ ਕਹਿੰਦੇ ਅਸੀਂ ਅਲੀਟ ਕਲਾਸ ਹਾਂ, ਬਾਕੀ ਤਾਂ ਜਿਵੇਂ ਅਵਤਾਰ ਸਿੰਘ ਨੂੰ ਕਹਿ ਗਏ ਸੀ ਵੀ ਪਿੰਡਾਂ ਦੇ ਵਿੱਚ ਏਰੀਆ ਵੰਡਿਆ ਹੋਇਆ ਵੀ ਇੱਥੇ ਝੂਰ ਰਹਿੰਦੇ ਨੇ, ਇੱਥੇ ਕਨਾਈ ਰਹਿੰਦੇ ਨੇ, ਇੱਥੇ ਮਜ਼੍ਹਬੀ ਸਿੱਖ ਰਹਿੰਦੇ ਨੇ, ਇਸ ਤਰ੍ਹਾਂ ਵੰਡਿਆ ਹੋਇਆ। ਸ਼ੁਰੂਆਤ ਤਾਂ ਉੱਥੋਂ ਹੋਣੀ ਚਾਹੀਦੀ ਹੈ। ਗੁਰੂ ਨੇ ਪੰਜਾਂ ਨੂੰ ਇੱਕ ਬਾਟੇ ਤੇ ਲਿਆ ਕੇ ਜਾਤ ਮੁਕਾਈ ਤੇ ਅਸੀਂ ਅੱਜ ਲਾਸਟ ਨੇ ਲੱਖ ਰੱਖ ਕੇ ਦੱਸ ਦੱਸ ਕੇ ਦੱਸਦੇ ਹਾਂ ਅਸੀਂ ਆਹ ਅਸੀਂ ਆਹ ਅਸੀਂ ਆਹ। ਤੋ ਇਸ ਤਰ੍ਹਾਂ ਹੀ ਹੈ ਉਬਰ ਦੀ, ਜਿਹਨਾਂ ਨੇ ਕਦੇ ਉਬਰ ਨਹੀਂ ਲੈਣੀ, ਜਿਹਨਾਂ ਨੇ ਉਬਰ ਦੇ ਨੇੜੇ ਦੀ ਨਹੀਂ ਕਦੇ ਲੰਘਣਾ, ਦੋ ਦੋ ਘੰਟੇ ਗੱਡੀਆਂ ਉਡੀਕਣੀਆਂ ਨੇ ਰਾਈਡ ਲਈ, ਉਹ ਅੱਜ ਉਬਰ ਦੇ ਵਿੱਚ ਬੈਠ ਕੇ ਸਟੋਰੀਆਂ ਕਰਦੇ ਨੇ, ਦਿਖਾਉਂਦੇ ਆ ਲੋਕਾਂ ਨੂੰ ਕਿ ਦੇਖੋ ਜੀ ਉਬਰ ਤਾਂ ਸਸਤੀ ਹੈ, ਮੈਂ ਇੱਥੋਂ ਇੱਥੇ ਤੱਕ ਪਹੁੰਚ ਗਿਆ। ਤੇ ਇਹਨਾਂ ਤੋਂ ਹੀ ਜਿਹਨਾਂ ਦੇ ਖਿਲਾਫ ਹੈ ਇਹਨਾਂ ਨੂੰ ਫਿਰ ਝਾੜਨਾ, ਜਦ ਪੂਰੀ ਨੌਮਣ ਝਾੜਨ ਵਾਲੀ ਆਉਣੀ ਹੈ ਇਹੀ ਡੰਡੇ ਨਾਲ ਹਿਲਾਉਣੇ। ਤੋ ਮੈਨੂੰ ਸਮਝ ਨਹੀਂ ਆਉਂਦੀ, ਠੀਕ ਹੈ ਇਹ ਆਉਣੀ ਹੈ, ਪਰ ਕੋਈ ਚੀਜ਼ ਐਕਸੈਪਟ ਹੋਈ ਹੋਵੇ ਉਹ ਤਾਂ ਐਕਸੈਪਟਡ ਹੈ, ਪਰ ਇਹ ਤੇ ਨੱਚਣ ਦੀ ਲੋੜ ਨਹੀਂ ਹੈ। ਉਹਨਾਂ ਦੇ ਵੀ ਢਿੱਡ ਨੇ, ਉਹਨਾਂ ਦਾ ਵੀ ਟੱਬਰ ਹੈ ਜਿਹੜਾ 4000 ਦੇ ਕਰੀਬ ਟੈਕਸੀ ਹੈ, ਉਹਨਾਂ ਦੇ ਨਾਲ ਗਾਂ ਪੰਜ ਪੰਜ ਜਣੇ ਨੇ, ਇਹ 20-22 ਹਜ਼ਾਰ ਲੋਕ ਨੇ ਜਿਹੜੇ ਉਹਨਾਂ ਦਾ ਵੀ। ਤੇ ਉਸ ਤੋਂ ਬਾਅਦ ਕੰਮ ਕਾਰ ਜਿਹੜਾ ਉਹ ਘਟਣਾ ਹੀ ਘਟਣਾ, ਓਬੀਅਸਲੀ ਜਿੱਥੇ 20 ਟੈਕਸੀ ਨੇ ਉੱਥੇ ਅੱਜ 100 ਟੈਕਸੀ ਫਿਰੂਗੀ, ਕੰਮ ਘਟਣਾ। $100 ਉਬਰ ਵਾਲੇ ਨੂੰ ਬਣਨਗੇ, ਦੂਜੇ ਵਾਲੇ ਦੇ 200 ਦੇ 100 ਰਹਿਣਗੇ, ਇੰਨੇ ਖਰਚੇ ਵਾਲੇ ਸਮੇਂ 'ਚੋਂ ਗੁਜ਼ਾਰਾ ਕਿਵੇਂ ਹੋਊਗੀ। ਮੈਂ ਤਾਂ ਇੱਕ ਸਿੰਪਲ ਸੋਚਦਾ ਹੁੰਦਾ, ਸਭ ਤੋਂ ਵੱਧ ਕਣਕ ਪੈਦਾ ਹੁੰਦੀ ਹੈ ਸਾਡੇ ਦੇਸ਼ 'ਚ, ਪ੍ਰੇਰੀ ਕਣਕ ਏ ਕਣਕ 'ਚ ਪਿਆ ਤੇ ਸਾਢੇ 3 ਕਰੋੜ ਬੰਦਾ, $6-7 ਦਾ ਕਣਕ ਦਾ ਬੈਗ ਮਿਲਦਾ ਸੀ ਦੇਸੀ ਕਣਕ ਦਾ, ਅੱਜ ਉਹ $14 ਦਾ ਹੋਇਆ। ਸਮਝ ਨਹੀਂ ਪਤਾ ਲੱਗੀ ਵੀ ਕਣਕ ਮਹਿੰਗੀ ਹੋ ਗਈ ਜਾਂ ਇਹ ਬੁਰਜੂਆ ਤਾਣੇ ਵਾਣਾ ਜਿਹੜਾ ਹੈ ਉਹਨਾਂ ਦੇ ਢਿੱਡ ਭਰ ਰਿਹਾ। $50 ਦੀਆਂ 5 ਚੀਜ਼ਾਂ ਆਉਂਦੀਆਂ ਜਿਹੜੇ ਮਰਜ਼ੀ ਗ੍ਰੋਸਰੀ ਸਟੋਰ 'ਚ ਲੈ ਜਾਓ, ਰਹਿਣਾ ਕਿਵੇਂ ਹੈ। ਸੋ ਇੱਕ ਦੂਜੇ ਨੂੰ ਉੱਜੜਦੇ ਨੂੰ ਦੇਖ ਕੇ ਹੱਸਿਆ ਨਾ ਕਰੋ। ਇਹਨੂੰ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਕਿਹਾ ਜਾਂਦਾ, ਠੀਕ ਹੈ ਜਿਹੜੀ ਚੀਜ਼ ਆਉਣੀ ਆ ਆਉਣੀ ਹੈ, ਸੋਗ ਨੂੰ ਸੋਗ ਦੇ ਤੌਰ 'ਤੇ, ਹਾਸੇ ਨੂੰ ਹਾਸੇ ਦੇ ਤੌਰ 'ਤੇ, ਇਹ ਤੇ ਰਾਜਨੀਤੀ ਨਾ ਹੋਵੇ। ਇਹ ਹੁਣ ਸੂਬੇ ਵੱਲੋਂ ਰੂਲ ਤੇ ਡਗ ਮੁਕਲਮ ਮੇਅਰ ਵੱਲੋਂ ਰੋਕਣਾ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ ਗੱਲ ਕਿੱਥੇ ਜਾ ਕੇ ਠੀਕ ਕਿਵੇਂ ਆਉਂਦੀ ਹੈ। ਵਪਾਰਕ ਸਮੱਸਿਆ ਤੋਂ ਬਾਅਦ ਆਸ਼ਵਿਜ਼ ਕੈਂਪ ਦੀ ਕੋਈ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦਾ, ਜਿੱਥੇ 11 ਲੱਖ ਦੇ ਕਰੀਬ ਯਹੂਦੀ, ਰੋਮਾ, ਜਿਪਸੀ ਤੇ ਪੋਲਿਸ਼ ਲੋਕ ਮਾਰੇ ਗਏ ਨਾਜ਼ੀਆਂ ਨੇ, ਹਿਟਲਰ ਦੀ ਫੌਜ ਨੇ ਕਿਵੇਂ ਉਹਨਾਂ ਨੂੰ ਖੋ ਖੋ ਕੇ ਮਾਰਿਆ, ਕੀ ਉੱਥੇ ਹੋਇਆ, ਕੁਛ ਫੈਕਟਸ ਤੁਹਾਨੂੰ ਦੱਸਣੇ ਚਾਹੁੰਦਾ। ਆਸ਼ਵਿਜ਼ ਦੀ ਗੱਲ ਤੋਂ ਪਹਿਲਾਂ ਦੱਸ ਦਿਓ, 2020 ਰੈਫਰੈਂਡਮ ਦਾ ਵੈਨਕੂਵਰ ਦੇ ਲਈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸ੍ਰੀ ਡੈਲਟਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਜਰ ਉਹਨਾਂ ਦੀ ਵੱਡੀ ਭੂਮਿਕਾ ਹੈ। ਇਹਨਾਂ ਗੁਰੂ ਘਰਾਂ ਦੇ ਪ੍ਰਧਾਨਾਂ ਦੇ ਵਿੱਚ ਵੀ ਜਾਨ ਚਾਹੀਦੀ ਹੈ ਇਹੋ ਜਿਹੀ ਗੱਲ ਕਰਨ ਦੇ ਲਈ। ਬਾਕੀ ਕੁਣਕਾ ਰਸ ਰਸ ਅੰਮ੍ਰਿਤ ਹੀਰ ਖਿਆਲੀ ਖੀਰ ਖਿਆਲੀ ਗੁਰੂ ਦੇ ਲੰਗਰਾਂ ਦੀ, ਉਹ ਕੁਣਕੇ ਤੇ ਜਲੇਬੀਆਂ ਤੇ ਖੀਰਾਂ ਬੜੀਆਂ ਵਧੀਆ ਲੱਗਦੀਆਂ, ਪਤਾ ਜਦ ਲੱਗਦਾ ਜਦ ਕੋਧਰੇ ਦੀ ਰੋਟੀ ਮੂੰਹ 'ਚ ਪਾਉਣੀ ਪੈਂਦੀ ਹੈ। ਸੋ ਇਹ ਕੌਮ ਦੇ ਜਥੇਦਾਰਾਂ ਦਾ ਤੇ ਗੁਰੂ ਘਰ ਦੇ ਜਿੰਨੇ ਗੁਰੂ ਘਰਾਂ ਦੇ ਸੇਵਾਦਾਰ ਆਏ ਨੇ ਉਹਨਾਂ ਦਾ ਧੰਨਵਾਦ ਰੈਫਰੈਂਡਮ ਕਮੇਟੀ ਵੱਲੋਂ ਕੀਤਾ ਗਿਆ। ਮੈਨੂੰ ਮੈਸੇਜ ਆਇਆ, ਮੈਂ ਪੜ੍ਹ ਕੇ ਸੁਣਾਇਆ। ਸੋ ਆਸ਼ਵਿਜ਼ ਪੋਲੈਂਡ ਦੇ ਵਿੱਚ ਇੱਕ ਪਿੰਡ ਹੈ ਜਿੱਥੇ ਨਾਜ਼ੀਆਂ ਨੇ 3 ਕੈਂਪ ਬਣਾਏ, ਇੱਕ ਜੇਲ੍ਹ ਸੀ, ਇੱਕ ਸੀ ਜਿੱਥੇ ਗੈਸ ਦੇ ਚੈਂਬਰਾਂ 'ਚ ਉਹਨਾਂ ਨੂੰ ਮਾਰਿਆ ਜਾਂਦਾ ਸੀ, ਇੱਕ ਸੀ ਲੇਬਰ ਦੇ ਲਈ, ਸਲੇਵਰੀ ਦੇ ਲਈ ਜਿਹੜਾ ਗੁਲਾਮ ਉਹਨਾਂ ਨੂੰ ਬਣਾਇਆ ਗਿਆ। 11 ਲੱਖ ਤੋਂ 15 ਲੱਖ ਇਤਿਹਾਸਕਾਰ ਇਹਦੇ 'ਚ ਲਿਖਦੇ ਆ ਕਿ ਲੋਕ ਮਾਰੇ ਗਏ ਦੂਜੀ ਸੰਸਾਰ ਯੁੱਧ ਦੇ ਵਿੱਚ, ਜਿਹਦੇ 'ਚ 90% ਯਹੂਦੀ ਸੀ, 19,000 ਰੋਮਾ ਸੀ, ਜਿਪਸੀ ਕਬੀਲਾ ਤੇ July 31, 1944 ਤੱਕ ਨਾਜ਼ੀਆਂ ਨੇ ਉਹਨਾਂ ਨੂੰ ਗੈਸ ਦੇ ਚੈਂਬਰਾਂ ਦੇ ਵਿੱਚ ਧੱਕ ਕੇ, ਵਾਸ਼ਰੂਮ ਕਹਿ ਕੇ ਵੀ ਚਲੋ ਵੀ ਨਹਾਓ, ਨਹਾਓ ਕੱਪੜੇ, ਅੰਦਰ ਗੈਸ, ਗੈਸ ਦੇ ਨਾਲ ਬਣਨ ਤੋਂ ਬਾਅਦ ਬੋਡੀਆਂ ਅੰਦਰ ਹੀ ਕ੍ਰੀਮੇਸ਼ਨ ਉਹਨਾਂ ਦੀ ਫੈਟ ਦੇ ਨਾਲ ਕਿਵੇਂ ਛਾੜਿਆ। ਤੇ ਫਾਈਨਲ ਸੋਲਿਊਸ਼ਨ ਇੱਕ ਸਲੋਗਨ ਸੀ, ਫਾਈਨਲ ਅਸਾਲਟ, ਜਿਹਨੇ ਸਿੱਖਾਂ ਤੋਂ ਪਾਣੀ ਜਿਹੜਾ ਖੋਹਿਆ, ਫਾਈਨਲ ਅਸਾਲਟ, ਇਸ ਤਰ੍ਹਾਂ ਫਾਈਨਲ ਸੋਲਿਊਸ਼ਨ ਨਾਜ਼ੀਆਂ ਦਾ। ਤੇ ਇਹ ਰੇਲਵੇ ਜੰਕਸ਼ਨ ਸੀ, 44 ਰੇਲਵੇ ਦੀਆਂ ਲਾਈਨਾਂ ਇੱਥੇ ਤੱਕ ਆਉਂਦੀਆਂ ਸੀ।
ਯਹੂਦੀ ਜਿਹੜੇ ਸਾਰੇ ਯੂਰਪ ਦੇ ਵਿੱਚੋਂ ਫਿਰ ਇੱਥੇ ਢੋਏ ਗਏ ਗੈਟੋਆਂ ਦੇ ਵਿੱਚ, ਗੈਟੋ ਸੀ ਜਿੱਥੇ ਪਹਿਲਾਂ ਇਕੱਠੇ ਕੀਤੇ ਜਾਂਦੇ, ਤੇ ਹਿਮਲਰ ਜਿਹੜਾ ਚੀਫ ਸੀ ਐਸ ਐਸ ਦਾ ਇਸ ਇਹਨਾਂ ਕੋਲ ਇਸ ਜਗ੍ਹਾ ਤੇ, ਅਪ੍ਰੈਲ 27, 1946 ਨੂੰ ਪਹਿਲਾ ਮੈਡੀਕਲ ਪੋਲਿਸ਼ ਜਿਹੜੇ ਪ੍ਰਿਜ਼ਨਰ ਨੇ ਇੱਥੇ ਆਏ, ਇਹ ਕੈਂਪ ਖੋਲਿਆ ਗਿਆ ਅਪ੍ਰੈਲ 27 ਨੂੰ, ਜੂਨ 14 ਨੂੰ ਪਹਿਲਾ ਗਰੁੱਪ ਇੱਥੇ ਆਇਆ, ਤੇ ਇਹ ਛੋਟੇ ਛੋਟੀਆਂ ਬੈਰਕਾਂ ਤੱਕ ਸਮੂਹ ਸੀ ਜਿਹੜੇ ਤਿੰਨ ਜਗ੍ਹਾ ਜਗ੍ਹਾ ਤੇ ਕੈਂਪ ਜਿਹੜੇ ਨੇ 1941 ਅਕਤੂਬਰ ਦੇ ਵਿੱਚ ਕੰਮ ਆਸ਼ਵਿਜ 2 ਤੇ ਸ਼ੁਰੂ ਹੋਇਆ, ਜਿਹੜਾ ਦੂਜਾ ਕੈਂਪ ਸੀ ਜਿਹਨੂੰ ਵਿਰਕੈਨਿਓ ਵੀ ਕਿਹਾ ਜਾਂਦਾ, ਇਹ ਥੋੜਾ ਜਿਹਾ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਸੀ, ਤੇ ਉਸ ਤੋਂ ਬਾਅਦ ਕੰਸਨਟ੍ਰੇਸ਼ਨ ਕੈਂਪ ਤੇ ਔਰ ਇਹੀ ਕੈਂਪ ਦੇ ਵਿੱਚ ਉਹਨਾਂ ਨੂੰ ਮਾਰਿਆ ਗਿਆ। ਇਹ 300 ਪ੍ਰਿਜ਼ਨ ਬੈਰਕਾਂ ਸੀ ਜਿਹੜੀਆਂ ਜਿਹਨਾਂ ਨੂੰ ਬੈਥ ਹਾਊਸ ਕਿਹਾ ਜਾਂਦਾ, ਜਿੱਥੇ ਨਲਾਉਣ ਲਈ ਵਾੜਿਆ ਜਾਂਦਾ, ਜਿੱਥੇ ਉਹਨਾਂ ਨੂੰ ਗੈਸ ਦੇ ਵਿੱਚ ਗੈਸ ਦੇ ਨਾਲ ਮਾਰਿਆ ਜਾਂਦਾ। ਇੱਕ ਕੈਂਪ ਜਿਹੜਾ ਹੋਰ ਸੀ ਡਵੋਰੀ ਦੇ ਕੋਲ ਆਸ਼ਵਿਜ 3 ਜਿਹੜਾ 1942 ਚ ਹੋਇਆ, ਇਹਦੇ ਚ ਲੇਬਰ ਦੇ ਲਈ ਕੰਮ ਕਰਾਉਣ ਦੇ ਲਈ ਇਹ ਯਹੂਦੀ ਜਿਹੜੇ ਨੇ ਉਹਨਾਂ ਨੂੰ ਸਲੇਵਰੀ ਦੇ ਵਿੱਚ ਰੱਖਿਆ ਜਾਂਦਾ ਸੀ। ਤੇ ਨੈਕਸਸ ਸੀ ਆਸ਼ਵਿਜ 46 ਛੋਟੇ ਸਬ ਕੈਂਪਾਂ ਦਾ, ਤੇ 1940 ਤੋਂ 1945 ਤੱਕ ਇਹਦਾ ਰੁਡੋਲਫ ਫ੍ਰੈਂਜ ਹਾਊਸ ਜਿਹੜਾ ਲੈਫਟੀਨੈਂਟ ਕਰਨਲ ਇੰਚਾਰਜ ਰਿਹਾ, ਤੇ ਕੰਮ ਇਹਦੇ ਵਿੱਚ ਜਦ ਕੈਂਪਾਂ ਚ ਆਉਂਦੇ ਬੱਚੇ ਤੇ ਮਾਮਾ ਇੱਕ ਬੰਨੇ ਤੇ ਬਜ਼ੁਰਗ ਇੱਕ ਬੰਨੇ ਕਰਕੇ ਤਾਂ ਸਿੱਧੇ ਮਾਰਨ ਨੂੰ ਭੇਜ ਦਿੱਤੇ ਜਾਂਦੇ, ਜਵਾਨ ਜਿਹੜੇ ਸੀ ਉਹਨਾਂ ਨੂੰ ਰੱਖਿਆ ਜਾਂਦਾ। ਸਰੀਰਾਂ ਤੇ ਤਜਰਬੇ ਦੇ ਲਈ ਇੱਥੇ ਡਾਕਟਰ ਆਏ, ਇਸਤਰੀਆਂ ਵੀ ਸੀ ਇਸ ਕੈਂਪ ਦੇ ਵਿੱਚ ਨਾਜ਼ੀਆਂ ਦੀਆਂ ਜਿਹੜਾ ਜ਼ੁਲਮ ਕਰਦੀਆਂ, ਤੇ ਫਿਰ ਉਹਨਾਂ ਤੇ ਸਰੀਰਕ ਜਿਹੜੇ ਤਜਰਬੇ ਹੋਏ। ਮਈ 15 ਤੋਂ ਜੁਲਾਈ 9 1944 ਤੱਕ ਜਿਹੜਾ ਇਹ 3 ਮਹੀਨੇ 4,38,000 ਹੰਗਰੀ ਦੇ ਯਹੂਦੀ ਇੱਥੇ ਸ਼ਿਫਟ ਕੀਤੇ ਗਏ 147 ਟ੍ਰੇਨਾਂ ਦੇ ਵਿੱਚ, ਤੇ ਇਸ ਸਮੇਂ ਸਭ ਤੋਂ ਵੱਧ ਇਹ ਜ਼ੁਲਮ ਜਿਹੜਾ ਮਈ ਤੋਂ ਜੁਲਾਈ ਤੱਕ ਹੋਇਆ। ਪਹਿਲਾਂ ਜਦੋਂ ਆਉਂਦੇ ਉਹਨਾਂ ਦੇ ਸਰੀਰਾਂ ਤੇ ਜਿਹਨਾਂ ਨੂੰ ਰੱਖਣਾ ਹੁੰਦਾ ਕੈਂਪ ਦੇ ਵਿੱਚ ਸਲੇਵਰੀ ਲਈ, ਲਿਵਰ ਲਈ, ਉਹਨਾਂ ਦੇ ਖੁਣ ਦਿੰਦੇ ਕਿੰਨੇ ਨੰਬਰ ਇਹ ਕੈਦੀ ਹੈ। ਸੋ ਇਸ ਦੇ ਵਿੱਚ ਕੁਛ ਭੱਜਣ ਵੀ ਲੋਕਾਂ ਨੇ ਕੋਸ਼ਿਸ਼ ਕੀਤੀ, ਤੇ ਕਿਸੇ ਬਹੁਤ ਤਾਰਾਂ ਬਾਹਰ ਜਿਹੜੀਆਂ ਲਾਈਆਂ ਸੀ ਬਿਜਲੀ ਦੀਆਂ ਉਹਦੇ ਨਾਲ ਲਟਕ ਗਏ, ਮਰ ਗਏ। ਤੇ ਫਿਰ ਆ ਕੇ ਰਸ਼ੀਆ ਦੀ ਫੌਜ ਨੇ ਇਸ ਕੈਂਪ ਨੂੰ 27 ਜਨਵਰੀ 1945 ਨੂੰ ਆਜ਼ਾਦ ਕੀਤਾ। ਆਸ਼ਵਿਜ ਦੇ ਵਿੱਚ ਹੁਣ ਉਹਨਾਂ ਨੇ ਉਹ ਜਿਹੜਾ ਅਜਾਇਬ ਘਰ ਬਣਾਇਆ ਹੈ ਜਿੱਥੇ ਉਹਨਾਂ ਦਾ ਸਮਾਨ, ਜੁੱਤੀਆਂ ਜਿਹੜੀਆਂ ਲਿਬਰਲ ਦੀਆਂ ਤੇ ਯਹੂਦੀਆਂ ਦੀਆਂ ਜਿਹੜੇ ਮਾਰੇ ਗਏ, ਭਰੀਆਂ ਪਈਆਂ ਸ਼ੀਸ਼ਿਆਂ ਦੇ ਵਿੱਚ, ਤੇ ਉਹ ਬੰਕਰ ਰੱਖੇ ਹੋਏ ਨੇ, ਬੰਕ ਬੈੱਡ ਰੱਖੇ ਨੇ ਜਿੱਥੇ 3-3 ਜਣੇ ਪਾਏ ਜਾਂਦੇ, ਸਵੇਰੇ ਪਾਣੀ, ਕੌਫੀ, ਇੱਕ ਕਾਲੀ ਬ੍ਰੈਡ ਦਿੱਤੀ ਜਾਂਦੀ। ਸੁੱਕ ਗਏ ਲੋਕ ਤਾਂਪੜ ਬਣ ਗਏ, ਕੁੱਟੇ ਜਾਂਦੇ, ਮਾਰੇ ਜਾਂਦੇ, ਤੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ। ਗੈਸ ਚੈਂਬਰ ਜਿਹੜੇ ਜਿਹਨਾਂ 'ਚ ਉਹਨਾਂ ਨੂੰ ਮਾਰਿਆ ਗਿਆ, ਉਹਨਾਂ ਨੂੰ ਕਹਿੰਦੇ ਚਲੋ ਬਈ ਲੈਟਸ ਹੈਵ ਸ਼ਾਵਰ, ਲਾਹੋ ਕੱਪੜ, ਜਦ ਅੰਦਰ ਵੜਦੇ ਤਾਂ ਗੈਸ ਛੱਡ ਦਿੱਤੀ ਜਾਂਦੀ, ਤੇ ਮਾਰ ਕੇ ਉੱਥੋਂ ਹੀ ਬੋਡੀਆਂ ਅੰਦਰ ਨੂੰ ਧੱਕ ਦਿੰਦੇ। ਭੱਠੀਆਂ ਦਿਨ ਰਾਤ ਚੱਲਦੀਆਂ ਰਹਿੰਦੀਆਂ, ਚਿਮਨੀਆਂ ਦੇ ਵਿੱਚੋਂ ਸੜਿਆ ਹੋਇਆ ਮਾਸ, ਮਨੁੱਖੀ ਮਾਸ ਦੀ ਭੁਆਂਗ ਆਉਂਦੀ ਰਹਿੰਦੀ, ਵਿੱਚ ਦੀ ਕੱਢ ਦਿੰਦੇ। ਦੂਜਾ ਗਰੁੱਪ ਜਦੇ ਕਹਿੰਦੇ ਉਹ ਨਿਕਲ ਕੇ ਨਾ ਆਉਂਦੇ ਤਾਂ ਦੂਜੇ ਨੂੰ ਬਾੜ ਦਿੰਦੇ। ਇਸ ਤਰ੍ਹਾਂ ਦਿਨ ਰਾਤ ਬੈਰਕਾਂ ਬਣਵਾਈਆਂ, ਦਿਨ ਰਾਤ ਬੰਕਰ ਜਿਹੜੇ ਸੀ ਆਪਣੇ ਬੈਰਕਾਂ ਬਣੀਆਂ ਹੋਈਆਂ ਆਪਣੇ ਇੱਟਾਂ ਦੀਆਂ ਉਹ ਡਬਲ ਕੀਤੀਆਂ, ਜਿੱਥੇ 40 ਬੰਦਾ ਰਹਿ ਸਕਦੇ ਉੱਥੇ 200 ਬੰਦਾ ਰੱਖਿਆ ਗਿਆ। ਅਖੀਰ ਜਦ ਦੇਖਿਆ ਕਿ ਰਸ਼ੀਅਨ ਆਰਮੀ ਐਡਵਾਂਸ ਕਰ ਰਹੀ ਹੈ ਤਾਂ ਵੱਧ ਤੋਂ ਵੱਧ ਸਾੜਨ ਦਾ, ਬੈਰਕਾਂ ਜਿਹੜੀ ਲੱਕੜ ਦੀਆਂ ਉਹ ਤਾਂ ਸਾੜ ਦਿੱਤੀ, ਉਹ ਸੜੀਆਂ ਹੋਈਆਂ ਬੈਰਕਾਂ ਉਸ ਤਰ੍ਹਾਂ ਰੱਖੀਆਂ ਹੋਈਆਂ ਨੇ, ਲੋਹੇ ਵਾਲੀਆਂ ਸੋਰੀ ਇੱਟਾਂ ਵਾਲੀਆਂ ਰਹਿ ਗਈਆਂ। ਤੇ ਸਲੋਗਨ ਪੜ੍ਹਦੀ ਸਾਰ ਆਸ਼ਵਿਜ ਕੈਂਪ ਦਾ ਇਹ ਸੀ, ਕੰਮ ਕਰੋ ਤਾਂ ਤੁਸੀਂ ਇੱਥੋਂ ਫ੍ਰੀ ਹੋ ਸਕਦੇ ਹੋ। ਦੁਨੀਆ ਵੇਖਣ ਜਾਂਦੀ ਆ, 25 ਤੋਂ 30 ਲੱਖ ਬੰਦਾ ਸਾਲ ਦਾ ਦੇਖਣ ਜਾਂਦਾ ਆਸ਼ਵਿਜ ਕੈਂਪ ਨੂੰ, ਪੋਲੈਂਡ ਚੋਂ ਵੇਖਣ ਵਾਲਾ, ਕਦੇ ਵੇਖ ਕੇ ਆਇਓ। ਜਦ ਘੱਟ ਗਿਣਤੀਆਂ ਜਾਂ ਕਿਸੇ ਨੂੰ ਟਾਰਗੇਟ ਕਰ ਲੈਂਦੀਆਂ ਨੇ ਸਟੇਟਸ, ਨੇਸ਼ਨ ਸਟੇਟਸ, ਉਹ ਕਿਵੇਂ ਨੇ ਇਸ ਤੋਂ ਨਬੂਦ ਕਰਦੀਆਂ ਨੇ,
ਔਸ਼ਵਿਚ ਤੁਸੀਂ ਵੇਖ ਸਕਦੇ ਹੋ 75 ਵਰੇ ਹੋ ਗਏ ਉਸਨੂੰ ਲਿਬਰੇਟ ਕੀਤੇ ਨੂੰ ਰਸ਼ੀਆ ਦੀ ਆਰਮੀ ਨੇ ਕੀਤਾ ਸੀ ਵਰਲਡ ਵਾਰ ਦੂਜੀ ਚ। ਇਹ ਔਸ਼ਵਿਚ ਦਾ ਇਤਿਹਾਸ ਹੈ, ਗੂਗਲ ਕਰਿਓ ਜਾਂ ਲਿਖੋਗੇ AUSCHWITZ ਔਸ਼ਵਿਚ ਹੋਲੋਕੌਸਟ ਲਿਖ ਦਿਓ, ਉਹਦੇ ਚ ਆ ਜਾਂਦਾ ਅੰਦਰ ਹਿਲਦਾ ਫੋਟੋਆਂ ਵੇਖ ਕੇ ਮਹਿਸੂਸ ਕਰਨ ਦੀ ਗੱਲ ਹੈ। ਤੇ ਬਹੁਤਿਆਂ ਨੂੰ ਤਾਂ ਅੱਜ ਦੀ ਇਹ ਖ਼ਬਰ ਪਤਾ ਵੀ ਨਹੀਂ ਹੋਣੀ, ਕਿਉਂਕਿ ਜਦ ਕਿਤੇ ਘੱਟ ਗਿਣਤੀ ਦੇ ਕਤਲਾਂ ਦੀ ਗੱਲ ਹੁੰਦੀ ਆ ਫਿਰ ਉਹ ਸਿੱਖੀ ਵੱਲ ਵੀ ਜਾਂਦੀ ਆ ਨਾ, ਫਿਰ ਉਹ ਦੁਬਾਰਾ ਗੱਲ ਹੁੰਦੀ ਆ, ਸਵੈ ਵਿਰੋਧੀ ਹੋ ਜਾਂਦੀ। ਇਹ ਸੀ ਅੱਜ ਦਾ ਪ੍ਰੋਗਰਾਮ ਜੀ, ਕੱਲ ਨੂੰ 11 ਵਜੇ ਮੁੜਦੇ ਆ ਅਖੀਰ ਚ ਸੰਤ ਰਾਮਦਾਸ ਜੀ ਦੇ ਦੋ ਬੋਲ। ਰੱਬ ਰੱਖ। ਦਾਨੀ ਅਜੇ ਤੇਰਾ ਦਿਲ ਨਾ ਠਰੇ, ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਬ ਤੇਰੀ ਅਜੇ ਮਨ ਮਤੀਆਂ ਕਰੇ, ਅਜੇ ਮਨ ਮਤੀਆਂ ਕਰੇ, ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ, ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ, ਪਿੰਡਾਂ ਵਿੱਚੋਂ ਤੁਰੇ ਹੋਏ ਪੁਤਨੀ ਬਹਾਦਰਾਂ ਦੇ ਤੇਰੇ ਮੈਲੀ ਵੜੇ ਕੇ ਵੜੇ, ਦਿੱਲੀਏ ਦਿਆਲਾ ਦੇਖ ਦੇਗ ਚ ਉਬਲਦਾ ਨੀ ਅਜੇ ਤੇਰਾ ਦਿਲ ਨਾ ਠਰੇ, ਸਿਰਾਂ ਵਾਲੇ ਲੋਕੀ ਬੀਜ ਚੱਲੇ ਹਾਂ ਬੇਓੜਨੀ, ਇੱਕ ਦਾ ਤੂੰ ਮੁੱਲ ਪਾਵੇਂ ਰੱਖਦੀ ਕਰੋੜਨੀ। You're listening to 1550 AM KRPI Ferndale. The views expressed are not necessarily those of the staff, management, or ownership of this station. KRPI Kabra.